ਕਰੀਏ ਬਾਕੀ ਦਾ ਵੀ ਸਮਾਂ ਲੇਖੇ 'ਚ ਲੱਗੇ। ਗੁਰੂ ਸਾਹਿਬ ਜੀ ਸਵਾਲ ਕਰਦੇ ਨੇ, ਆਪੇ ਹੀ ਉੱਤਰ ਦਿੰਦੇ ਨੇ। ਜਗ ਜੀਵਨ ਕੈਸਾ, ਕਿਹੋ ਜਿਹਾ ਹੈ ਜ਼ਿੰਦਗੀ? ਸੁਪਨੇ ਜੈਸਾ। ਕਿਸੇ ਦਾ ਸੁਪਨਾ ਛੋਟਾ ਹੁੰਦਾ ਹੈ, ਕਿਸੇ ਦਾ ਵੱਡਾ ਹੁੰਦਾ ਹੈ। ਕੋਈ ਸੁਪਨੇ ਵਿੱਚ ਸੁਖੀ ਹੁੰਦਾ ਹੈ, ਕੋਈ ਦੁਖੀ ਹੁੰਦਾ ਹੈ। ਸੁਪਨਾ ਸਦਾ ਨਹੀਂ ਹੈ, ਕੁਝ ਸਮੇਂ ਵਾਸਤੇ ਹੈ। ਇਸੇ ਤਰ੍ਹਾਂ ਸੰਸਾਰ ਹੈ, ਪਤਾ ਨਹੀਂ ਕਦੋਂ ਦੀ ਸ੍ਰਿਸ਼ਟੀ ਚੱਲੀ ਹੈ। ਸ਼ਬਦ ਹੀ ਤਾਂ ਉਤਪਤ ਹੋਵੇ, ਫਿਰ ਸ਼ਬਦ ਹੈ ਪਰਲੋ ਹੋਈ ਹੈ। ਕਈ ਬ੍ਰਹਮੰਡ, ਕਈ ਧਰਤੀਆਂ, 14 ਧਰਤੀਆਂ ਹੁੰਦੀਆਂ, ਇੱਕ ਚੰਦਰਮਾ, ਇੱਕ ਸੂਰਜ, ਇੱਕ ਬ੍ਰਹਮਾ, ਸ਼ਿਵਜੀ, ਵਿਸ਼ਨੂੰ, ਇੰਦਰ, ਧਰਮਰਾਜ। ਇਹਨੂੰ ਇੱਕ ਬ੍ਰਹਮੰਡ ਕਿਹਾ ਜਾਂਦਾ, ਪਤਾ ਨਹੀਂ ਕਿਤਨੇ ਕਾਲ। ਸਾਚੇ 'ਤੇ ਪਵਨਾ ਪਿਆ, ਪਵਨੇ 'ਤੇ ਜਲ ਹੋਏ। ਪੌਣ ਕਈ ਕਿਸਮ ਦੀ ਹੈ, 49 ਕਿਸਮ ਦੀ ਗੁਰੂ ਨਾਨਕ ਜੀ ਨੇ ਫਰੀਦ ਜੀ ਨੂੰ ਦੱਸੀ ਸੀ। ਸ੍ਰੀ ਸੁਖਮਨੀ ਸਾਹਿਬ ਵਿੱਚ ਵੀ ਆਉਂਦਾ, ਕਈ ਕੋਟ ਪੌਣ ਪਾਣੀ ਬਸੰਤਰ। ਪਰ ਸਾਨੂੰ ਪਤਾ ਨਹੀਂ ਹੈ, ਕਰੋੜਾਂ ਹੀ ਕਿਸਮਾਂ ਦੇ ਹਨ। ਹਰਨ ਭਰਨ ਜਾਗਾ ਨੇਤਰ ਫੋਰ, ਪਤਾ ਨਹੀਂ ਕਦੋਂ ਦੀ ਸ੍ਰਿਸ਼ਟੀ ਚੱਲੀ ਹੈ। ਇਹ ਵਿਚਾਰ ਆਪਾਂ ਇਸ ਕਰਕੇ ਥੋੜ੍ਹੀ ਜਿਹੀ ਕਰਨੀ ਹੈ, ਕਿਆ ਮਾਸਟਰ ਜੀ ਦੇ ਪਿਤਾ ਜੀ ਦੇ ਨਾਂ ਵਰੀਣੇ ਦੇ ਸੰਬੰਧ ਵਿੱਚ ਹੈ ਅਰਦਾਸ। ਜਦੋਂ ਚੜ੍ਹਾਈ ਕਰਨਗੇ ਸੀ, ਆਪਣਾ ਟਾਈਮ ਨਹੀਂ ਸੀ ਵੀ ਭੋਗ 'ਤੇ ਆਇਆ ਜਾਏ, ਦੀਵਾਨ ਦਿੱਤੇ ਹੁੰਦੇ ਨੇ।
ਫਰੀਦ ਜੀ ਕਹਿੰਦੇ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਤਾ ਪਿਤਾ ਕਿੱਥੇ ਨੇ, ਜਿੰਨੀ ਤੂੰ ਜਣਿਆ, ਜਨਮ ਦਿੱਤਾ, ਪਾਲਿਆ, ਸਿਆਣੇ ਕੀਤਾ, ਤੈ ਪਾਸੋਂ ਉਲੰਘ ਗਏ, ਤੇਰੇ ਕੋਲ ਰਹਿ ਕੇ ਚਲੇ ਗਏ, ਤੂੰ ਅਜੇ ਨਾ ਪਤੀਣਿਓ, ਤੈਨੂੰ ਇਹ ਪਤਾ ਨਹੀਂ ਕਿ ਦੁਨੀਆ ਸੁਪਨਾ ਹੀ ਹੈ, ਰਹਿਣਾ ਹੈ ਹੀ ਨਹੀਂ। ਜਦੋਂ ਰਹਿਣਾ ਨਹੀਂ ਹੈ ਫਿਰ ਜਾਣਾ ਕਿੱਥੇ, ਉੱਥੋਂ ਵਾਸਤੇ ਕੁਛ ਕਰੀਏ, ਕੁਛ ਲੈ ਚੱਲੀਏ, ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀ। ਤੂੰ ਚਾਰ ਹੋ ਰਹੀ ਸੀ, ਪਤਾ ਨਹੀਂ ਸ੍ਰਿਸ਼ਟੀ ਕਦੋਂ ਦੀ ਚੱਲੀ ਹੈ, ਸੰਸਾਰ ਆਈ ਜਾਂਦਾ ਜਾਈ ਜਾਂਦਾ, ਆਈ ਜਾਂਦਾ ਜਾਈ ਜਾਂਦਾ, ਕੀਤਿਆਂ ਕੇ ਪਾਪ, ਕੀਤਿਆਂ ਕੇ ਬੇਟੇ, ਕੀਤੇ ਗੁਰ ਚੇਲੇ ਪਨੋਆ। ਕਈ ਵਾਰੀ ਕਿਸੇ ਦਾ ਪਿਤਾ ਬਣਿਆ, ਕਈ ਵਾਰੀ ਕਿਸੇ ਦਾ ਪੁੱਤਰ ਬਣਿਆ, ਕਈ ਵਾਰੀ ਕਿਸੇ ਦਾ ਭਰਾ ਬਣਿਆ, ਕਈ ਵਾਰੀ ਕਿਸੇ ਦਾ ਕੁਛ। ਆਈ ਜਾਂਦਾ ਹੈ ਜਾਈ ਜਾਂਦਾ, ਜੰਮਣ ਮਰਨ ਦੀ ਫਾਹੀ ਪਈ ਹੈ ਗਲ 'ਚ। ਜਦੋਂ ਆਉਂਦ ਪੂਰੀ ਹੁੰਦੀ ਹੈ, ਜੰਮ ਲੈ ਜਾਂਦੇ ਨੇ, ਲੰਮੇ ਰਾਜ ਪੈ ਜਾਂਦਾ, ਫਿਰ ਆ ਜਾਂਦਾ ਲੱਖਾਂ ਜੁੱਗ ਕੱਟਣ ਤੋਂ ਬਾਅਦ, ਫਿਰ ਉਹ ਲੈ ਜਾਂਦੇ ਨੇ। ਇੱਕ ਵਾਰੀ ਬਹੁਤ ਸਾਰੇ ਭਗਤ ਜਨ ਇਕੱਠੇ ਹੋਏ, ਰਵਿਦਾਸ ਭਗਤ ਜੀ ਨੂੰ ਕਹਿੰਦੇ ਨੇ, ਕਹਿੰਦੇ ਮਹਾਰਾਜ ਇੱਕ ਬੇਨਤੀ ਹੈ, ਦੱਸੋ ਵੀ ਜਮਾਂ ਦੀ ਫਾਹੀ ਵੀ ਕਿਤੇ ਕੱਟੀ ਜਾਏਗੀ ਕਿ ਨਹੀਂ। ਕਹਿੰਦੇ ਦੇਖੋ, ਬਿਮਾਰੀ ਹੈ ਉਹਦਾ ਇਲਾਜ ਵੀ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਕੱਟੀ ਜਾਏਗੀ, ਕੋਈ ਤਰੀਕਾ ਦੱਸੋ। ਕਹਿੰਦੇ ਜਿਹੜੀ ਫਾਹੀ ਹੈ, ਤੇਰੇ ਭਜਨ ਕੱਟੇ ਜਮ ਫਾਸਾ, ਭਗਤ ਹੀ ਗਾਵੈ ਰਵਿਦਾਸਾ, ਕਿ ਤੁਸੀਂ ਜਿਹੜੀ ਭਗਤੀ ਕਰਨੀ ਹੈ, ਬੰਦਗੀ ਕਰਨੀ ਹੈ, ਇਸ ਕਰਕੇ ਕਰਨੀ ਹੈ ਕਿ ਜਮਾਂ ਦੀ ਫਾਹੀ ਕੱਟੀ ਜਾਏ, ਨਾ ਆਉਣਾ, ਨਾ ਜਾਣਾ, ਨਾ ਜੰਮਣਾ, ਨਾ ਮਰਨਾ, ਵਾਸ਼ਨਾਵਾਂ ਹੁੰਦੀਆਂ ਨੇ, ਇੱਕ ਵੀ ਮਾੜੀ ਜੀ ਰਹਿ ਜਾਏਗੇ ਫਿਰ ਜਨਮ ਤਿਆਰ, ਫਿਰ ਆਂਗੇ ਫਿਰ ਰਹਿ ਗਈ ਫਿਰ ਜਨਮ ਤਿਆਰ। ਅੱਜ ਇਹੋ ਜਿਹੇ ਸਰੀਰ ਮਿਲੇ ਨੇ, ਜੋ ਕੁਛ ਹੋ ਰਿਹਾ ਹੈ, ਪਿਛਲੇ ਜਨਮ ਦੀਆਂ ਵਾਸ਼ਨਾਵਾਂ ਨੇ, ਇੱਛਾ ਨੇ, ਆਹ ਚਾਹੀਦਾ, ਇਹੋ ਜਿਹਾ ਚਾਹੀਦਾ, ਉਹੋ ਜਿਹਾ ਹੋ ਗਿਆ, ਉਹਦੇ ਵਿੱਚ ਫਿਰ ਅੱਗੇ ਸ਼ਾਖਾ ਨਿਕਲਦੀਆਂ ਨੇ। ਹੁਣ ਕਿਸੇ ਸੋਚ ਲਿਆ ਵੀ ਮੈਨੂੰ ਰਾਜ ਚਾਹੀਦਾ ਅਗਲੇ ਜਨਮ ਵਿੱਚ, ਨਹੀਂ ਮਿਲੇਗਾ, ਕੁਛ ਤਪੱਸਿਆ ਕਰਨੀ ਪਏਗੀ। ਧਰੂ ਦੀ ਮਾਤਾ ਨੇ ਕਿਹਾ ਸੀ, ਦੇਖ ਰਿਖੀਆਂ ਨੇ ਦੱਸਿਆ ਅਤੇ ਤੇਰੇ ਮੱਥੇ 'ਤੇ ਲਿਖਿਆ, ਰਾਜ ਕਰੇਗਾ ਸਾਰੀ ਧਰਤੀ ਦਾ, ਪਰ ਨਹੀਂ ਕਰੇਗਾ, ਮੈਂ ਕਹਿੰਦੀ ਹਾਂ ਨਹੀਂ ਕਰੇਗਾ। ਕਹਿੰਦੇ ਜਦੋਂ ਲਿਖਿਆ ਲਿਖਿਆ ਰਹੇਗਾ, ਅੱਗੇ ਜਨਮ ਹੋ ਹੀ ਜਾਏਗਾ। ਉਹ ਕੁਛ ਬੰਦਗੀ ਮੰਗਦਾ ਹੈ, ਤਪੱਸਿਆ ਮੰਗਦਾ ਹੈ, ਫਿਰ ਕਰੇਗਾ, ਠੀਕ ਹੈ। ਇਸ ਕਰਕੇ ਕਈ ਵਾਰੀ ਇਹ ਹੁੰਦਾ ਵੀ ਇਹਦੇ ਮੱਥੇ 'ਤੇ ਲਿਖਿਆ ਇਸ ਤਰ੍ਹਾਂ ਹੀ ਹੋਣਾ, ਉਹਦੇ ਵਿੱਚ ਥੋੜ੍ਹਾ ਹੋ ਜਾਂਦਾ, ਉਨੇ ਪੁੰਨ ਹੋਵੇ, ਉਨਾ ਦਾਨ ਹੋਵੇ, ਉਨੀ ਬੰਦਗੀ ਹੋਵੇ, ਉਨਾ ਕੁਛ ਹੋਵੇ, ਫਿਰ ਉਸੇ ਤਰ੍ਹਾਂ ਹੀ ਹੁੰਦਾ। ਹੁਣ ਇਹ ਸਮਝੋ ਵੀ ਕਿਸੇ ਮੱਥੇ 'ਤੇ ਲਿਖਿਆ ਵੀ ਇਹ DM ਬਣੇਗਾ, ਨਹੀਂ ਬਣੇਗਾ, ਉਹ ਪੜ੍ਹੇਗਾ, ਮਿਹਨਤ ਕਰੇਗਾ, ਬੜੀ ਮਿਹਨਤ ਕਰੇਗਾ, ਇਮਤਿਹਾਨ ਵੀ ਦੇਵੇਗਾ, ਫਿਰ ਇਹ ਥੋੜ੍ਹੀ ਵੀ ਅਨਪੜ੍ਹ ਹੀ ਲੱਗ ਜਾਣਗੇ ਉੱਥੇ। ਇਸੇ ਤਰ੍ਹਾਂ ਹੀ ਇਹ ਰੂਹਾਨੀਅਤ ਹੈ, ਕੁਛ ਕਰੇਗਾ ਫਿਰ ਕੁਛ ਮਿਲੇਗਾ। ਤੂੰ ਪਤਾ ਨਹੀਂ ਇਹ ਸ੍ਰਿਸ਼ਟੀ ਕਦੋਂ ਦੀ ਚੱਲੀ ਹੋਈ ਹੈ, ਪੰਜ ਤੱਤ ਨੇ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਇਹਨਾਂ ਦੇ ਹੀ ਇਹ ਸਰੀਰ ਨੇ। ਜਦੋਂ ਬੰਦੇ ਦਾ ਸੰਸਕਾਰ ਹੁੰਦਾ, ਮਿੱਟੀ ਦਾ ਤੱਤ ਮਿੱਟੀ 'ਚ ਹੀ ਮਿਲਦਾ, ਹਵਾ 'ਚ ਨਹੀਂ, ਹਵਾ ਦਾ ਹਵਾ 'ਚ, ਅੱਗ ਦਾ ਅੱਗ 'ਚ, ਪਾਣੀ ਦਾ ਪਾਣੀ 'ਚ, ਆਕਾਸ਼ ਅੱਗੇ ਹੀ ਪਰਿਪੂਰਨ ਪੰਜ ਤੱਤ ਤੱਤਾਂ 'ਚ ਮਿਲ ਗਿਆ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲਕਰਤ ਵਿਚਾਰਾ, ਇਹ ਤੋਂ ਚੱਲ ਪਿਆ ਰੂਹ ਅੱਗੇ, ਫੇਰ ਅੱਗੇ ਜਨਮ ਹੋਈ ਜਾਂਦੇ ਨੇ। ਆਹ ਹੁੰਦਾ ਨਾ ਜਿਹੜਾ ਵਰੀਣਾ, ਇਹਦਾ ਮਤਲਬ ਇਹ ਹੁੰਦਾ ਹੈ, ਸਿਆਣੇ ਬਜ਼ੁਰਗਾਂ ਨੇ ਕਾਢਾਂ ਕੱਢੀਆਂ ਨੇ ਆਪਣੇ ਦੇਸ਼ ਵਿੱਚ, ਕੁਛ ਲੋਕ ਇਹੋ ਜਿਹੇ ਨੇ ਇੱਧਰੋਂ ਮ੍ਰਿਤੂ ਹੁੰਦੇ ਨੇ ਅਤੇ ਅੱਗੇ ਜਨਮ ਹੋ ਜਾਂਦਾ, ਕੁਛ ਇਹੋ ਜਿਹੇ ਨੇ ਮ੍ਰਿਤੂ ਹੁੰਦੇ ਨੇ ਮਹੀਨੇ ਬਾਅਦ ਜਨਮ ਹੋ ਜਾਂਦਾ, ਕੁਛ ਇਹੋ ਜਿਹੇ ਨੇ 6 ਮਹੀਨੇ ਬਾਅਦ ਹੋ ਜਾਂਦਾ, ਕੁਛ ਇਹੋ ਜਿਹੇ ਨੇ ਸਰੀਰ ਛੱਡਿਆ ਸਾਲ ਬਾਅਦ ਜਨਮ ਹੋ ਗਿਆ। ਇਸ ਕਰਕੇ ਸਾਲ ਬਾਅਦ ਰੱਖਦੇ ਨੇ,
ਵੀ ਹੁਣ ਤਾਂ ਉਹ ਰੂਹ ਕਿਸੇ ਲੇਖੇ ਲੱਗ ਗਈ ਹੋਏਗੀ, ਵਿਆਹ ਕਰਨਾ, ਕੋਈ ਕੰਮ ਕਰਨਾ, ਵੀ ਪਹਿਲਾਂ ਵਰੀਣਾ ਕਰ ਲਈਏ। ਵਰੇ ਬਾਅਦ, ਵਰੀਣੇ ਦਾ ਮਤਲਬ ਸਾਲ ਬਾਅਦ ਜਾਂ ਥੋੜ੍ਹਾ ਅੱਗੇ ਪਿੱਛੇ, ਕਿ ਹੁਣ ਉਹ ਸਾਡਾ ਸੰਬੰਧ ਜਿਹੜਾ ਸੀ ਅੱਗੇ ਜਨਮ ਹੋ ਗਿਆ, ਹੁਣ ਅੱਗੇ ਉਸ ਤੋਂ ਅੱਗੇ ਫੇਰ ਉਸ ਤੋਂ ਅੱਗੇ ਹੈ। ਕੁਛ ਲੋਕ ਇਹੋ ਜਿਹੇ ਨੇ ਬੜਾ ਪੁੰਨ ਦਾਨ ਕਰਦੇ ਨੇ, ਬੜਾ ਸਿਮਰਨ ਵੀ ਕਰਦੇ ਨੇ, ਉਹਨਾਂ ਦਾ ਜਨਮ ਐਂ ਸਮਝੋ ਵੀ ਉੱਚ ਕੋਟੀ ਦੇ ਸਵਰਗ ਮੰਡਲਾਂ ਵਿੱਚ ਰਹੇ। ਇਹ ਹੁਣ ਮੈਂ ਵੇਦਾਂ ਵਿੱਚ ਬੋਲ ਰਿਹਾ, ਧਿਆਨ ਦੇਣਾ। ਉਹਨਾਂ ਦਾ ਜਨਮ 3 ਸਾਲ ਬਾਅਦ ਹੋ ਜਾਂਦਾ, ਉਹ ਦੇਖਦੇ ਨੇ ਵੀ ਹੁਣ ਉਹ ਜਨਮ ਹੋ ਗਿਆ, ਅੱਗੇ ਨਾਲੋਂ ਅੱਗੇ ਤਰੱਕੀ ਹੈ। ਬੱਚੇ ਨੇ ਪੜ੍ਹਦੇ ਪੜ੍ਹਦੇ ਸੌ ਜਾਂਦੇ ਨੇ, ਕਿਤਾਬਾਂ ਹੱਥ 'ਚ ਰਹਿ ਗਈਆਂ, ਜਿੱਥੇ ਪੜ੍ਹਾਈ ਛੱਡੀ ਅੱਖਾਂ ਖੋਲੀਆਂ ਉੱਥੇ ਫਿਰ ਅੱਗੇ ਸ਼ੁਰੂ। ਜੇ ਸਹੀ ਮਾਇਨੇ ਵਿੱਚ ਸੋਚਿਆ ਜਾਏ ਤਾਂ ਮੌਤ ਜਿਹੜੀ ਹੈ ਮਾੜੀ ਨਹੀਂ ਹੈ, ਚੰਗੀ ਹੈ। ਇਹ ਹੈ ਤਰੱਕੀ ਦਾ ਦਰਵਾਜ਼ਾ, ਅੱਗੇ ਅਗਲੀ ਕਲਾਸ, ਅੱਗੇ ਅਗਲੀ ਕਲਾਸ, ਅੱਗੇ ਅਗਲੀ ਕਲਾਸ। ਫਰਜ਼ ਕਰ ਲਓ ਕਿਸੇ ਨੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਉਹ ਸਵਾਸ ਸਵਾਸ ਸਿਮਰਨ ਕਰਦਾ, ਅੱਗੇ ਜਨਮ ਹੋ ਗਿਆ ਬੱਚਾ ਹੀ ਭਜਨ ਕਰਨ ਲੱਗ ਜਾਏਗਾ, ਬਿਨਾਂ ਪੁੱਛਣ ਤੋਂ ਸਵਾਸ ਸਵਾਸ ਨਾਮ ਜਪੇਗਾ। ਇਹਾਂ ਨਾਮ ਸੋ ਜਪੇ ਜੋ ਜਪ ਆਇਆ ਹੋਇਆ। 3 ਸਾਲ ਤੋਂ ਬਾਅਦ ਫਿਰ ਅੱਗੇ ਲੈਂਦੇ ਨੇ ਸਾਡੇ ਦੇਸ਼ ਵਿੱਚ ਜਿਹੜੀਆਂ ਪੁਰਾਣੀਆਂ ਲਿਖਤਾਂ ਨਾ, ਬਹੁਤ ਪਿਛਲੇ ਯੁੱਗਾਂ ਦੀਆਂ, ਕਿ ਕੁਛ ਇਹੋ ਜਿਹੀਆਂ ਰੂਹਾਂ ਨੇ 4-4 ਯੁੱਗ ਉਹ ਦੇਵਲੋਕ ਵਿੱਚ ਰਹਿ ਜਾਂਦੀਆਂ ਨੇ, 43,20,000 ਸਾਲ ਉਹ ਫਿਰ ਆ ਜਾਂਦੇ ਨੇ, ਜਨਮ ਹੋ ਜਾਂਦਾ ਉਹਨਾਂ ਦਾ। ਸੁਣੀ ਹੋਣੀ ਹੈ ਸਵਰਗ ਦੀ ਕਹਾਣੀ, ਕਿ ਰਾਮ ਜੀ ਦਾ ਦਰਬਾਰ ਸਜਿਆ, ਬੜੇ ਬੜੇ ਰਿਖੀ ਬੈਠੇ ਨੇ, ਇੱਕ ਕੀੜਾ ਕੰਧ 'ਤੇ ਚੜ੍ਹਦਾ ਡਿੱਗਦਾ, ਚੜ੍ਹਦਾ ਅਤੇ ਡਿੱਗਦਾ। ਰਾਮ ਜੀ ਬੜੇ ਹੱਸੇ, ਰਾਜਗੁਰੂ ਵਸ਼ਿਸ਼ਠ ਜੀ ਕਹਿੰਦੇ, ਰਾਮ ਜੀ ਤੁਸੀਂ ਹੱਸਦੇ ਹੋ ਰਿਖੀਆਂ ਦੀ ਸਭਾ ਵਿੱਚ, ਲੋਕ ਕੀ ਕਰਨਗੇ? ਇਹ ਤਾਂ ਦੋਸ਼ ਲੱਗਦਾ ਨਾ, ਹੱਸਣਾ ਨਹੀਂ ਚਾਹੀਦਾ। ਸਾਡੇ ਗੁਰੂ ਜੀ ਵੀ ਕਹਿੰਦੇ ਨੇ, ਲੱਗੇ ਦੀਵਾਨ ਜੋ ਬਾਤ ਚਲਾਵੈ, ਕਹਿ ਗੋਬਿੰਦ ਸਿੰਘ ਉਹ ਸਿੱਖ ਨਾ ਪਾਵੇ। ਗੁਰਬਾਣੀ ਦੀ ਕਥਾ ਹੁੰਦੀ ਹੋਵੇ, ਗੁਰੂਆਂ ਦੀ ਕਥਾ ਹੁੰਦੀ ਹੋਵੇ, ਨਾ ਆਪਣੀਆਂ ਗੱਲਾਂ ਕਰੋ, ਨਾ ਹੱਸੋ, ਸੁਣੋ ਚੁੱਪ ਕਰਕੇ। ਸੋ ਰਾਮ ਜੀ ਕਹਿੰਦੇ, ਗੁਰਦੇਵ ਗੱਲ ਤਾਂ ਤੁਹਾਡੀ ਠੀਕ ਹੈ, ਪਰ ਆਹ ਜਿਹੜਾ ਕੀੜਾ ਹੈ ਇਹ ਕੰਧ 'ਤੇ ਚੜ੍ਹਦਾ ਡਿੱਗ ਜਾਂਦਾ, ਚੜ੍ਹਦਾ ਡਿੱਗ ਜਾਂਦਾ, ਮੈਂ ਇਸ ਨੂੰ ਦੇਖ ਕੇ ਹੱਸਦਾ। ਇਹ ਸੋਚ ਰਿਹਾ, ਕਹਿੰਦੇ ਦੇਖੋ ਇਹਦੀਆਂ ਲੱਤਾਂ ਟੁੱਟੀਆਂ ਨੇ, ਇਹਨੇ ਡਿੱਗਣਾ ਹੀ ਹੈ, ਚੜ੍ਹ ਨਹੀਂ ਸਕੇਗਾ। ਹਾਂ ਗੁਰਦੇਵ, ਲੱਤਾਂ ਤਾਂ ਟੁੱਟੀਆਂ ਨੇ, ਪਰ ਇਹ ਸੋਚਦਾ ਹੈ ਕਿ ਕਦੇ ਤਾਂ 84 ਮੁੱਕੇਗੀ, ਮੈਂ ਫਿਰ ਇੰਦਰ ਬਣਾਂਗਾ 101 ਸੁਮੇਧ ਜੰਗ ਕਰਕੇ। 14 ਵਾਰ ਤਾਂ ਮਹਾਰਾਜ ਪਹਿਲਾਂ ਬਣ ਗਿਆ, ਇੱਕ ਦੇਵਰਾਜ ਦੀ ਉਮਰ 72 ਚੌਂਕੜੀਆਂ ਹੈ, ਇੱਕ ਚੌਂਕੜੀ 4 ਯੁੱਗਾਂ ਦੀ ਹੈ, 43,20,000 ਸਾਲ, ਉਹਨੂੰ ਇੱਕ ਚੌਂਕੜੀ ਕਹਿੰਦੇ, 72 ਚੌਂਕੜੀਆਂ ਉਮਰ ਹੈ ਇੱਕ ਦੀ, ਉਹ 14 ਵਾਰੀ ਇਹ ਬਣ ਗਿਆ। ਆ ਗਿਆ ਨਾ ਫਿਰ ਉੱਥੇ ਹੀ ਜੂਨਾਂ ਵਿੱਚ, ਸੋ ਕਿਸੇ ਅਮਰ ਪਦਵੀ ਨੂੰ ਹਾਸਲ ਨਾ ਹੋਇਆ। ਮੁਕਤ ਯੁਗਤ ਦਰ ਖੋਲ੍ਹਾ, ਗੁਰੂ ਨਾਨਕ ਜੀ ਨੇ ਕਿਰਪਾ ਕੀਤੀ, ਕਲਯੁਗ 'ਤੇ ਤਰਸ ਖਾਧਾ। ਕਲਯੁਗ ਦਾ ਪਾਪ ਦਾ ਰੰਗ ਕਾਲਾ ਹੁੰਦਾ, ਕਲਯੁਗ ਦਾ ਵੀ ਰੰਗ ਕਾਲਾ ਹੈ, ਇਹਦੇ ਵਿੱਚ ਪਾਪ ਬਹੁਤੇ ਹੁੰਦੇ ਨੇ। ਇਹ ਕਿ ਅੰਮ੍ਰਿਤ ਤਿਆਰ ਕੀਤਾ 10ਵੇਂ ਜਾਮੇ ਵਿੱਚ, ਕਿ ਗੁਰੂ ਵਾਲੇ ਬਣੋ, ਅੰਮ੍ਰਿਤ ਦੀ ਰਹਿਤ ਰੱਖੋ, ਫਿਰ ਇਹ ਟਿਕਿਆ ਰਹੇਗਾ, ਬਖਸ਼ਿਸ਼ ਟਿੱਕੀਆਂ ਰਹਿਣਗੀਆਂ। ਫਿਰ ਜਦੋਂ ਸ੍ਰੀ ਛੱਡੋਗੇ ਦਰਗਾਹ 'ਚ ਥਾਂ ਮਿਲ ਜਾਏਗਾ, ਕਿੱਡਾ ਸਿੱਧਾ ਰਸਤਾ, ਸੌਖਾ ਹੀ, ਕੋਈ ਔਖਾ ਨਹੀਂ ਹੈ ਰਹਿਤ ਰੱਖਣੀ। ਪਰ ਕਰਮ ਇੰਨੇ ਮਾੜੇ ਨੇ ਕਿ ਉਸ ਪਾਸੇ ਜੀਵ ਆ ਹੀ ਨਹੀਂ ਰਿਹਾ ਕਿ ਮੈਂ ਗੁਰੂ ਵਾਲਾ ਬਣ ਕੇ ਕੁਝ ਬੰਦਗੀ ਕਰਾਂ, ਕੁਝ ਲਾਹਾਂ ਖੱਟਾਂ। ਅੱਜ ਕੱਲ੍ਹ ਕਰਦਿਆਂ ਕਰਦਿਆਂ ਉਮਰ ਬੀਤ ਜਾਂਦੀ ਹੈ, ਸਰਫ ਸਰਫ ਇਵੇਂ ਗਈ ਵਿਹਾਏ। ਨਾਨਕ ਕਿਸ ਨੂੰ ਆਖੀਏ ਬਿਨ ਬੁੱਝਿਆ ਹੀ ਲੈ ਜਾਏ। ਜਦੋਂ ਬੰਦੇ ਦੀ ਮੌਤ ਆਉਂਦੀ ਹੈ ਉਦੋਂ ਪੁੱਛਿਆ ਨਹੀਂ ਜਾਂਦਾ ਵੀ ਤੈਨੂੰ ਖੜੀਏ ਕਿ ਨਾ। ਚਲੋ ਆਹ ਪੰਡਤਾਂ ਜਿਹੜੇ ਚੱਲਦਾ, ਇੱਥੇ ਤਿਉਹਾਰ ਹੈ,
ਆਹ ਵਾਰ ਹੈ ਜੀ ਲਿਖਿਆ ਜੀ, ਇਸ ਵਾਰ ਤੂੰ ਆਉਣਾ, ਇਸ ਵਾਰ ਮਰਨਾ, ਇਸ ਵਾਰ ਆ, ਇਹ ਲੋਕ ਦੱਸ ਦੁੱਸ ਦਿੰਦੇ ਨੇ, ਭਰਮ ਭਰਮ ਪਾ ਦਿੰਦੇ ਨੇ, ਪਰ ਗੁਰਬਾਣੀ ਨੇ ਇਹਨਾਂ ਗੱਲਾਂ ਨੂੰ ਨਹੀਂ ਮੰਨਿਆ। ਮਰਨਾ ਮੂਰਤ ਪੁੱਛਿਆ ਕਿੰਨੇ ਟਾਈਮ, ਕਿੰਨੇ ਵਜੇ, ਕੈਸਾ ਪੁੱਛੀ, ਥਿਤਨਾ ਵਾਰ, ਲਸ਼ਕਰ ਸਣੇ ਦਮਾਮਿਆਂ ਛੁੱਟੇ ਬੰਕ ਦੁਆਰ, ਨਾਨਕ ਢੇਰੀ ਸ਼ਾਰ ਕੀ ਫੇ ਫਿਰ ਹੋਈ ਸ਼ਾਰ। ਕਾਲ ਜਿਹੜਾ ਨਾ ਇਹ ਪੁੱਛਦਾ ਨਹੀਂ ਵੀ ਹੁਣ ਵਾਰ ਥਿੱਤ ਫਿੱਟ ਹੈ, ਹੁਣ ਠੀਕ ਹੈ, ਇਹ ਤਾਂ ਪੰਡਤਾਂ ਦੇ ਕੰਮ ਨੇ। ਇਸ ਕਰਕੇ ਗੁਰੂ ਘਰ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ, ਵੀ ਗੁਰਬਾਣੀ ਵੀ ਇਹਨਾਂ ਗੱਲਾਂ ਨੂੰ ਮੰਨਦੀ ਵੀ ਆ ਇਸ ਤਰ੍ਹਾਂ ਜੀ, ਉਹ ਹੁਕਮ ਹੋਇਆ ਆ ਗਿਆ, ਹੁਕਮੇ ਹੀ ਜਮ ਲੱਗਦਾ, ਜਮ ਆਪਣੀ ਮਰਜ਼ੀ ਨਾਲ ਨਹੀਂ ਆਉਂਦਾ ਵੀ ਮੈਂ ਫਲਾਣੇ ਨੂੰ ਲੈ ਆਉ ਨਾ ਜੀ, ਹੁਕਮੇ ਕੱਢਦਾ ਸਾਹਾ ਹੈ। ਫਿਰ ਜਿੰਨੇ ਸਾਹ ਹੁੰਦੇ ਨੇ ਥੋੜ੍ਹੇ ਬਹੁਤੇ ਬਾਕੀ, ਉਹਨਾਂ ਚਿਰ ਉਹ ਕੋਲ ਖੜ੍ਹਾ ਰਹਿੰਦਾ, ਕੋਈ ਦੱਸ ਵੀ ਦਿੰਦੇ ਨੇ ਜਾਮ ਆ ਗਏ, ਉਹ ਇਹ ਹੈ ਉਹ ਹੈ, ਉਹ ਦੇਖਦੇ ਨੇ ਵੀ ਹੁਣ ਸਾਹ ਪੂਰੇ ਹੋ ਗਏ, ਹੁਕਮ ਹੁੰਦਾ ਫਿਰ ਉਹ ਲੈ ਕੇ ਤੁਰ ਪੈਂਦੇ ਨੇ। ਲੰਮਾ ਰਸਤਾ ਅੱਗੇ, 21 ਆਉਂਦੀਆਂ ਨੇ ਜਮਾਂ ਦੀਆਂ ਜਗਾਤਾਂ, ਆ ਜਿਵੇਂ ਆ ਚੁੰਗੀਆਂ ਆਉਂਦੀਆਂ ਰਸਤੇ ਵਿੱਚ, ਪੈਸੇ ਨਹੀਂ ਦਿੰਦੇ ਲੰਘਣਾ ਤਾਂ ਇੰਨੇ ਦਿਓ, ਉਹ ਜਿਹੜਾ ਮਾੜਾ ਮੋਟਾ ਹੁੰਦਾ ਨਾ ਲੋਕ ਦਿਖਾਵੇ ਦਾ ਪੁੰਨ ਦਾਨ, ਉਹ ਲੁੱਟ ਲੈਂਦੇ ਨੇ। ਪੁੰਨ ਦਾਨ ਜੋ ਬੀਜਦੇ ਸਰ ਧਰਮ ਰਾਏ ਕੇ ਜਾਈ, ਉਹ ਕਹਿੰਦੇ ਸਾਨੂੰ ਦੇ ਦੇ ਸੌਖਾ ਲੰਘਾ ਦਿੰਦੇ ਹਾਂ। ਇਸ ਕਰਕੇ ਲੋਕ ਦਿਖਾਵੇ ਦੇ ਪੁੰਨ ਦਾਨ ਜਿਹੜੇ ਨਾ ਇਹ ਚੰਗੇ ਨਹੀਂ ਹੁੰਦੇ। ਦਾਨ ਬਾਰੇ ਛੇਵੇਂ ਮਹਾਰਾਜ ਨੂੰ ਪੁੱਛਿਆ ਸੀ ਸਿੱਖਾਂ ਨੇ, ਸੱਚੇ ਪਾਤਸ਼ਾਹ ਤੁਸੀਂ ਦੱਸੋ ਕੀ ਹੋਣਾ ਚਾਹੀਦਾ। ਗੁਰੂ ਜੀ ਨੇ ਕਲਮ ਕਾਗਜ਼ ਲੈ ਕੇ 00 ਸਿਫਰਾਂ ਲਿਖੀਆਂ, ਕਹਿੰਦੇ ਕੀ ਲਿਖਿਆ ਮਹਾਰਾਜ? ਕੁਛ ਨਹੀਂ ਹੈ। ਫਿਰ ਇੱਕ ਲਿਖਿਆ 10, 100, 1000, 10,000, 1,00,000, 1,00,000। ਇੱਕ ਲਿਖਿਆ ਨਾ ਤਾਂ ਜਿਹੜਾ ਗੁਰੂ ਵਾਲਾ ਬਣ ਕੇ ਦਾਨ ਕਰਦਾ ਨਾ, ਆ ਸਿਫਰਾਂ ਵਾਂਗੂੰ ਵੱਧਦਾ, ਉਹਦਾ ਇਹ ਵੀ ਹੋਣਾ ਚਾਹੀਦਾ ਵੀ ਮੈਂ ਜੋ ਦਾਨ ਦਿੱਤਾ ਇਹਦੇ ਨਾਲ ਕੋਈ ਨਸ਼ਾ ਤਾਂ ਨਹੀਂ ਖਰੀਦਿਆ ਜਾਣਾ, ਘਰ ਬੈਠਿਆਂ ਨੂੰ ਲੱਗੂ ਅੱਧਾ ਪਾਪ, ਕੋਈ ਇਹੋ ਜਿਹੀ ਗਲਤ ਗਲਤ ਨਹੀਂ ਇਹਦੇ ਨਾਲ ਹੋਣੀ, ਫਿਰ ਨਾ ਹੀ ਦਈਏ ਤਾਂ ਚੰਗਾ। ਖੇਤ ਪਛਾਣ ਬੀਜੇ ਦਾਨ, ਇਹ ਖੇਤ ਠੀਕ ਹੈ, ਚੰਗਾ ਹੈ, ਵਧੇਗਾ ਨਾ, ਘਾਟਾ ਤਾਂ ਨਹੀਂ ਪਏਗਾ, ਫਿਰ ਠੀਕ ਹੈ। ਸੋ ਇਸ ਤਰ੍ਹਾਂ ਵਿਚਾਰ ਹੋ ਰਹੀ ਸੀ, ਰੂਹ ਜਿਹੜੀ ਹੈ ਹੁਕਮੇ ਹੀ ਜਮ ਲੱਗਦਾ, ਹੁਕਮੇ ਕੱਢਦਾ ਸਾਹਾ ਹੈ। ਜਦੋਂ ਕਾਲ ਇਹਨੂੰ ਚਵੀਣੀ ਬਣਾਉਂਦਾ ਨਾ, ਪਤਾ ਨਹੀਂ ਉਹ ਕੰਨਾਂ ਰਸਤੇ ਆ ਜਾਏ, ਅੱਖਾਂ ਰਸਤੇ ਆ ਜਾਏ, ਰੂਹ ਨੂੰ ਕਿਹੜੇ ਰਸਤੇ ਕੱਢਿਆ ਜਾਏ। ਕੰਨਾਂ ਰਸਤੇ ਕੱਢਿਆ ਹਰਨ ਬਣ ਜਾਏਗਾ, ਅੱਖਾਂ ਰਸਤੇ ਕੱਢਿਆ ਪਤੰਗੇ ਦੀ ਜੂਨ ਅੱਗੇ ਤਿਆਰ ਹੀ ਹੈ, ਮੁੱਖ ਦੇ ਰਸਤੇ ਕੱਢਿਆ ਮੱਛੀ ਬਣੇਗਾ, ਇੱਧਰੋਂ ਸਰੀ ਛੱਡਿਆ ਉੱਧਰੋਂ ਮੱਛੀ, ਬਹੁਤੀ ਦੇਰ ਨਹੀਂ ਲੱਗਦੀ, ਕਈ ਜੂਨਾਂ ਇਹੋ ਜਿਹੀਆਂ ਨੇ ਅੱਗੇ ਸਰੀਰ ਤਿਆਰ ਨੇ। ਇਹ ਹੁਕਮ ਹੈ 42 ਲੱਖ ਜੂਨ ਪਾਣੀ ਵਿੱਚ ਹੈ, 42 ਲੱਖ ਬਾਹਰ। ਉਸੇ ਤਰ੍ਹਾਂ ਸੰਸਾਰ ਚੱਲੀ ਜਾਂਦਾ, ਸਾਨੂੰ ਪਤਾ ਨਹੀਂ ਹੈ ਇਹਨਾਂ ਗੱਲਾਂ ਦਾ, ਸੋਝੀ ਨਹੀਂ ਹੈ। ਉਹ ਜਿਵੇਂ ਨਾ ਰਾਮ ਰਾਏ ਜੀ ਗਏ ਸੀ ਦਿੱਲੀ, ਉੱਥੇ ਕਾਜੀ ਕਹਿੰਦਾ ਦੇਖੋ ਜੀ ਮੇਰੀ ਉਮਰ 20 ਸਾਲ ਬਾਕੀ ਹੈ। ਰਾਮ ਰਾਏ ਜੀ ਕਹਿੰਦੇ ਕਾਜੀ ਜੀ ਪਰਸੋਂ ਦੁਪਹਿਰੇ ਤੁਸੀਂ ਚਲੇ ਜਾਣਾ ਹੈ, ਮ੍ਰਿਤੂ ਹੋ ਗਿਆ, ਇੱਕੋ ਦਿਨ ਲੰਘਿਆ। ਦਾਵਾ ਨਹੀਂ ਐਸਾ ਕਰਨਾ ਚਾਹੀਦਾ, ਦਾਵੇ ਦਾਜਨ ਹੋਤਾ ਦਿਨ ਰਾਵੇ ਰਹੇ ਨਿਸੰਗ, ਕਿਸੇ ਚੀਜ਼ ਦਾ ਦਾਵਾ ਨਾ ਬੰਨੇ, ਤਿਆਰ ਹੀ ਰਹੇ ਵੀ ਹੁਣ ਦੇਖੇ ਵੀ ਹੁਣ ਤੱਕ ਕਿੰਨੀ ਬੰਦਗੀ ਕਰ ਲਈ, ਹੁਣ ਤੱਕ ਕੀ ਕਰ ਲਿਆ, ਕੀ ਪਤਾ ਵੀ ਛੇਤੀ ਸੁਣਾ ਆਉਣਾ ਹੋਵੇ, ਉਹਨੇ ਪੁੱਛਣ ਥੋੜ੍ਹੀ ਆਉਣਾ ਕਿਸੇ ਨੂੰ। ਕੁਛ ਰੂਹਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੁੱਗੀਆਂ ਹੋਈਆਂ ਰੂਹਾਂ ਕਹਿੰਦੇ ਨੇ, ਪਾਸ ਹੋਈਆਂ। ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਉਹ ਤਾਂ ਆਪਾਂ ਜਾਣਦੇ ਹੀ ਹਾਂ, ਜਦੋਂ ਖੇਡਦੇ ਨੇ ਕਿ ਜਿੱਤ ਗਿਆ, ਇੱਕ ਹਾਰ ਗਿਆ, ਇੱਕ ਪੁੱਗ ਗਿਆ, ਉਹ ਜਿੱਤ ਗਿਆ, ਉਹਨਾਂ ਜਨਮ ਜਿੱਤਿਆ ਹੁੰਦਾ, ਜਨਮ ਪਦਾਰਥ ਜੀਤ ਐਸੇ ਬੜੇ ਬਚਨ ਹੁੰਦੇ ਨੇ। ਉਹਨਾਂ ਨੂੰ ਇਹ ਪਤਾ ਹੁੰਦਾ ਵੀ ਕਦੋਂ ਜਾਣਾ, ਬਾਕੀ ਕਿਸੇ ਨੂੰ ਕੋਈ ਪਤਾ ਨਹੀਂ। ਉਹ ਅੱਗਾ ਪਿੱਛਾ ਵੀ ਕਰ ਲੈਂਦੇ ਨੇ, ਚਲੋ ਮੇਰੇ ਥਾਂ ਦਾ ਤੂੰ ਚਲਾ ਜਾ। ਸੰਤ ਕਰਮ ਸਿੰਘ ਨੇ ਉਮਰ ਬਦਲੀ, ਸੰਤ ਲਾਲ ਸਿੰਘ ਪਹਿਲਾਂ ਚਲੇ ਗਏ, 2 ਸਾਲ ਕੁਛ ਸਮੇਂ ਬਾਅਦ ਚਲੇ ਗਏ। ਗੁਰੂ ਅਮਰਦਾਸ ਜੀ ਨੇ 6 ਸਾਲ
11 ਮਹੀਨੇ 18 ਦਿਨ ਦੀ ਉਮਰ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ, ਗੁਰਗੱਦੀ ਵੀ ਦਿੱਤੀ ਵੀ ਬਾਅਦ ਜਾਣਾ ਸੀ, ਪਹਿਲਾਂ ਚਲੇ ਗਏ। ਉਹ ਜਿਹੜਾ ਹੁੰਦਾ ਨਾ ਆਪਣੀ ਆਪਣੀ ਵਾਰੀ, ਉਹ ਦੋ 'ਤੇ ਲਾਗੂ ਨਹੀਂ, ਨਾ ਗੁਰੂ 'ਤੇ ਨਾ ਬ੍ਰਹਮ ਗਿਆਨੀ 'ਤੇ, ਬਾਕੀ ਸਾਰੇ ਸੰਸਾਰ 'ਤੇ ਉਹ ਬਚਨ ਲਾਗੂ ਹੈ ਵੀ ਵਾਰੀ ਆਪਣੀ ਆਪਣੀ ਜਾਣਾ ਭਾਈ, ਬਦਲੀ ਅਦਲੀ ਬਦਲੀ ਨਹੀਂ ਹੁੰਦੀ। ਸੋ ਇਸ ਤਰ੍ਹਾਂ ਇਹ ਲੰਮੀ ਖੇਡ ਹੈ ਰੂਹਾਂ ਦੀ। ਜੇ ਸੁਰਤ 'ਤੇ ਰਾਜੇ ਜੀ ਸੁਰਤ ਬਣਾ ਲਈ, ਉਸ ਰਾਹ ਤੁਰ ਪੈਂਦਾ, ਫਿਰ ਮਦਦ ਕੌਣ ਕਰੇਗਾ? ਅੱਗੇ ਜਾਣਾ ਤਾਂ ਸੱਚ ਹੈ, ਪਰ ਉਹ ਮੂਲਾ ਵੀ ਕਹਿੰਦਾ ਸੀ ਆਹੋ ਗੁਰੂ ਮਹਾਰਾਜ, ਮਰਨਾ ਸੱਚ ਹੈ ਜੀਵਣਾ ਝੂਠ। ਗੁਰੂ ਜੀ ਕਹਿੰਦੇ ਦੇਖ ਭਾਈ ਮੂਲੇ, ਇਹ ਤੇਰੇ ਨੇਚੇ ਨਹੀਂ ਹੈ, ਅੰਦਰੋਂ ਨਹੀਂ ਕਹਿ ਰਿਹਾ, ਸੁਣੀ ਸੁਣਾਈ ਹੈ। ਆਹੋ ਜੀ ਜਾਣਾ ਮਰ ਜਾਈਏ, ਘੁੰਮਣਾ ਆਈਏ, ਝੂਠੀ ਦੁਨੀਆ ਲੱਗਣਾ ਆਪ ਵਜਾਈਏ, ਫਿਰ ਚੰਗੇ ਕੰਮ ਕਰੋ। ਜਦੋਂ ਸੋਝੀ ਹੋ ਗਈ ਮਰ ਜਾਣਾ, ਰਹਿਣਾ ਨਹੀਂ ਫਿਰ ਨਿੰਦਿਆ ਝੁਗਲੀ ਝੂਠ ਵੈਰ ਵਿਰੋਧ ਖਿੱਚ ਵਿੱਚ, ਬਹੁਤ ਹੀ ਆਲਸ ਨੀਂਦਰ ਦਲਿੱਦਰ, ਸਾਰੀਆਂ ਗੱਲਾਂ ਫਿਰ ਛੱਡੋ, ਪਤਾ ਹੀ ਹੈ ਜਾਣਾ ਹੀ ਹੈ। ਉਹ ਇਹ ਵੀ ਨਹੀਂ ਦੂਜੇ ਦੀ ਵਾਰੀ ਹੈ ਮੇਰੀ ਨਹੀਂ ਹੈ, ਨਹਿ ਬਾਰਕ ਨਹਿ ਜੋਬ ਨੇ ਨਹਿ ਬਿਰਦੀ ਕਿਛ ਬੰਦ, ਉਹ ਬੇਰਾ ਨਾ ਬੂਝੀਏ ਜੋ ਆਏ ਪਰੇ ਜਮ ਬੰਦ। ਗੁਰੂ ਜੀ ਕਹਿੰਦੇ ਪਤਾ ਨਹੀਂ ਹੈ, ਬੱਚਾ ਹੈ, ਜਵਾਨ ਹੈ, ਸਿਆਣੀ ਉਮਰ ਦਾ ਹੈ, ਬਜ਼ੁਰਗ ਹੈ, ਕਦੋਂ ਕਿਹਦੀ ਵਾਰੀ ਆ। ਉਹ ਲਿਖਿਆ ਹੋਇਆ ਉਹਨੂੰ ਸਿਰ ਕੇ ਲੇਖ ਨਾ ਪੜ੍ਹੇ ਜਾਣਾ, ਉਹਨੂੰ ਆਪਣੇ ਲੇਖ ਪੜ੍ਹਨੇ ਨਹੀਂ ਆਉਂਦੇ। ਜਿਹਨਾਂ ਵੱਡੇ ਵੱਡੇ ਮਹਾਂਪੁਰਸ਼ਾਂ ਨੂੰ ਪੜ੍ਹਨੇ ਆਉਂਦੇ ਨੇ, ਉਹ ਹਿਸਾਬ ਦੀ ਤਿਆਰੀ ਕਰ ਲੈਂਦੇ ਨੇ, ਦੱਸ ਦਿੰਦੇ ਨੇ ਵੀ ਹੁਣ ਜਾਣਾ, ਬਾਕੀ ਨਹੀਂ ਕੋਈ ਪੜ੍ਹ ਸਕਦਾ। ਉਹ ਇੱਕ ਘੜੀ ਵੀ ਪਹਿਲਾਂ ਪਤਾ ਨਹੀਂ ਹੁੰਦਾ, ਥੋੜ੍ਹੇ ਸਵਾਸ ਰਹਿ ਜਾਣ ਉਦੋਂ ਤਾਂ ਸਾਰਿਆਂ ਨੂੰ ਪਤਾ ਹੈ, 90 ਸਾਲ ਰਹਿ ਗਏ ਤਿਆਰੀ ਹੈ ਜੀ, 81 ਚਲੇ ਗਏ 9 ਰਹਿ ਗਏ, ਸਵਾਸਾਂ ਦੀ ਗੰਢ ਖੁੱਲ੍ਹੀ ਹੈ, ਮਨਮੁੱਖ ਵੀ ਕਹਿ ਦੇਗਾ ਹੁਣ ਜਾ ਰਿਹਾ ਮੈਂ। ਇਹ ਤਾਂ ਨਹੀਂ ਹੈ ਵੀ ਉਹਦੇ ਦਰਗਾਹ ਦੇ ਦਰਵਾਜ਼ੇ ਖੁੱਲ੍ਹ ਗਏ, ਨਹੀਂ ਉਹ ਅੰਦਰੋਂ ਸੋਝੀ ਪੈ ਗਈ ਵੀ ਹੁਣ ਸਮਾਂ ਨੇੜੇ ਹੀ ਹੈ। ਤਰੱਕੀ ਤਾਂ ਹੈ ਜੇ ਉਹਨੇ ਕੁਛ ਪੱਲੇ ਬੰਨ ਲਿਆ, ਕੋਈ ਰੱਬ ਦੇ ਨਾਂ ਦੀ ਪੂੰਜੀ। ਇੱਕ ਸਵਾਮੀ ਤੁਲਸੀਦਾਸ ਜੀ ਹੋਏ ਨੇ ਯੂਪੀ ਵਿੱਚ, ਸੋਹਰਾ ਪਿੰਡ ਉਹਨਾਂ ਦੀ ਜਨਮ ਭੂਮੀ, ਹੁਣ ਤਾਂ ਸ਼ਹਿਰ ਆ। ਉਹ ਬਹੁਤ ਸਾਰੇ ਉਹਨਾਂ ਦੇ ਜਿਹੜੇ ਹੁੰਦੇ ਸੀ ਲੋਕ, ਉਹ ਕਹਿੰਦੇ ਤੁਸੀਂ ਇੰਨੇ ਉੱਚ ਕੋਟੀ ਦੇ ਵਿਦਵਾਨ ਹੋ, ਕੋਈ ਗੱਲ ਦੱਸੋ ਤਜਰਬੇ ਦੀ। ਹੁੰਦਾ ਹੀ ਹੈ ਜਿੱਥੇ ਕੋਈ ਇਕੱਠੇ ਹੋਣ ਉਹੋ ਜਿਹੀ ਗੱਲ ਚਲਾਉਂਦੇ ਨੇ ਜਿਹੋ ਜਿਹੇ ਖਿਆਲ ਹੋਣ। ਕਹਿੰਦੇ ਮੇਰੇ ਸਮਝ ਵਿੱਚ ਦੋ ਗੱਲਾਂ ਆਈਆਂ। ਤੁਲਸੀਦਾਸ ਜੀ ਨੂੰ 500 ਕੁਛ ਸਾਲ ਹੋ ਗਏ। ਤੁਲਸੀ ਇਸ ਜਗਤ ਮੇਂ ਕਰ ਲੀਜੇ ਦੋ ਕਾਮ, ਦੇਨੇ ਕੋ ਟੁਕੜਾ ਭਲਾ। ਜੇ ਕਿਸੇ ਨੂੰ ਦੇਣਾ ਚਾਹੁੰਦੇ ਹੋ, ਰੋਟੀ ਖਵਾ ਦਿਓ ਕਿਸੇ ਗਰੀਬ ਨੂੰ ਜਾਂ ਭੁੱਖੇ ਨੂੰ, ਕੁਛ ਲੈਣਾ ਚਾਹੁੰਦੇ ਹੋ, ਲੈਨੇ ਕੋ ਹਰੀ ਨਾਮ। ਹੁਣ ਜੋ ਕਿਸੇ ਕੋਲ ਰੋਟੀ ਦਾ ਟੁਕੜਾ ਉਹ ਤਾਂ ਗਰੀਬ ਨੂੰ ਦਏਗਾ, ਕਿਸੇ ਕੋਲ ਕੱਪੜਾ ਉਹ ਵੀ ਦਏਗਾ, ਲੈ ਵੀ ਤਨ ਟੱਕ ਲੈ। ਜੋ ਵਸਤ ਭਾਂਡੇ ਵਿੱਚ ਸਾਈ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਿਵੇਂ ਕਹਿੰਦੇ ਨੇ ਫਲਾਣੇ ਨੇ ਗਾਲਾਂ ਦਿੱਤੀਆਂ, ਉਹਦੇ ਕੋਲ ਹੈ ਹੀ ਇਹ ਕੁਛ। ਸੋ ਕਿਸੇ ਨੇ ਦੇਣੇ ਕੋ ਟੁਕੜਾ ਫਲਾ, ਜੋ ਕਿਸੇ ਕੋਲ ਉਹ ਹੀ ਤਾਂ ਦੂਜੇ ਨੂੰ ਦੇਵੇਗਾ ਨਾ। ਜੇ ਆਪ ਸ਼ਾਂਤੀ ਨਹੀਂ, ਅੱਗ ਹੀ ਬਲਦੀ ਤਾਂ ਅੱਗ ਹੀ ਵੰਡੇਗਾ, ਸ਼ਾਂਤੀ ਕਿੱਥੋਂ ਤੋਂ ਦੇ, ਹੈ ਹੀ ਨਹੀਂ। ਆਪਾਂ ਆਮ ਜਾਣਦੇ, ਆਪਾਂ ਸ਼ਹਿਰ ਗਏ ਅਤੇ ਖਲੋ ਦੇ ਕੱਪੜੇ ਵਾਲੀ ਦੁਕਾਨ 'ਤੇ, ਉਹਨੂੰ ਕਹਿੰਦੀ ਇਹ ਵੀ 400 ਦੇ ਦੋ ਨੱਟ ਦੇ ਦੇ, ਇੱਕ ਪਟਾ ਦੇ ਦੇ ਅਤੇ ਥੋੜ੍ਹੀ ਜਿਹੀ ਗਲੀਸ਼ ਦੇ ਦੇ। ਉਹ ਕਹਿੰਦੇ ਅੱਗੇ ਚੱਲ, ਅੱਗੇ ਅਤੇ ਕੱਪੜਾ ਮਿਲਦਾ। ਹੁਣ ਅੱਗੇ ਸਬਜ਼ੀ ਵਾਲਿਆਂ ਦੇ ਚਲੇ ਗਏ ਵੀ 2 ਮੀਟਰ ਕੱਪੜਾ ਦੇ ਦੇ, ਇੱਕ ਪੱਗ ਦਾ ਦੇ ਦੇ। ਕਹਿੰਦੇ ਹੈ ਅੱਖਾਂ ਹੈਗੀਆਂ ਨਾਲ ਕਿ ਨਹੀਂ, ਇੱਥੇ ਨਹੀਂ ਆ, ਅੱਗੇ ਚੱਲ। ਹੁਣ ਅੱਗੇ ਨਟ ਬੋਲਟ ਵਾਲੇ ਆ ਗਈ, ਕਹਿੰਦੇ 2 ਕਿਲੋ ਗੋਭੀ ਦੇ ਦੇ, ਇੰਨੀ ਸਬਜ਼ੀ ਦੇ, ਮੂਰਖੀਏ ਹੈ ਕਿ। ਸੋ ਇਹੀ ਕਹਿਣਗੇ ਨਾ ਦੁਕਾਨਦਾਰ ਵੀ ਅਕਲੋ ਹੀ ਅੰਨਾ, ਪਤਾ ਹੀ ਨਹੀਂ ਹੈ। ਇਸੀ ਤਰ੍ਹਾਂ ਸਾਡਾ ਇਹ ਸੁਭਾਅ ਹੈ, ਜਿੱਥੇ ਜਾਈ ਜਾਏ ਬਹੀਏ ਭਲਾ ਕਹੀਏ, ਜਿਹਦੇ ਨਾਲ ਗੱਲ ਕਰਨੀ ਪਹਿਲਾਂ ਦੇਖੋ ਬੰਦਾ ਕਿਹੋ ਜਿਹਾ, ਗੁਰਮੁਖ ਉਹਦੇ ਨਾਲ ਗੁਰਮੁਖਾਂ ਵਾਲੀ ਗੱਲ ਕਰੋ, ਰੂਹਾਨੀਅਤ ਦੀ ਛੇੜੋ।
ਜਿਹੋ ਜਿਹਾ ਹੁੰਦਾ ਨਾ ਉਹੋ ਜਿਹਾ ਉੱਥੇ ਉਹ ਗੱਲ ਕੀਤੀ ਜਾਂਦੀ, ਜਿਹੋ ਜਿਹਾ ਕੋਈ ਹੁੰਦਾ ਉਹਦਾ ਨਹੀਂ ਵੀ ਸਾਰਿਆਂ ਥਾਂ 'ਤੇ ਇੱਕੇ ਜਿਹਾ ਹਿਸਾਬ ਕਿਤਾਬ ਹੁੰਦਾ, ਬਿਲਕੁਲ ਨਹੀਂ। ਸੋ ਇਸ ਤਰ੍ਹਾਂ ਵਿਚਾਰ ਹੋ ਰਹੀ ਸੀ, ਇਹ ਜਿਹੜਾ ਪੁੰਨਦਾਨ ਹੁੰਦਾ ਇਹਦੇ ਕਈ ਕਾਰਨ ਨੇ। ਜਦੋਂ ਇਨਸਾਨ ਬੁਰੇ ਕਰਮ ਕਰਦਾ ਤਾਂ ਇਹਦੇ ਪੁੰਨ ਘਟਣ ਲੱਗ ਜਾਂਦੇ ਨੇ, ਹੌਲੀ 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 ਮੁੱਕ ਜਾਂਦੇ ਨੇ, ਫਿਰ ਸਰੀਰ 'ਤੇ ਆ ਕੇ ਪੈਂਦੀ ਹੈ। ਕਹਿੰਦੇ ਨੇ ਬਿਮਾਰ ਹੋ ਗਿਆ, ਪਾਠ ਕਰਾਓ, ਪੁੰਨ ਵੱਧ ਜਾਏਗਾ, ਗੁਰਬਾਣੀ ਪੜ੍ਹੀ ਜਾਏਗੀ, ਅਰਦਾਸਾਂ ਹੋਣਗੀਆਂ, ਠੀਕ ਹੋ ਜਾਏਗਾ। ਜੇ ਜ਼ਿਆਦਾ ਹੀ ਪਾਪ ਪੈ ਗਿਆ ਸਿਰ 'ਤੇ ਤਾਂ ਮਤਲਬ ਬਹੁਤਾ ਜ਼ਬਰਦਸਤ ਪੁੰਨ ਚਾਹੀਦਾ, ਬੜੀ ਬੰਦਗੀ ਚਾਹੀਦੀ ਹੈ, ਉਨੀ ਹੋ ਨਹੀਂ ਸਕਦੀ, ਫਿਰ ਉਹ ਚਲਾ ਹੀ ਜਾਂਦਾ। ਅਤੇ ਇਸ ਕਰਕੇ ਉਹ ਪੁੰਨ ਦਾਨ ਜੋ ਬੀਜਦੇ ਬੀਜਦੇ ਕਿੱਥੇ ਨੇ? ਸਰੀਰ 'ਚ। ਸਭ ਧਰਮ ਰਾਹ ਅੱਗੇ ਜਾਈ ਰਾਹ ਭਰੇ ਹੀ ਜਾਂਦੇ ਨੇ ਉੱਥੇ, ਉਦੋਂ ਘੱਟ ਲੋਕ ਜਾਂਦੇ ਨੇ ਸਵਰਗ ਵਿੱਚ, ਵਿਰਲੇ ਵਿਰਲੇ ਟਾਵੇਂ ਟਾਵੇਂ, ਚੰਗੇ ਕੰਮ ਹੀ ਨਹੀਂ ਲੋਕ ਕਰਦੇ, ਉਦੋਂ ਘੱਟ ਜਾਂਦੇ ਨੇ ਬੈਕੁੰਠਾਂ ਨੂੰ ਬਹੁਤ, ਕੋਈ ਕੋਈ ਕੋਈ। ਉਸ ਤੋਂ ਅੱਗੇ ਹੈ ਗੁਰੂ ਕੀ ਦਰਗਾਹ, ਉੱਥੇ ਕੋਈ ਵਿਰਲਾ ਗੁਰਮੁਖ ਉਹ ਜਾਂਦਾ, ਆਮ ਨਹੀਂ ਕਿਸੇ ਦੀ ਹਿੰਮਤ। ਸੋ ਇਸ ਤਰ੍ਹਾਂ ਇਹ ਸਿੱਧ ਹੁੰਦਾ ਕਿ ਜਿਹੜਾ ਜਨਮ ਹੁੰਦਾ ਨਾ, ਇਹ ਕਰਮਾਂ ਦੇ ਅਨੁਸਾਰ ਕਿ ਕਿਹੋ ਜਿਹਾ ਅੱਗੇ ਹੋਣਾ, ਕਿਹੋ ਜਿਹਾ ਹੋਣਾ, ਹੁਣ ਗੁਰੂ ਵਾਲਾ ਹੈ, ਬੰਦਗੀ ਵੀ ਬਹੁਤ ਕਰ ਲਈ, ਫਿਰ ਤਾਂ ਮੁੱਕ ਜਾਏਗਾ ਚੱਕਰ, ਆਖਰੀ ਹੈ। ਕੁਛ ਲੋਕ ਇਹੋ ਜਿਹੇ ਨੇ ਦਾਨ ਪੁੰਨ ਕਰਦੇ ਨੇ, ਸਿਮਰ ਨਹੀਂ ਕਰਦੇ, ਕੁਛ ਇਹੋ ਜਿਹੇ ਨੇ ਇਸ਼ਨਾਨ ਕਰਦੇ ਨੇ ਅਤੇ ਪਾਠ ਨਹੀਂ ਕਰਦੇ, ਨੇਰੇ ਨਹਾਤਿਆਂ 'ਤੇ ਗਤੀ ਨਹੀਂ ਨਾ ਹੋ ਜਾਣੀ। ਭਾਈ ਗੁਰਦਾਸ ਜੀ ਕਹਿੰਦੇ, ਮਿਲੇ ਜੇ ਤੀਰਥ ਨਹਾਤਿਆਂ ਡੱਡਾਂ ਜਲ ਵਾਸੀ। ਹੁਣ ਜਿਹੜਾ ਤੀਰਥਾਂ 'ਤੇ ਗਏ, ਨਾ ਪ੍ਰਸ਼ਾਦ ਕਰਾਇਆ, ਨਾ ਮੱਥਾ ਟੇਕਿਆ, ਮਹਾਰਾਜ ਨਹਾਤੇ 'ਤੇ ਤੁਰ ਪਏ। ਮਿਲੇ ਜੀ ਤੀਰਥ ਨਹਾਤਿਆਂ ਡੱਡਾਂ ਜਲਵਾਸੀ, ਨੇਰਾ ਹੀ ਨਹਾਉਣ ਨਾਲ ਰਬਤ ਨਹੀਂ ਨਾ ਮਿਲਦਾ, ਨਾ ਆਇਆ ਤਾਂ ਹੋ ਗਈ ਗੱਲ। ਵਾਲ ਵਧਾਇਆ ਪਾਈਏ ਬੜ ਜੱਟਾਂ ਪਲਾਸੀ, ਜੇ ਵਾਲ ਲਾਵੇਂ ਲੈ ਕੇ ਲੰਮੇ ਕਰ ਲੈ। ਸਾਡੇ ਸਿੱਖ ਧਰਮ ਵਿੱਚ ਹੈ ਕਸਾਉਣੇ ਨਹੀਂ, ਕਟਾਉਣੇ ਨਹੀਂ, ਮਨਾਉਣੇ ਨਹੀਂ, ਅਤੇ ਲੈ ਕੇ ਬਜ਼ਾਰੀ ਲਾਉਣੇ ਵੀ ਨਹੀਂ, ਲੰਮੇ ਲੰਮੇ ਦਿਖਾਏ ਜਾਣ ਲੋਕਾਂ ਨੂੰ। ਕਹਿੰਦੇ ਜੀ ਲੰਮੇ ਲਾਵੇਂ ਲੈ ਕੇ ਲਾਈਏ, ਜੜ ਬੜ ਜੱਟਾਂ ਪਲਾਸੀ, ਤਾਂ ਬੁੜ ਦੀ ਤਾਂ ਮੁਕਤੀ ਹੋਈ ਨਹੀਂ, 84 'ਚ ਹੀ ਹੈ। ਨੰਗੇ ਰਿਹਾ ਜੇ ਮਿਲਿਆ ਬੜ ਮਿਰਗ ਉਦਾਸੀ, ਵਸਤਰ ਨਾ ਪੈ ਰਿਹਾ ਐਨਸ ਕਹਿ ਰਿਹਾ ਵੀ ਕੱਪੜੇ ਨਹੀਂ ਪਾਉਣੇ, ਚਲੋ ਨੰਗੇ ਹੀ ਤੁਰੇ ਫਿਰਦੇ ਵੀ ਮੁਕਤੀ ਹੋ ਜਾਏਗੀ, ਆ ਜਾਨਵਰਾਂ ਦੀ ਤਾਂ ਹੋਈ ਨਹੀਂ, ਕੋਈ ਕੱਪੜੇ ਨਹੀਂ ਪਾਉਂਦੇ। ਜੇ ਪਾਈਏ ਚੁੱਪ ਕੀਤਿਆਂ, ਬੋਲਣਾ ਹੀ ਨਹੀਂ, ਚੁੱਪ, ਕੋਈ ਗੱਲ ਕਰਨੀ ਨਹੀਂ ਹੈ, ਨਾ ਚੰਗੀ ਨਾ ਮਾੜੀ, ਬਿਲਕੁਲ ਚੁੱਪ। ਜੇ ਪਾਈਏ ਚੁੱਪ ਕੀਤਿਆਂ ਪਸ਼ੂਆਂ ਜੜ ਹਾਸੇ, ਆ ਜਿਹੜੀਆਂ ਜੜ ਚੀਜ਼ਾਂ ਨੇ, ਬੋਲਦੇ ਨਹੀਂ ਗੀਆਂ, ਗੱਲਾਂ ਬਾਤਾਂ ਨਹੀਂ ਕਰਦੀਆਂ, ਪੱਥਰ ਪੁੱਥਰ ਜੇ ਹੋ ਰਹੇ, ਇਹਨਾਂ ਦੀ ਮੁਕਤੀ ਤਾਂ ਹੋਈ ਨਹੀਂ। ਫਿਰ ਭਾਈ ਸਾਹਿਬ ਜੀ ਕਹਿੰਦੇ ਨੇ, ਬਿਨ ਗੁਰ ਮੁਕਤ ਨਾ ਹੋ, ਵਾਹਿਗੁਰ ਮਿਲੇ ਖਲਾਸੀ। ਕਿ ਤੁਸੀਂ ਸਾਰੀ ਦੁਨੀਆ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਨੰਗੁਰੇ ਦੀ ਗਤੀ ਨਹੀਂ ਹੁੰਦੀ, ਬਿਨ ਗੁਰ ਮੁਕਤ ਨਾ ਹੋਵੇ ਮੁਕਤੀ ਨਹੀਂ ਹੁੰਦੀ। ਆਪਣੇ ਆਪ ਕੋਈ ਕਹੀ ਜੀ ਆਹੋ ਜੀ ਮੈਂ ਮੁਕਤਾਂ ਜੀ ਮੇਰੀ ਹੋ ਜਾਏਗੀ ਕਹਿਣ ਨਾਲ ਹੁੰਦੀ, ਤਾਂ ਸਾਰੀ ਦੁਨੀਆ ਹੀ ਤਰ ਜਾਂਦੀ, ਕਹਿਣਾ ਕਿਹਨੂੰ ਨਹੀਂ ਆਉਂਦਾ। ਈਸ਼ਵਰੀ ਕਾਨੂੰਨ ਰੱਬ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਕਿ ਉਹਨੇ ਕਹਿ ਦਿੱਤਾ ਹੈ ਇਸ ਤਰ੍ਹਾਂ ਹੋ ਜਾਏਗਾ ਅਤੇ ਵਾਹਿਗੁਰੂ ਉਵੇਂ ਮੰਨ ਜਾਏਗਾ, ਐਸਾ ਨਹੀਂ ਹੈ। ਬਿਨ ਗੁਰ ਮੁਕਤ ਨਾ ਹੋਵੇ, ਗੁਰ ਮਿਲਿਆ ਖਲਾਸੀ। ਜਦੋਂ ਗੁਰੂ ਵਾਲਾ ਬਣ ਕੇ ਸਿਮਰਨ ਕਰਦਾ ਹੈ, ਭਜਨ ਪਾਠ ਕਰਦਾ ਹੈ, ਬੰਦਗੀ ਕਰਦਾ ਹੈ, ਫਿਰ ਇਹਦੀ ਮੁਕਤੀ ਹੁੰਦੀ, ਫਿਰ ਦੁੱਖਾਂ ਤੋਂ ਹੁੰਦੀ ਖਲਾਸੀ। ਉਹਨਾਂ ਚਿਰ ਇਹ ਤੁਰਿਆ ਹੀ ਰਹਿੰਦਾ ਅੱਗੇ ਦੇ ਅੱਗੇ ਅੱਗੇ ਦੇ ਅੱਗੇ, ਰੂਹ ਮਰਦੀ ਨਹੀਂ ਹੈ। ਪਰਮਾਤਮਾ ਦੀ ਅੰਸ਼ ਹੈ ਆਤਮਾ, ਆਤਮਾ ਦੀ ਅੰਸ਼ ਹੈ ਮਹਿਤ ਮਨ, ਜਿਹੜਾ ਨਾ ਮਨ ਮਰੇ ਨਾ ਮਾਰਿਆ ਜਾਏ, ਇਹ ਸਦਾ ਹੀ ਹੈ ਰੱਬ, ਸਦਾ ਹੀ ਹੈ ਰੱਬ ਦੇ ਬੱਚੇ ਵੀ ਸਦਾ ਹੀ ਹੈ। ਅਤੇ ਆਤਮਾ ਪਰਮਾਤਮਾ ਦੀ ਅੰਸ਼ ਹੈ, ਕਹੋ ਕਬੀਰ ਰਾਮ ਕੀ ਅੰਸ਼, ਐਂ ਸਮਝੇ ਵੀ ਇਹ
ਨਾਦੀ ਹੁੰਦੇ ਨੇ, ਬਿੰਦੀ ਹੁੰਦੇ ਨੇ, ਇਹ ਨਾਦੀ ਅੰਸ਼ ਹੈ। ਜੇ ਆਪਾਂ ਹੋਰ ਸੌਖਾ ਸਮਝਣਾ ਹੋਵੇ, ਇਹ ਸਮਝੀਏ ਵੀ ਚਾਰ ਸਾਹਿਬਜ਼ਾਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਪੋਤਰੇ ਨੇ, ਐਂ ਕਹਿ ਲਓ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਇਹ ਵਿਦ ਕਰਦ ਤਪੱਸਿਆ ਪੋਏ ਦੁਆਇ ਤੇ ਇੱਕ ਰੂਪ ਹੋ ਗਏ। ਇਹ ਪਤਾ ਨਹੀਂ ਲੱਗਦਾ ਕਿ ਅਕਾਲ ਪੁਰਖ ਕਿਹੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਨੇ, ਜਿਵੇਂ ਪਾਣੀ ਵਿੱਚ ਪਾਣੀ ਮਿਲਿਆ ਹੋਇਆ। ਉਸ ਛੱਤਿਆ ਨੇ ਰੂਪ ਧਾਰਿਆ ਸੰਸਾਰ ਅਤੇ ਪਟਨਾ ਸਾਹਿਬ। ਇਹ ਹੁਣ ਜਿਹੜੇ ਨਾਦੀ ਬਿੰਦੀ ਨੇ, ਇਹ ਐਂ ਕਹਿ ਲਓ ਵੀ ਨਾਦੀ ਚਾਰ ਸਾਹਿਬਜ਼ਾਦੇ ਅਕਾਲ ਪੁਰਖ ਜੀ ਦੇ ਪੋਤਰੇ ਨੇ। ਕਿੱਡੀਆਂ ਵੱਡੀਆਂ ਹਸਤੀਆਂ ਨੇ ਅਕਾਲ ਪੁਰਖ ਦੇ, ਤਾਂ ਕਿਸੇ ਨੂੰ ਦਰਸ਼ਨ ਹੀ ਨਹੀਂ ਹੁੰਦੇ। ਵੱਡਿਆਂ ਵੱਡਿਆਂ ਨੂੰ ਤਾਂ ਹੁੰਦੇ ਨਹੀਂ, ਜਪਜੀ ਸਾਹਿਬ ਵਿੱਚ ਦੱਸਿਆ। ਉਹ ਵੇਖਿਆ ਉਹਨਾਂ ਨਜ਼ਰ ਨਾਲ ਬਰਮਾ ਸ਼ਿਵਜੀ ਵਿਸ਼ਨੂੰ, ਇਹਨਾਂ ਨੂੰ ਅਕਾਲ ਪੁਰਖ ਨਹੀਂ ਦਿਸਦਾ। ਅਕਾਲ ਪੁਰਖ ਜੀ ਇਹਨਾਂ ਨੂੰ ਦੇਖ ਰਹੇ ਨੇ ਵੀ ਕੀ ਕਰਦੇ ਫਿਰਦੇ ਨੇ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਣ, ਉਹ ਵੇਖਿਆ, ਉਹ ਇਹਨਾਂ ਨੂੰ ਵੇਖਦਾ ਇਹ ਤਿੰਨ ਮੁੱਖ ਦੇਵਤੇ ਕੀ ਕਰਦੇ ਨੇ। ਇਹ ਅਕਾਲ ਦੀ ਹੱਦ ਦੇ ਅੰਦਰ ਅਕਾਲ ਪੁਰਖ ਦੇਖਦਾ, ਪਰ ਇਹਨਾਂ ਨੂੰ ਅਕਾਲ ਪੁਰਖ ਜੀ ਦਿਸਦੇ ਹੀ ਨਹੀਂ। ਤੋ ਜਿਹੜੇ ਅਕਾਲ ਪੁਰਖ ਜੀ ਦੇ ਪੋਤਰੇ ਨੇ, ਕਿੱਡੀ ਵੱਡੀ ਹਸਤੀ ਹੋਈ, ਪਰ ਦੇਵਤੇ ਤਾਂ ਉਹਨਾਂ ਦੇ ਸਾਹਮਣੇ ਕੁਛ ਵੀ ਨਹੀਂ। ਹੁਣ ਲੈ ਲਓ ਦੂਸਰਾ ਬਿੰਦੀ ਅੰਸ਼, ਉਹ ਗੁਰੂ ਨਾਨਕ ਸਰੂਪ ਗੁਰੂ ਤੇਗ ਬਹਾਦਰ ਨੇ ਹੋਏ। ਵਾਹਿਗੁਰੂ ਗੁਰੂ ਨਾਨਕ ਸਾਹਿਬ ਉੱਧਰੋਂ ਵੀ ਲੈ ਲਓ, ਉੱਧਰੋਂ ਵੀ ਹੇ ਰੱਬ ਦੇ ਹੀ ਪੋਤਰੇ ਨੇ। ਕਿੱਡੀ ਵੱਡੀ ਗੱਲ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਆਮ ਸਾਨੂੰ ਚਾਹੀਦਾ ਜਿੱਥੇ ਆਪਾਂ ਹੋਰ ਯਾਤਰਾ ਕਰਦੇ ਹੀ ਨਾ, ਤਖਤਾਂ 'ਤੇ ਜਾਂਦੇ ਹਾਂ, ਅੰਮ੍ਰਿਤਸਰ ਜਾਂਦੇ ਹਾਂ, ਹਜ਼ੂਰ ਸਾਹਿਬ ਜਾਈਏ ਜੀ, ਸਰਹੰਦ ਵੀ ਜਾਇਆ ਕਰੋ। ਉੱਥੇ ਬੱਚਿਆਂ ਨੂੰ ਦੱਸੋ ਵੀ ਆਹ ਦੇਖੋ, ਨਿੱਘੇ ਨਿੱਘੇ ਨੀਹਾਂ 'ਚ ਖੜ੍ਹੇ ਥੱਲੇ ਹੈ ਉਹ ਨੀਹਾਂ, ਉਹ ਰੱਖੀਆਂ ਹੋਈਆਂ ਖਾਲਸੇ ਨੇ ਸੰਭਾਲ ਕੇ ਉਸੇ ਤਰ੍ਹਾਂ। ਕਾਹਦੇ ਵਾਸਤੇ ਖੜ੍ਹੇ ਸੀ? ਧਰਮ ਨੂੰ ਸਦਾ ਕਾਇਮ ਰੱਖਣ ਵਾਸਤੇ। ਧਰਮ ਅਮਰ ਹੈ, ਅਵਿਨਾਸ਼ੀ ਹੈ, ਕਰਮ ਨਾਸ਼ਵੰਦ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਗਿਆਨ ਪਿਆ ਤੋਂ ਕਰਮ ਹੀ ਨਾਸ਼। ਚੌ ਯੁੱਗਾਂ ਦਾ ਇਤਿਹਾਸ ਪੜ੍ਹ ਲਓ, ਕਿਤੇ ਧਰਮ ਨਾਸ਼ ਤਾਂ ਨਹੀਂ ਲਿਖਿਆ। ਹਾਂ, ਧਰਮ ਦੀ ਹਾਨੀ ਥੋੜ੍ਹੀ ਬਹੁਤੀ ਹੋ ਸਕਦੀ ਹੈ। ਕੁਛ ਸਮਾਂ ਆਉਂਦਾ ਹੈ, ਸੱਚ ਨੂੰ ਦਬਾਇਆ ਜਾਂਦਾ, ਬੱਦਲ ਆ ਗਏ, ਸੂਰਜ ਦਿਸਦਾ ਨਹੀਂ, ਬੱਦਲ ਹੀ ਬੱਦਲ, ਬੱਦਲ ਹੀ ਬੱਦਲ। ਪਰ ਸੂਰਜ ਹੈ, ਮਰਿਆ ਨਹੀਂ ਬੱਦਲਾਂ ਨਾਲ। ਸਮਾਂ ਆਏਗਾ, ਬੱਦਲ ਹਟ ਜਾਣਗੇ, ਉਹ ਫਿਰ ਪ੍ਰਕਾਸ਼ ਉਸੇ ਤਰ੍ਹਾਂ ਹੀ। ਕੁਛ ਸਮੇਂ ਵਾਸਤੇ ਝੂਠ ਦਬਾਉਂਦਾ ਸੱਚ ਨੂੰ, ਉਹ ਸੱਚ ਵਿੱਚ ਇਹ ਵਿੱਚ ਉਹ ਜੜ੍ਹਾਂ ਫੁਲਾਈ ਜਾਂਦਾ, ਬੜਾ ਮਜ਼ਬੂਤ ਹੋ ਕੇ ਪ੍ਰਗਟ ਹੁੰਦਾ। ਫਿਰ ਝੂਠ ਲੱਭਦਾ ਹੀ ਨਹੀਂ ਵੀ ਗਿਆ ਕਿੱਧਰ। ਤੁਸੀਂ ਦੇਖੋ, ਜਦੋਂ ਬੱਦਲ ਹਟ ਜਾਂਦੇ ਨੇ, ਵਧੀਆ ਧੁੱਪ ਲੱਗਦੀ। ਤਾਂ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੋ ਕਾਲ ਹੈ, ਉਸ ਤੋਂ ਅੱਗੇ ਅਕਾਲ ਪੁਰਖ ਦੀ ਸੀਮਾ ਸ਼ੁਰੂ ਹੁੰਦੀ ਹੈ। ਕਾਲ ਪਾਏ ਬਰਮਾ ਬਵਤਾਰਾ, ਉਹ ਵੀ ਨਹੀਂ ਰਹਿੰਦੇ। ਕਾਲ ਪਾਏ ਸ਼ਿਵ ਜੀ ਅਵਤਾਰਾ, ਕਾਲ ਨਾਮ ਸਮੇਂ ਦਾ ਹੈ, ਸਮੇਂ ਤੋਂ ਪੈਦਾ ਹੋਏ ਨੇ, ਸਮੇਂ ਵਿੱਚ ਸਮਾ ਜਾਣਗੇ। ਜਿਹੜੇ ਅਕਾਲ ਪੁਰਖ ਜੀ ਹਨ, ਜਾਂ ਸਾਡੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ, ਸਾਹਿਬਜ਼ਾਦੇ ਹਨ, ਸਾਡੇ ਗੁਰੂ ਮਹਾਰਾਜ ਹਨ, ਇਹ ਸਦਾ ਹੀ ਹਨ। ਜਿਵੇਂ ਆਪਾਂ ਕਹਿੰਦੇ ਨਾ ਵੀ ਪਰਮਾਤਮਾ ਅਤੇ ਆਤਮਾ, ਪਰਮਾਤਮਾ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਅਕਾਲ ਪੁਰਖ ਜੀ ਸਦਾ ਹੀ ਹਨ, ਬ੍ਰਹਮੰਡ ਬਣਦੇ ਢਹਿੰਦੇ ਢਹਿੰਦੇ ਰਹਿੰਦੇ ਨੇ। ਉਹ ਜਿਹੜੇ ਸਦਾ ਹੀ ਹਨ, ਉਹਨਾਂ ਦੇ ਸਥਾਨ 'ਤੇ ਵੀ ਜਾਣਾ ਚਾਹੀਦਾ ਭਾਈ, ਉੱਥੇ ਵੀ ਮੱਥਾ ਟੇਕਣਾ ਚਾਹੀਦਾ। ਯਾਰ ਦੇਖੋ ਕਿੱਡਾ ਵੱਡਾ ਕੰਮ ਧਰਮ ਬਦਲੇ, ਛੋਟੀਆਂ ਛੋਟੀਆਂ ਉਮਰਾਂ ਇਹਨਾਂ ਨੇ ਕੀਤਾ, ਤਾਂ ਜ਼ਰੂਰੀ ਹੈ। ਸੋ ਵਿਚਾਰ ਹੋ ਰਹੀ ਸੀ ਕਾਲ ਅਕਾਲ, ਹੁਣ ਕਾਲ ਦਾ ਆਪਾਂ ਲੈ ਲਈਏ। ਤੁਸੀਂ ਦੇਖ ਲਓ, ਜਿਨ੍ਹਾਂ ਦੀ 65-70 ਸਾਲ ਦੀ ਉਮਰ ਹੈ, ਪਿੱਛੇ ਚਲੋ ਥੋੜ੍ਹਾ ਜਿਹਾ, ਦੇਸ਼ ਦੀ ਵੰਡ ਹੋਈ, ਪਾਕਿਸਤਾਨ ਇੰਡੀਆ ਵੱਖਰੇ ਵੱਖਰੇ ਹੋ ਗਏ, ਅਤੇ ਉਦੋਂ ਅੰਗਰੇਜ਼ ਰਾਜਾ ਸੀ ਜੀ, ਫਿਰ ਨਹਿਰੂ ਸੀ, ਫਿਰ ਫਲਾਣਾ ਸੀ, ਫਿਰ ਢਿੰਗਣਕਾ ਸੀ, ਅਤੇ ਇਹ ਗਿਣ ਲਓ 15-20 ਗਿਣ ਲਓ, ਕਿ 10-12 ਗਿਣ ਲਓ, ਕਿ ਕੋਈ 500 ਤਾਂ ਨਹੀਂ ਨਾ ਹੋ ਚੱਲਿਆ। ਪਰ ਇੱਕ ਇੱਕ ਦੇ ਰਾਜੇ ਦੇ ਹੁੰਦਿਆਂ ਦੁਨੀਆ ਕਿੰਨੀ ਹੋਈ, ਕਰੋੜਾਂ ਦੀ ਆਬਾਦੀ ਹੈ ਸੰਸਾਰ ਦੀ।
ਇਹ ਨਹੀਂ ਹੈ ਵੀ ਇੱਕ ਦੇਸੀ ਗੱਲ ਹੋ ਰਹੀ ਹੈ ਵੀ ਸਾਡੇ ਦੇਸ਼ ਦੀ ਇੰਨੀ ਪੂਰੀ ਧਰਤੀ ਦੇ ਸਾਰੇ ਵਿਦੇਸ਼ ਵਿੱਚ ਲੈ ਲਓ ਇੱਕ ਬੰਦਾ ਹੈ ਅੱਜ ਅਤੇ ਉਹਦੀ ਉਮਰ ਵਿੱਚ ਸੰਸਾਰ 'ਤੇ ਕਿੰਨੀ ਆਬਾਦੀ ਹੈ ਕਿੰਨੀ ਦੁਨੀਆ ਆ ਕੇ ਚਲੀ ਗਈ ਇਹ ਤਾਂ ਉਮਰਾਂ ਹੀ ਕੁਛ ਨਹੀਂ ਫਿਰ ਇਹ ਜਿਹੜੀ ਹੈ ਆਪਣਾ 43,20,000 ਸਾਲ ਇੱਕ ਚੌਂਕੜੀ 72 ਚੌਂਕੜੀ ਇੱਕ ਇੰਦਰ ਬਣਿਆ 14 ਇੰਦਰ ਮਰ ਜਾਣ ਤਾਂ ਬਰਮਾ ਜੀ ਦਾ ਇੱਕ ਦਿਨ ਏਡੀ ਵੱਡੀ ਰਾਤ ਹੁਣ ਕੀ ਨਹੀਂ ਜਾਏ ਉਹ ਕਾਲ ਦਾ ਹਿਸਾਬ ਤਾਂ ਇਸ ਤਰੀਕੇ ਸਿਰ ਬਰਮਾ ਜੀ ਦੀ 100 ਸਾਲ ਦੀ ਉਮਰ ਹੈ ਅਤੇ ਵਿਸ਼ਨੂੰ ਦਾ ਇੱਕ ਦਿਨ ਇਸ ਤਰੀਕੇ ਸਿਰ 365 ਬਰਮਾ ਮ੍ਰਿਤੂ ਹੁੰਦੇ ਨੇ ਅਤੇ ਵਿਸ਼ਨੂੰ ਦਾ ਇੱਕ ਸਾਲ ਹੁੰਦਾ ਅਤੇ ਸ਼ਿਵਜੀ ਦਾ ਇੱਕ ਦਿਨ ਵਿਸ਼ਨੂੰ ਦੀ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 10ਵੇਂ ਗ੍ਰੰਥ ਵਿੱਚ ਸ਼ਿਵਜੀ ਤੋਂ ਸ਼ੁਰੂ ਕੀਤਾ ਜੇ ਵੱਡਿਆਂ ਦੀ ਗਿਣਤੀ ਕਰ ਲਈ ਜਾਏ ਵੀ ਮੇਰੇ ਦੇਖਦੇ ਦੇਖਦੇ ਇੰਨੇ ਰਾਜੇ ਹੋਏ ਇੰਨੇ ਪ੍ਰਧਾਨ ਮੰਤਰੀ ਹੋਏ ਇੰਨੇ ਰਾਸ਼ਟਰਪਤੀ ਹੋਏ ਬਾਕੀ ਦੁਨੀਆ ਕਿੰਨੀ ਹੈ ਭਾਈ ਲਾ ਲਓ ਅੰਦਾਜ਼ਾ ਕੋਈ ਹਿਸਾਬ ਕਿਤਾਬ ਨਹੀਂ ਸਾਡੇ ਗੁਰੂ ਜੀ ਸਾਨੂੰ ਗੱਲ ਸਮਝਾਉਣੀ ਚਾਹੁੰਦੇ ਨੇ ਨਾ ਨਾ ਤਾਂ ਸ਼ਿਵਜੀਆਂ ਦੀ ਉਮਰਾਂ ਨਾਲ ਮਤਲਬ ਹੈ ਨਾ ਉਸ ਗਿਣਤੀ ਨਾਲ ਗੁਰੂ ਦਾ ਗਿਆਨ ਹੈ ਸਿਰੇ ਦਾ ਜੋ ਗੁਰੂ ਮਹਾਰਾਜ ਦਾ ਗਿਆਨ ਹੈ ਉਸ ਤੋਂ ਅੱਗੇ ਨਹੀਂ ਹੈ ਕਿਸੇ ਦਾ ਸਭ ਥੱਲੇ ਹੀ ਮਹਾਰਾਜ ਸਿਰੇ ਦੀ ਗੱਲ ਕਰਦੇ ਨੇ ਕਿ ਜਿਸ ਧਰਤੀ 'ਤੇ ਸ਼ਿਵਜੀ ਵਰਗੇ ਪਤਾ ਨਹੀਂ ਕਿੰਨੇ ਕੁ ਹੋ ਕੇ ਚਲੇ ਗਏ ਤਾਂ ਦੁਨੀਆ ਦੀ ਕੀ ਗਿਣਤੀ ਕਰੋਗੇ ਟਿੱਡੀ ਦਲ ਕਿੰਨਾ ਕਿੰਨੇ ਹੋ ਗਏ ਅੱਜ ਕੱਲ੍ਹ ਦੇ ਬੱਚਿਆਂ ਨੂੰ ਟਿੱਡੀ ਦਲ ਦਾ ਨਹੀਂ ਪਤਾ 60 ਸਾਲ ਪਿੱਛੇ ਚੱਲੋ 60-70 ਸਾਲ ਪਿੱਛੇ ਇਹਨਾਂ ਪਹਾੜਾਂ 'ਚੋਂ ਟਿੱਡੀ ਦਲ ਆਉਂਦਾ ਹੁੰਦਾ ਤਾਂ 15-15, 20-20 ਕਰੋੜ ਇਕੱਠਾ ਹੀ ਆਉਣਾ ਪੰਜਾਬ 'ਚ ਆਉਂਦਾ ਹੁੰਦਾ ਸੀ ਲੋਕਾਂ ਨੇ ਢੋਲ ਵਜਾਉਣੇ ਦਾ ਬਰੌਲਾ ਪਾਉਣਾ ਖੂਹਾਂ 'ਤੇ ਵੀ ਇਹ ਗਾਂ ਹੀ ਚਲਾ ਜਾਏ ਟਿੱਡੀ ਦਲ ਜੇ ਉਹ ਬਹਿ ਜੇ ਰਾਤ ਤਾਂ ਸਵੇਰ ਨੂੰ ਗੰਨਿਆਂ ਦੇ ਪੱਤੇ ਹੀ ਨਹੀਂ ਹੁੰਦੇ ਪੱਠੇ ਵੀ ਨਹੀਂ ਹੁੰਦੇ ਸਾਰੇ ਹੀ ਖਤਮ ਜੇ ਕਿਤੇ ਟਿੱਡੀ ਦਲ 3 ਕੁ ਦਿਨ ਰਹਿ ਜਾਏ ਤਾਂ ਕੱਖ ਨਾ ਰਹਿੰਦਾ ਫਸਲਾਂ ਦਾ ਦੱਬ ਢੋਲ ਕੁੱਟਦੇ ਵੀ ਟਿੱਡੀ ਦਲ ਆ ਗਿਆ ਭਾਈ ਉਹਦੀ ਗਿਣਤੀ ਇੰਨੀ ਹੁੰਦੀ ਉਹ ਫਸਲਾਂ ਖਾ ਜਾਂਦਾ ਅੱਜ ਕੱਲ੍ਹ ਦੇ ਨਿਆਣਿਆਂ ਨੂੰ ਨਹੀਂ ਪਤਾ ਵੀ ਟਿੱਡੀ ਦਲ ਕੀ ਹੁੰਦਾ ਇਹਨਾਂ ਵੇਖਿਆ ਹੀ ਨਹੀਂ ਤਿੱਤਲੀਆਂ ਜਿਹੀਆਂ ਹੁੰਦੀਆਂ ਹਰੀਆਂ ਜਿਹੀਆਂ ਖੰਭਾਂ ਵਾਲੀਆਂ ਇਸੇ ਤਰ੍ਹਾਂ ਉਹਨਾਂ ਵਿੱਚ ਇੱਕ ਹੋਰ ਹੁੰਦੇ ਮਰੋਲੇ ਜੇ ਖੱਟੇ ਖੰਭ ਅਤੇ ਕਾਲੇ ਉਹਨੂੰ ਖਾਈ ਜਾਂਦੇ ਉਹ ਘੱਟ ਹੁੰਦੇ ਬਹੁਤ ਗਿਣਤੀ 'ਚ ਘੱਟ ਹੁੰਦੇ ਜਿਵੇਂ ਹੰਸ ਗਿਣਤੀ 'ਚ ਘੱਟ ਹੁੰਦੇ ਇਸੀ ਤਰ੍ਹਾਂ ਜੇ ਸਾਡੇ ਗੁਰੂ ਸਾਹਿਬ ਨੇ ਸ਼ਿਵਜੀਆਂ ਤੋਂ ਸ਼ੁਰੂ ਕੀਤਾ ਕਾਲ ਦੀ ਗੱਲ ਸਮਝਾਉਣ ਵਾਸਤੇ ਅਤੇ ਟਿੱਡੀ ਦਲ ਦੁਨੀਆ 'ਤੇ ਕਿੰਨੇ ਕੁ ਹੋ ਕੇ ਚਲੇ ਗਏ ਅਟਾ ਸੱਟਾ ਵੀ ਨਹੀਂ ਆਪਾਂ ਲਾ ਸਕਦੇ ਵੀ ਕਿੰਨੇ ਕੁ ਸੋ ਗੁਰੂ ਮਹਾਰਾਜ ਇੱਕ ਸਾਨੂੰ ਕਾਲ ਦੀ ਗੱਲ ਸਮਝਾ ਰਹੇ ਨੇ ਕੋਈ ਸ਼ਿਵਜੀਆਂ ਦਾ ਇਤਿਹਾਸ ਨਹੀਂ ਲਿਖ ਰਹੇ ਕੋਈ ਸਾਨੂੰ ਹੋਰ ਗੱਲ ਨਹੀਂ ਇੱਕ ਉਹਨਾਂ ਦੀਆਂ ਉਮਰਾਂ ਲੈ ਕੇ ਸਾਡੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਇੰਨੀਆਂ ਉਮਰਾਂ ਵਾਲੇ ਪਤਾ ਨਹੀਂ ਕਾਕਾ ਇੱਥੇ ਕਿੰਨੇ ਕੁ ਚਲੇ ਗਏ ਅਤੇ ਤੇਰੀ ਤਾਂ ਗਿਣਤੀ ਕੋਈ ਨਹੀਂ ਅੱਜ ਵੀ ਇੰਨੀ ਅਤੇ ਕੱਲ੍ਹ ਵੀ ਇੰਨੀ ਜਿਸ ਹਵਾ ਨਾਲ ਵੱਡੇ ਵੱਡੇ ਬੋਹੜ ਪਿੱਪਲ ਪੁੱਟੇ ਹੀ ਜਾਣ ਲੱਭਣ ਹੀ ਨਾ ਵੀ ਗਏ ਕਿੱਧਰ ਉੱਥੇ ਰੂਹ ਦੀ ਫੰਬੀ ਕੀ ਕਰੇਗੀ ਗੁਰੂ ਸਾਹਿਬ ਨੇ ਬੜੇ ਵਧੀਆ ਢੰਗ ਨਾਲ ਸਾਨੂੰ ਕਾਲ ਦੀ ਗੱਲ ਸਮਝਾਈ ਹੈ ਕਿ ਸ਼ਿਵਜੀ ਦਾ ਸੁਪਨਾ ਜਰਾ ਵੱਡਾ ਹੈ ਅਤੇ ਸਾਡਾ ਛੋਟਾ ਹੈ ਉਹ ਹੀ ਸੁਪਨਾ ਅਤੇ ਇਹ ਵੀ ਸੁਪਨਾ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਦੱਸਿਆ ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ ਮਿੱਟੀ ਵਿੱਚ ਮਿਲ ਜਾਵੇਂਗੀ ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ ਮਿੱਟੀ ਵਿੱਚ ਮਿਲ ਜਾਵੇਂਗੀ ਜੇ ਮੇਰੀਏ ਮਿੱਟੀ ਮਿੱਟੀ ਵਿੱਚ ਮਿਲ ਜਾਵੇਂਗੀ ਮਿੱਟੀ ਦੀਏ ਢੇਰੀਏ ਮਿੱਟੀ ਵਿੱਚ ਮਿਲ ਜਾਵੇਂਗੀ
ਵਿੱਚ ਮਿਲ ਜਾਵੇਗੀ, ਮਿਲ ਪਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈਂ, ਕਿਤੇ ਵੇਦ ਪੁਰਾਣ ਵੱਡੇ ਵੱਡੇ ਸੱਤਰ ਤਾਰੀ, ਵੱਡੇ ਵੱਡੇ ਸੱਤਰ ਤਾਰੀ, ਵੱਡੇ ਵੱਡੇ ਸੱਤਰ ਤਾਰੀ, ਵੱਡਿਆਂ ਵੱਡਿਆਂ ਦੀ ਗਿਣਤੀ, ਵੱਡੀਆਂ ਵੱਡੀਆਂ ਉਹਨਾਂ ਦੀਆਂ ਉਮਰਾਂ ਗੁਰੂ ਸਾਹਿਬ ਨੇ ਕੀਤੀ ਹੈ। ਕਾਲ ਬਾਰੇ ਦੱਸਿਆ, ਕਾਲ ਬਾਰੇ ਉੱਥੇ ਜਾਈਏ ਨਾ ਵੀ ਭੌਰ ਸਾਹਿਬ, ਉੱਥੇ ਗੁਰੂ ਮਹਾਰਾਜ ਆਏ, ਕੀ ਦੇਖਿਆ? ਇੱਕ ਬਾਰਾਂ ਸਿੰਘਾਂ ਹੁੰਦਾ, ਉਹ ਪਾਣੀ ਪੀਣ ਲੱਗਾ, ਮੱਛੀ ਸੀ ਪਾਣੀ ਵਿੱਚ, ਉਹਨੇ ਦੇਖਿਆ ਵੀ ਇਹ ਕੋਈ ਮਾਸ ਹੈ ਮੁਲਾਇਮ ਜਿਹਾ, ਮੈਂ ਖਾ ਲਾ। ਉਹਨੇ ਜ਼ਬਾਨ ਆਪਣੇ ਮੂੰਹ 'ਚ ਪਾਈ, ਉਹ ਜੀ ਪਿਆਣਾ ਬਾਹਰ ਡਿੱਗਾ, ਬੜਾ ਸੋਹਲ ਹੁੰਦਾ। ਇਲ ਨੇ ਦੇਖਿਆ ਕੋਈ ਮਰਿਆ ਪਿਆ, ਉਹ ਖੰਭ ਢਿੱਲੇ ਕਰਕੇ ਉਹ ਸਿੰਘਾਂ ਦੇ ਵਿੱਚ ਪਰੁੱਚ ਗਈ। ਸੋ ਦਸਵੇਂ ਮਹਾਰਾਜ ਜੀ ਕਹਿੰਦੇ, ਦੇਖੋ ਕੁਦਰਤ ਦੀ ਨੇਤ, ਜਲ ਕਹਾਂ ਪਾਣੀ ਵਿੱਚ ਰਹਿਣ ਵਾਲੀ ਮੱਛੀ ਕਿੱਥੇ, ਥਲ ਕਹਾਂ ਜੰਗਲ 'ਚ ਰਹਿਣ ਵਾਲਾ ਜਾਨਵਰ ਕਿੱਥੇ, ਗਗਨ ਕੇ ਗਾਉਣ ਕਹਾਂ ਆਕਾਸ਼ ਵਿੱਚ ਉੱਡਣ ਵਾਲੀ ਹਿੱਲ। ਇਹਨਾਂ ਦਾ ਤਾਂ ਆਪਸ ਵਿੱਚ ਕੋਈ ਮੇਲਜੋਲ ਹੀ ਨਹੀਂ, ਪਰ ਮੌਤ ਤਿੰਨਾਂ ਨੂੰ ਇਕੱਠੀ ਆਈ, ਤੜਫ ਤੜਫ ਕੇ ਇਕੱਠੇ ਹੀ ਮਰੇ। ਜਲ ਕਹਾਂ ਥਲ ਕਹਾਂ ਗਗਨ ਕੇ ਗਾਉਣ ਕਹਾਂ, ਕਾਲ ਕੇ ਬਣਾਏ ਸਭੀ ਕਾਲ ਹੀ ਚਬਾਏਂਗੇ। ਇਹ ਕਾਲ ਦੀ ਹੱਦ ਦੇ ਅੰਦਰ ਜੋ ਕੁਛ ਆਪਾਂ ਦੇਖਦੇ ਹਾਂ ਸੁਣਦੇ ਹਾਂ, ਇਹ ਤੱਤ ਨੇ ਪੰਜ,
ਭਾਵੇਂ 84 ਇਹਨਾਂ 'ਚ ਵੀ 5 ਹੀ ਨੇ, 6ਵਾਂ ਤਾਂ ਕਿਸੇ 'ਚ ਹੈ ਨਹੀਂ। ਕਾਲ ਕੇ ਬਣਾਏ, ਸਮੇਂ ਦੇ ਬਣਾਏ ਹੋਏ ਨੇ, ਸਮੇਂ ਤੱਕ ਰਹਿਣਗੇ, ਸਦਾ ਨਹੀਂ। ਨਾਮ ਰਹੇ ਹੋ, ਸਾਧੂ ਰਹੇ ਹੋ, ਸਦਾ ਤਾਂ ਰਹਿਣ ਵਾਲੀਆਂ ਚੀਜ਼ਾਂ ਇਹ ਨੇ। ਬੜੇ ਬੜੇ ਕਰਨੀਆਂ ਵਾਲੇ, ਬੰਦੀਆਂ ਵਾਲੇ ਦੇਖੋ, ਸਤਯੁਗ ਵਿੱਚ ਪ੍ਰਹਲਾਦ ਜੀ ਹੋਏ, ਦੁਨੀਆਂ ਜਾਣਦੀ ਹੈ। ਸੰਤ ਪ੍ਰਹਲਾਦ ਜੀ ਪੈਜਨ ਰਾਖੀ। ਇੱਕ ਵਾਰੀ ਮਹਾਰਾਜ ਕਹਿੰਦੇ, ਐਂ ਦੱਸੋ ਵੀ ਕਬੀਰ ਜੀ ਦੇ ਸਮੇਂ ਰਾਜਾ ਕਿਹੜਾ ਸੀ? ਕੋਈ ਜਾਣਦਾ ਹੋਵੇ ਤਾਂ ਦੱਸੇ। ਮਹਾਰਾਜ, ਪਤਾ ਨਹੀਂ, ਮਾੜਾ ਮਾੜਾ ਸੁਣਿਆ ਸੀ ਵੀ ਸਿਕੰਦਰ ਲੋਧੀ ਹੈ ਹਿੰਦੁਸਤਾਨ ਦਾ, ਬਨਾਰਸ ਦਾ ਰਾਜਾ ਕੌਣ? ਪਤਾ ਹੋਵੇ ਤਾਂ ਦੱਸੇ, ਸੱਚੇ ਪਾਤਸ਼ਾਹ ਪਤਾ ਨਹੀਂ। ਕਹਿੰਦੇ ਕਬੀਰ ਨੂੰ ਕਿਉਂ ਸਾਰੀ ਦੁਨੀਆ ਹੀ ਜਾਣਦੀ ਹੈ? ਨਾਮ ਦੀ ਮਹਿਮਾ ਹੈ। ਰਾਜਾ ਵੀਰ ਸਿੰਘ ਬਘੇਲ, ਫਿਰ ਰਾਜਾ ਰਾਮ ਸਿੰਘ, ਐਸੇ ਰਾਜੇ ਕਬੀਰ ਜੀ ਦੇ ਸਮੇਂ ਹੋਏ ਨੇ, ਕੌਣ ਜਾਣਦਾ ਉਹਨਾਂ? ਕੋਈ ਪੁੱਛ ਹੈ ਹੀ ਨਹੀਂ ਗੱਲਬਾਤ। ਸੋ ਇਹ ਭਗਤ ਜਿਹੜੇ ਨੇ, ਇਹ ਸਦਾ ਹੀ ਬੰਦਗੀ ਵਾਲੀ ਆਤਮਾ, ਉਹ ਸਦਾ ਹੀ ਹੈ। ਨਾਮ ਰਹੇ ਹੋ, ਸਾਧੂ ਰਹੇ ਹੋ, ਰਹੇ ਹੋ ਗੁਰ ਗੋਬਿੰਦ। ਗੁਰੂ ਮਹਾਰਾਜ ਸਦਾ ਹੀ ਨੇ, ਸ਼ਬਦ ਗੁਰੂ ਹੈ। ਸਿੱਧਾ ਨੇ ਕਿਹਾ ਸੀ ਨਾ ਮਹਾਰਾਜ ਨੂੰ, ਸੱਚੇ ਪਾਤਸ਼ਾਹ ਤੁਸੀਂ ਬੜੇ ਵੱਡੇ ਸਮਰੱਥ ਹੋ, ਤੁਹਾਡਾ ਗੁਰੂ ਕੌਣ ਹੈ? ਗੁਰੂ ਜੀ ਕਹਿੰਦੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਫਿਰ ਸੱਤਵੀਂ ਪਾਤਸ਼ਾਹੀ ਗੁਰੂ ਜੀ ਨੇ ਕਿਹਾ, ਸਾਧਸੰਗ ਜੀ ਸ਼ਬਦ ਗੁਰੂ ਹੈ, ਮਰਿਆਦਾ 10ਵੇਂ ਜਾਮੇ ਵਿੱਚ ਪੂਰੀ ਕਰਾਂਗੇ। 8ਵੀਂ ਪਾਤਸ਼ਾਹੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਿਹਾ, ਸਾਧਸੰਗ ਜੀ ਸ਼ਬਦ ਗੁਰੂ ਹੈ, ਮਰਿਆਦਾ 10ਵੇਂ ਜਾਮੇ ਵਿੱਚ ਪੂਰੀ ਕਰਾਂਗੇ। ਫਿਰ 10ਵੇਂ ਮਹਾਰਾਜ ਨੇ 5 ਪੈਸੇ ਨਾਰੀਅਲ ਲੈ ਕੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ। ਇਹ ਸ਼ਬਦ ਗੁਰੂ ਜੁਗੋ ਜੁਗ ਟਲ, ਇਸੀ ਸ਼ਬਦ ਗੁਰੂ ਤੋਂ ਸ੍ਰਿਸ਼ਟੀ ਚੱਲੀ। ਸ਼ਬਦਾ ਹੀ ਤਾਂ ਉਤਪਤ ਹੋਇਆ, ਫਿਰ ਸ਼ਬਦਾ ਪਰਲੋ ਹੋਈ ਹੈ। ਜਿਨ੍ਹਾਂ ਦਾ ਇੰਨਾ ਵੱਡਾ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ 'ਤੇ ਕਿ ਸੱਚ ਹੀ ਹੈ ਕਿ ਖੰਡਾਂ ਬ੍ਰਹਮੰਡਾਂ ਦੇ ਮਾਲਕ ਹਨ ਮਹਾਰਾਜ, ਉਹਨਾਂ ਦਾ ਬੇੜਾ ਪਾਰ। ਜਿਨ੍ਹਾਂ ਦਾ ਵਿਸ਼ਵਾਸ ਹੀ ਨਹੀਂ, ਭਰੋਸਾ ਹੀ ਨਹੀਂ, ਉਹ ਰੂਹਾਂ ਧੱਕੇ ਖਾਂਦੀਆਂ ਫਿਰਦੀਆਂ, ਪਤਾ ਹੀ ਨਹੀਂ ਕਿੰਨੀਆਂ ਗੱਲਾਂ, ਕੋਈ ਗਿਣਤੀ ਨਹੀਂ। ਕਲਮੇ ਪ੍ਰੇਤ ਜਿੰਨੀ ਨਾਮ ਨਾ ਪਛਾਤਾ, ਪਹਿਲਾਂ ਜਿਉਂਦਿਆਂ ਸੋਚੀ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਵਿਧੀ ਨਾਲ, ਮਰ ਜਾਣ ਤੋਂ ਬਾਅਦ ਪ੍ਰੇਤ ਬਣ ਜਾਂਦੇ, ਤੁਰੇ ਫਿਰਦੇ, ਗਤੀ ਨਹੀਂ ਹੁੰਦੀ, ਕਿਉਂਕਿ ਸੋਚੀ ਨਹੀਂ ਹੈ, ਨਾਮ ਨਹੀਂ ਜਪਿਆ, ਬੰਦਗੀ ਕੀਤੀ ਨਹੀਂ। ਕਲਮੇ ਪ੍ਰੇਤ, ਕਲ ਮਤਲਬ ਕਲਯੁਗ, ਕਲਮੇ ਪ੍ਰੇਤ ਜਿੰਨੀ ਨਾਮ ਨਾ ਪਛਾਤਾ, ਪਛਾਤੇ ਦਾ ਮਤਲਬ ਸਿਮਰ ਨਹੀਂ ਕੀਤਾ। ਕਈ ਤੁਸੀਂ ਦੇਖਣਾ, ਕਈ ਇਹਨਾਂ ਤੋਂ ਉੱਚੇ ਹੁੰਦੇ ਨੇ, ਮਾਲਾ ਲੈ ਛੱਡਦੇ ਨੇ ਪਰ ਭਜਨ ਨਹੀਂ ਕਰਦੇ, ਕਈ ਗੁਟਕਾ ਘਰ ਰੱਖ ਛੱਡਦੇ ਨੇ, ਨਿਤਨੇਮ ਨਹੀਂ ਕਰਦੇ। ਭਾਈ ਇਸ ਤਰ੍ਹਾਂ ਨਹੀਂ ਹੈ ਵੀ ਰੋਟੀਆਂ ਗਲ 'ਚ ਪਾਇਆ ਭੁੱਖ ਦੂਰ ਹੋ ਜਾਏਗੀ, ਉਹਨੂੰ ਪੜ੍ਹੋ, ਸਿਮਰਨ ਕਰੋ, ਕਮਾਈ ਕਰੋ, ਬੰਦਗੀ ਕਰੋ, ਆਖਾਂ ਜੀਵਾਂ ਵਿਸਰੈ ਮਰ ਜਾਓ, ਉਹਨੂੰ ਜੀਵਨ ਬਣਾ ਵੀ ਹੈ ਤਾਂ ਮੈਂ ਕਰਨਾ ਹੀ ਕਰਨਾ ਹੈ, ਤਾਂ ਜ਼ਰੂਰੀ ਕੰਮ ਹੈ। ਕੁਝ ਸਵਾਲ ਲਾਜ਼ਮੀ ਹੁੰਦੇ ਨੇ, ਕੁਛ ਗੈਰ ਲਾਜ਼ਮੀ, ਮਾਸਟਰ ਦੱਸ ਦਿੰਦੇ ਵੀ ਆਹ ਕੰਮ ਜ਼ਰੂਰ ਕਰਨਾ ਹੀ ਕਰਨਾ, ਤਾਂ ਭਾਈ ਅਗਲੀ ਕਲਾਸ, ਆਹ ਨਾ ਵੀ ਕਰੇਗਾ ਕੋਈ ਗੱਲ ਨਹੀਂ। ਸੋ ਇਸ ਕਰਕੇ ਕੁਛ ਜ਼ਰੂਰੀ ਨੇ ਕਿ ਨਿੱਤ ਦਾ ਨੇਮ ਕਰਨਾ ਹੀ ਕਰਨਾ, ਸਵੇਰੇ ਉੱਠਣਾ ਹੀ ਉੱਠਣਾ, ਭਜਨ ਕਰਨਾ ਹੀ ਕਰਨਾ, ਬੰਦਗੀ ਕਰਨੀ ਹੀ ਕਰਨੀ। ਜਦੋਂ ਆਪਾਂ ਪੱਕਾ ਹੀ ਸੋਚਦੇ ਵੀ ਆਹ ਕੰਮ ਆਪਾਂ ਚੰਗੇ ਕਰਨੇ ਹੀ ਕਰਨੇ, ਕਰ ਭਲਾ ਹੋਏਗਾ ਭਲਾ, ਕੀਤਾ ਨਹੀਂ ਤਾਂ ਕਰਕੇ ਵੇਖ ਲੈ ਅੰਤ ਭਲੇ ਦਾ ਭਲਾ। ਜਦੋਂ ਦੀ ਇਹ ਸ੍ਰਿਸ਼ਟੀ ਚੱਲੀ ਹੈ, ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਹੋਇਆ, ਇਸ ਧਰਤੀ 'ਤੇ ਕਿਸੇ ਨਾਲ ਬੇਇਨਸਾਫ਼ ਨਹੀਂ ਹੋਇਆ, ਇਨਸਾਫ਼ ਹੀ ਹੁੰਦਾ ਪਰ ਥੋੜ੍ਹੀ ਦੇਰ ਹੁੰਦੀ। ਪਰਮੇਸ਼ਰ ਦੀ ਬਣਾਈ ਹੋਈ ਜੋ ਵੀ ਚੀਜ਼ ਹੈ ਉਹ ਬਸ ਚੋਪੀ ਭਲੀ ਹੈ। ਧਰਤੀ ਬਣਾਈ ਹੈ, ਕਹਿੰਦੇ ਪਾਣੀ 'ਚ ਖੁਰ ਚੱਲੀ ਸੀ, ਵਾਹਿਗੁਰੂ ਨੇ ਆਪਣੀ ਸੱਤਿਆ ਦਿੱਤੀ, ਬਚਨ ਵੀ ਆਉਂਦੇ ਨੇ, ਚਿੰਟੀ ਅਤੇ ਕੁੰਚ ਰਸਤੁਰਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਵਾਹਿਗੁਰੂ ਇੱਕ ਦ੍ਰਿਸ਼ਟੀ ਕਰਕੇ ਸਾਰੇ ਸੰਸਾਰ ਨੂੰ ਦੇਖ ਰਹੇ ਨੇ, ਜੂਨਾਂ ਵਿੱਚ ਨਹੀਂ ਦੇਖ ਰਹੇ ਨੇ ਜਿਵੇਂ ਕੋਈ ਦੂਰੋਂ ਦੇਖਦਾ।
खसमी नदरी कीड़ा आवै जीते चुगे दाने सो मुख जले ज कह ठाकर जूनी अजूनी है जूना विच नहीं है पर देख रहा सत्या दे रहा आ सूरज देख रहा सारे संसार नूं लैट ये दी नहीं इसी तरह वो कृपा दृष्टि करके देख रहा है नदरी हिट चलाएगा कि संसार किवें चलता है जिहो जिहा कोई कर्म करता है शरीर विच बीजदा उन्हूं फल मिल जाता है किसी को थोड़ा बाद च मिल गया किसी को छेती मिल गया मिल सबनू ही जाता है तो जो धरती चली है कर्मा का फल अगे दे अगे अगे दे अगे अगे दे अगे चलिया रहिंदा कोलों दी नहीं लंघदा मिलता जे जा कोई बीज ले भाई साहब भाई गुरदास जी भी कहते हैं जी हाँ बीवो ती हाँ फल पाए जिस तरह का कोई शरीर विच बीजदा है वो समा आउंदा उगदा है ओहो जे ख्याल ओहो जी गति ओहो जे अगे राह उन्हों मिलता ही मिलता है सारे ना मिल के बोलिया करो ये नहीं कोई अगे कोई पिछे एक आवाज विच बोलिया करो तेहा फल पाई दे हो जे कर्म कमाइए तेहा फल पाई दे कर्म कमाइए तेहा फल पाई दे हो जे कर्म कमाइए तेहा फल पाई दे हो जे कर्म कमाइए फल पाई दे हो जे कर्म कमाइए ਚਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਜਨਮ ਮਰਨ ਪਉ ਕੱਟਿਆ ਸੰਸਾਰ ਰੋਗ ਵਿਯੋਗ ਮਿਟਾਇਆ ਸੰਸਾਰ ਇਹ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਜਮ ਡੰਡ ਸਰੋਨਾ ਉਤਰੈ ਸਾਖਤ ਦੁਰਜਨ ਜਨ ਗੁਆਇਆ ਚਰਨ ਗਏ ਗੁਰਦੇਵ ਕੇ ਸਤ ਸ਼ਬਦ ਦੇ ਮੁਕਤ ਕਰਾਇਆ ਪਾਉ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਇਆ ਜਿਹਾ ਬੀਓ ਤਿਹਾ ਫਲ ਪਾਇਆ ਜਿਹੋ ਜਿਹਾ ਸਰੀਰ ਵਿੱਚ ਬੀਜਦਾ ਖੇਤ ਸਰੀਰ ਜੋ ਬੀਜਿਆ ਨਾਮ ਬੀਜ ਲਓ ਸਦਾ ਹੀ ਸੁੱਖ ਨਾਮ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ ਕਲਾ ਕਲੇਸ਼ ਵਾਲੀਆਂ ਚੀਜ਼ਾਂ ਤਾਂ ਦੁੱਖ ਦੇ ਸਕਦੀਆਂ ਨਾਮ ਬੀਜ ਸੰਤੋਖ ਸੁਹਾਗਾ ਬੀਜਣਾ ਕਿੱਥੇ ਹੈ ਸਰੀਰ 'ਚ ਵਾਹਿਗੁਰੂ 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 ਕਰੀ ਜਾਣੇ ਬੀਜਿਆ ਗਿਆ ਜਿੰਨਾ ਨਾਮ ਗਹਿਰਾ ਜਾਏਗਾ ਓਨਾ ਹੀ ਜ਼ਿਆਦਾ ਫਲ
ਜੇ ਆਪਾਂ ਬੁੱਲਾ ਨਾ ਕਰਦੇ ਹਾਂ, ਹੋਰ ਘੱਟ ਇਕਾਗਰਤਾ ਵੱਧਦੀ ਜਾਏਗੀ। ਕਈ ਵਾਰੀ ਕਈ ਐਸੇ ਗੁਰਮੁਖ ਨੇ ਉਹ ਵਾਹਿਗੁਰੂ ਇੱਕ ਇੱਕ ਸਕਿੰਟ 100-100 ਵਾਰੀ ਕਰ ਜਾਂਦੇ ਨੇ, ਇੰਨੀ ਤੇਜ਼ ਇਕਾਗਰਤਾ ਵੱਧ ਗਈ, ਫਿਰ ਹੌਲੀ ਕਰ ਲੈਂਦੇ ਆਰਾਮ ਨਾਲ। ਇਕਾਗਰ ਮਨ ਹੈ ਨਾ, ਤੇਜ਼ ਵੀ ਚੱਲ ਸਕਦਾ, ਹੌਲੀ ਵੀ ਚੱਲ ਸਕਦਾ, ਹੋਰ ਕੋਈ ਫੁਰਨਾ ਹੀ ਨਹੀਂ। ਬੀਜਿਆ ਨਾਮ ਉਹਨੇ ਸਦਾ ਸੁੱਖ ਦੇਣਾ, ਕਦੇ ਵੀ ਦੁੱਖ ਦਾ ਨੇੜੇ ਨਹੀਂ ਆਉਂਦਾ। ਹੁਣ ਬੀਜੀ ਕਲਾ ਕਲੇਸ਼ ਲਿਆ, ਦੁਖੀ ਬੀਜ ਲਿਆ, ਐਂ ਸਮਝੋ ਵੀ ਝੂਠ ਬੀਜ ਲਿਆ। ਬੀਜਿਆ ਕਿੱਥੇ? ਸਰੀਰ 'ਚ। ਸਾਡੇ ਗੁਰੂ ਮਹਾਰਾਜ ਕਹਿੰਦੇ ਨੇ ਕੂੜ ਬੋਲ ਮਰਦਾਰ ਖਾਏ, ਇੱਕ ਪਾਸੇ ਤੇ ਗਿਰਜ ਮਰਿਆ ਡੰਗਰ ਖਾ ਰਹੀ, ਇੱਕ ਬੰਦਾ ਪਾਸੇ ਇੱਕ ਝੂਠ ਬੋਲਣ ਡਿਆ, ਬਰਾਬਰ ਦੇ ਹੀ ਨਹੀਂ, ਮੁਰਦਾ ਖਾ ਰਿਹਾ। ਇੱਕ ਤੇ ਇਹ ਹੈ ਮੁਰਦਾ ਖਾਣਾ। ਇੱਕ ਗੁਰੂ ਨਾਨਕ ਜੀ ਕਹਿੰਦੇ ਨੇ ਕਿਸੇ ਦਾ ਹੱਕ ਖੋਲਿਆ ਵੀ ਨਾ ਮੈਂ ਨਹੀਂ ਦੇਣਾ, ਪੈਸਾ ਹੈ, ਜ਼ਮੀਨ ਹੈ, ਕੋਈ ਇਹੋ ਜਿਹਾ ਵੀ ਮੈਂ ਬਹੁਤ ਵੱਡਾ ਹੁੰਦਾ, ਕੋਈ ਧੱਕਾ ਕਰ ਲਿਆ ਕਿਸੇ ਨੂੰ, ਕੀ ਗੁਰੂ ਨਾਨਕ ਜੀ ਛੁਡਾ ਦੇਣਗੇ ਉਹਨੂੰ? ਕਿ ਉਹਨੂੰ ਕੋਈ ਪੀਰ ਲੋਕ ਉਹਦੀ ਹਾਮੀ ਭਰ ਕੇ ਉਹਨੂੰ ਸੁਰਖਰੂ ਕਰ ਦੇਣਗੇ ਵੀ ਇਹ ਦੁੱਖਾਂ ਤੋਂ ਬਚ ਜਾਏਗਾ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਉਹਨਾਂ ਵਾਸਤੇ ਸੂਰ ਹੈ, ਸਾਡੇ ਵਾਸਤੇ ਸਿੱਖਾਂ ਵਾਸਤੇ ਗਾਈ ਹੈ। ਗੁਰ ਪੀਰ ਹਾਵਾ ਤਾਂ ਪਰੇ, ਜਾ ਮਰਦਾਰ ਨਾ ਖਾਏ। ਦੂਸਰੇ ਦਾ ਹੱਕ ਖਾਣਾ ਇਹ ਵੀ ਮੁਰਦਾ ਹੀ ਖਾਣ ਦੇ ਬਰਾਬਰ ਹੈ। ਮੁਰਦੇ ਵਿੱਚ ਤਾਂ ਮੁਸ਼ਕ ਆਉਂਦੀ ਹੀ ਆਉਂਦੀ ਹੈ, ਮਰੇ ਡੰਗਰਾਂ 'ਚ ਵੀ ਆਉਂਦੀ ਹੈ। ਇਸੀ ਤਰ੍ਹਾਂ ਬਗਾਨੇ ਹੱਕ ਖਾਣ ਵਾਲੇ ਝੂਠ ਬੋਲਣ ਵਾਲਿਆਂ ਦੇ ਵਿੱਚ ਨਿੰਦਿਆ, ਚੁਗਲੀ, ਝੂਠ, ਵੈਰ, ਵਿਰੋਧ, ਖਿੱਚ ਪੁੱਛ, ਇੰਨੀਆਂ ਮੁਸ਼ਕ ਵਾਲੀਆਂ ਗੱਲਾਂ ਕਿ ਸਿਆਣਾ ਬੰਦਾ ਕੋਲ ਬੈਠਣਾ ਪਸੰਦ ਨਹੀਂ ਕਰਦਾ। ਕਹਿੰਦਾ ਨਿਰੀ ਇਹ ਤਾਂ ਗੱਲਾਂ ਹੀ ਹੋਰ ਨੇ। ਹਰ ਇਨਸਾਨ ਸ਼ਾਂਤੀ ਚਾਹੁੰਦਾ, ਸ਼ਾਂਤੀ ਵੀ ਸੁੱਖ ਮਿਲੇ। ਕੀੜੇ ਵੀ ਚਾਹੁੰਦੇ ਨੇ, ਬੰਦਾ ਤਾਂ ਕਿਤੇ ਹੀ ਹੈ, ਆਹ ਚੰਦਨ ਦਾ ਦਰਖਤ ਹੋਵੇ ਸੱਪ ਲਿਪਟ ਜਾਂਦੇ, ਇੱਥੇ ਬਹੁਤ ਸ਼ਾਂਤੀ ਹੈ। ਚਾਹੁੰਦਾ ਹਰ ਇੱਕ ਆਤਮਾ ਭਟਕ ਰਹੀ ਹੈ ਵੀ ਮੈਂ ਕਿਸੇ ਕਿਨਾਰੇ ਲੱਗਾ, ਪਰ ਭਾਲ ਗਲਤ ਹੈ। ਉਹ ਸੁੱਖ ਤਾਂ ਸਿਮਰਨ ਵਿੱਚ ਹੀ ਹੈ, ਬੰਦਗੀ ਵਿੱਚ ਹੀ ਹੈ, ਨਾਮ ਵਿੱਚ ਹੀ ਹੈ, ਗੁਰੂ ਚਰਨਾਂ ਵਿੱਚ ਹੀ ਹੈ। ਹੁਣ ਜੇ ਕੋਈ ਕਹੇ ਵੀ ਸੋਨਾ ਹੀ ਖਰੀਦੀ, ਮਰ ਜਾਈਏ ਖਰੀਦ ਖਰੀਦ ਕੇ, ਸੋਨੇ ਵਿੱਚ ਤਾਂ ਸੁੱਖ ਨਹੀਂ ਹੈ ਭਾਈ। ਰਾਵਣ ਕਿੰਨਾ ਕੁ ਸੁਖੀ ਸੀ, 360 ਕੋ ਸੋਨੇ ਦੀ ਲੰਕਾ ਰਾਵਣ ਕੋਲ ਸੀ। ਇੱਡਾ ਮਾੜਾ ਮੋਟਾ ਬੰਦਾ ਨਹੀਂ ਸੀ ਉਤਰੇ ਤੇ ਯੁੱਗ ਵਿੱਚ ਸਿਰੇ ਦਾ। ਬੜੇ ਬੜੇ ਰਾਜੇ ਮਹਾਰਾਜੇ ਤਾਂ ਖਲੋਤੇ ਰਹਿੰਦੇ ਲੇੜ ਬੰਨ ਕੇ, ਅਤੇ ਰਾਵਣ ਦਾ ਇਤਿਹਾਸ ਪੜ੍ਹ ਕੇ ਦੇਖੋ। ਕਹਿੰਦਾ ਵੀ ਸਾਰਾ ਸਾਰਾ ਦਿਨ ਖਲੋਤੇ ਰਹਿੰਦੇ, ਮੈਂ ਅੱਖਾਂ 'ਤੇ ਫੇਰ ਬਹਿੰਦੇ ਸੀ, ਪਰ ਮੈਨੂੰ ਨਹੀਂ ਸੀ ਪਤਾ। ਰਾਮ ਜੀ ਨਾਲ ਮੱਥਾ ਲਾਇਆ, ਆਹ ਹਾਲ ਹੋਣਾ ਮੇਰਾ, 1,00,000 ਪੂਤ, 1,25,000 ਨਾਤੀ, ਅਤੇ ਰਾਵਣ ਘਰ ਦੀ ਆ ਨਾ ਬਾਤੀ, ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਰਹਿ ਗਿਆ। ਸੋ ਕਿੰਨਾ ਉਹਦੇ ਕੋਲ ਸੋਨਾ ਸੀ, ਉਹਨੂੰ ਤਾਂ ਸੁੱਖ ਮਿਲਿਆ ਨਹੀਂ। ਕਿੰਨੀ ਕਿੰਨੀ ਕਿਸੇ ਕੋਲ ਚਾਂਦੀ ਹੈ, ਉਹਦੇ ਵਿੱਚ ਤਾਂ ਗੁਰੂ ਸਾਹਿਬ ਤਾਂ ਨਹੀਂ ਕਹਿੰਦੇ ਵੀ ਉਹਦੇ ਵਿੱਚ ਸੁੱਖ ਹੈ ਨਾ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕਾਗੂ ਅਗਰ ਚੰਦਨ ਲਈ ਭਾਵੈ ਜਾਓ, ਮਤ ਦੇਖ ਭੁੱਲਾ ਵਿਸਰੈ ਤੇਰੇ ਚਿੱਤ ਨਾ ਆਵੈ ਨਾ। ਇਹ ਤਾਂ ਭੁਲਾਉਣ ਵਾਲੀਆਂ ਤਾਂ ਚੀਜ਼ਾਂ ਹੋ ਸਕਦੀਆਂ ਵੀ ਰੱਬ ਨੂੰ ਜਿਵੇਂ ਬੱਚਾ ਖਿਡਾਉਣਿਆਂ 'ਚ ਲੱਗਾ, ਮਾਂ ਭੁੱਲ ਗਈ ਕੁਛ ਸਮੇਂ ਵਾਸਤੇ, ਭੁੱਲ ਤਾਂ ਸਕਦਾ ਪਰ ਸੁੱਖ ਨਹੀਂ ਹੈ। ਮੈਂ ਆਪਣਾ ਗੁਰੂ ਕੁਛ ਦੇਖਿਆ ਅਵਰ ਨਾ ਹੀ ਥਾ। ਚੰਡੀਗੜ੍ਹ ਥੋੜ੍ਹੇ ਸਾਲ ਹੋ ਗਏ, ਇੱਕ ਲੜਕਾ 30-32 ਸਾਲ ਦਾ, ਉਹ ਸਵੇਰੇ ਸਵੇਰੇ ਤੁਰਿਆ ਫਿਰਦਾ, ਤੂੰ ਬਾਬਾ ਜੀ ਨੂੰ ਮਿਲਿਆ? ਉਹ ਅੰਗਰੇਜ਼ੀ ਵੀ ਬਹੁਤ ਪੜ੍ਹੇ ਸੀ, ਪੁੱਛਦੇ ਨੇ ਕਾਕਾ ਕਿੱਥੋਂ ਆਇਆ? ਕਹਿੰਦੀ ਅਮਰੀਕਾ 'ਚ। ਇੱਥੇ ਕਿਵੇਂ ਫਿਰਦਾ? ਕਹਿੰਦੇ ਪੈਸਾ ਤਾਂ ਬਹੁਤ ਹੈ, ਸ਼ਾਂਤੀ ਨਹੀਂ ਹੈ, ਸੁੱਖ ਨਹੀਂ ਹੈ। ਅਤੇ ਮੈਂ ਕਿਹਾ ਚਲੋ ਉੱਥੇ ਚੱਲਦੇ ਹਾਂ, ਘੁੰਮਦੇ ਫਿਰਦੇ ਹਾਂ। ਇਸ ਦੇਸ਼ ਵਿੱਚ ਚੰਦ ਰਿਸ਼ੀ ਮੁਨੀ ਬਹੁਤ ਨੇ, ਅਤੇ ਇਸ ਕਰਕੇ ਬਾਬਾ ਜੀ ਨੇ ਫਿਰ ਸਮਝਾਇਆ ਮਹਾਂਪੁਰਸ਼ਾਂ ਨੇ, ਚੰਡੀਗੜ੍ਹ ਵਾਲਿਆਂ ਨੇ, ਵੀ ਇਸ ਤਰ੍ਹਾਂ ਦੇ ਨਾਲ ਤੂੰ ਭਜਨ ਕਰ, ਐਂ ਸਿਮਰਨ ਕਰ, ਇਸ ਤਰ੍ਹਾਂ ਸੁੱਖ ਜਿਹੜਾ ਹੈ ਨਾ ਉਹ ਬੰਦੇ ਦੇ ਅੰਦਰ ਗਹਿਰੇ ਤਲ 'ਤੇ ਛਿਪਿਆ ਹੋਇਆ, ਉਹਨੂੰ ਲੱਭ। ਬਾਹਰ ਨਾ ਤੁਰਿਆ ਫਿਰ ਵੀ ਪਤਾ ਉੱਥੇ ਸੁੱਖ ਮਿਲ ਜਾਏਗਾ, ਐਂ ਸਮਝ ਵੀ ਗੁੜ ਖਾਣ ਵਿੱਚ ਬੜਾ ਸੁੱਖ ਹੈ, ਖਾਈ ਜਾ ਕਿੰਨਾ ਕੁ ਚਿਰ, ਖਾਈ ਜਾ ਥੋੜ੍ਹੀ ਦੇਰ, ਖਾਏਗਾ ਕਿਤੇ ਬਸ ਨਹੀਂ, ਹੁਣ ਖਾਈ ਜਾ, ਮੌਤ ਹੀ ਹੈ ਫਿਰ ਜ਼ਿਆਦਾ ਖਾ ਕੇ, ਸੁੱਖ ਕਿੱਥੇ ਹੈ?
कोई भी शेवकार संसार दे ले लो, कोई चस्का ले लो, अखां वाला ले लो, कन्ना वाला ले लो, देखने वाला ले लो, सुनने वाला ले लो, वो दुखी है, होर वध जाएगा, होर वध जाएगा, होर वध जाएगा। मिर्ग मीन पतंग अल एक ते एक ते रोग पचंदे, मानस दे ही पंज रोग पंजे तूत सूत करन दे, आसा मनसा डैनी नाल होर अड़ गए, हर खसोग वो रोग बदंदे, मनमुख दूजे पाए लग, पंबल पूसे खाए फुवंदे, सतगुर सच्चा पातशाह गुरमुख गाडी राह चलंदे, साध संगत मिल गाम दे, संगत विच मिल के शब्द पढ़ने शांति मिलती है, सुख मिलता है, भज गए ठग चोट रंदे, लै लाहा निज घर बंदे, एक ता निज घर है आ साध संगत, एक है दरगाह परलोक, निज कर मेरो साध संगत नारद मन दर्शन साध संग, निज मेरो ही रूप है, ये है भगवान का घर परमेश्वर का, एक कहते वो है परलोक जिथे जाना है, जे जीवदे जीए नूं शांति ना मिली, सुख ना मिलिया तो मिलना मर के भी नहीं, वासनावां ही इन्नी है, रूप भटक रही है, कुछ मिले तो मिलना की है, खोज तो अपनी करनी सी, नाम चो सुख मिलना सी, वो है ही सुखां दा दाता, सारे संसार नूं जिहड़ा भी कोई माड़ा मोटा सुख है वो नाम ही दे रहा, गुरु महाराज ही दे रहा, मैं अपना गुरु पुछ देखिया अवर ना ही था, वो थाएं तो कोई है नहीं, धरती तो हीरे लाल चढ़ती, पंग लाल चढ़ाओ, मुखमणि मूह है करे रंग पसाओ, मत देख भुला विसरे तेरे चित ना आवे, नाम चित विच नाम नहीं है, रूह भटक रही है, श्री छुट गया फिर भटकती फिरती, इलाज इत्थे ही है, हुण सुपने विच बीमार हो गया तो डॉक्टर भी सुपने का ही चाहिए, जो जागया फिर तो नहीं है ना गल बननी, इसी तरह बंदा इत्थे मातलोक विच आके भुलिया खुंझ गया, रस्ता भुल गया, सुख किधरों मिल रहा है, पुट्ठा ही चल पिया, इहदा इलाज इत्थे ही है, कई ना मूर्ख ऐसा बोल देंदे ने, गांह जाके अमर छकांगे, किड्डी माड़ी गल है, पर लोक विच जे अमृत हुंदा तां देवते अमर ना हो जांदे, धर्मराज अमर ना हो जाता, जिन्हां दियां बड़ियां बड़ियां साखियां वेदां शास्त्रां विच आउंदियां ने वो अमर ना हो जाते, वो सचखंड ना चले जाते, उत्थे गए ही कोई नहीं, इहदा मतलब उत्थे है ही नहीं, वो इत्थे ही है, इत्थे गुरु महाराज ने इलाज करना है, इत्थों तक किसी को कोई गलती हो जाए वो फिर पेश होंदा प्यारियां दे, भी आ मेरे को भुल हो गई है, वो फिर उन्हें तनखा कहिंदे ने, थोड़ी बहुत सज़ा, तनखा जरा घट समझ लगती, पैसे तो नहीं देंदे, कहिंदे इन्ने पाठ करी है, करी इन्ना झाड़ू लाई है, सेवा करी, इन्नी गलती है तो इन्नी क सेवा करी, उन्हें तनखा कहिंदे खालसा, फिर बख्शा जाएगा, वो ये नहीं भी जिन्हें कोई गलती दसी तो उन जी कहते चल भाई चढ़ जा जाचे, मर्यादा नहीं है, वड्डे वड्डे संसार ते कई किस्म के लोग हुए ने, उन्होंने भी फिर पंजा प्यारियां दे पेश होना ही पैंदा, पता ना कि मौत दिसदी है भी इत्थे बख्शा लई, अगे फिर लैण कौन आएगा जे पल्ले ही कुछ नहीं, इस करके विचार हो रही सी, जो आप कथा रखी है भी उन्होंने साधु सिंह जी वरीणे का, वह भी एक तो उन्हें अमर छक लिया, थोड़ी जी सियानी उम्र हुई तो उदो सोची पी ना किसी निके होंदे पै जी, पांच साल के सत्त साल किसी भी साल कईयों की जिंदगी ही लंघ जाती, तो फिर उन्हें सोचा भी हुण नितनेम किया जाए, भजन पाठ किया जाए, नौकरियां भी कीतिया, खेतीबाड़ी नौकरी चाकरी काम माड़ा नहीं है, चोरी माड़ी है, वो नहीं चंगी होंगी, मेहनत करे कोई गल नहीं, आप देशों में सीधे होके लगे, साढ़े इतने कुछ लोग वेले भी उत्ते टाइम ही नहीं है, किसी को गल करन दा टाइम नहीं है, अपनी ड्यूटियां तो पूरे ने, इतने जो सारे अठ घंटे आप खेती कर लग जाइए बड़ा फर्क पै जाए, मैं तो यहोजे लोग देखे ने, दो किले कणक है तो घर के दस जी ने बैठे ने आराम, लेबर लभो लेबर लभो लेबर लभो, भी लग जो वढ़ लो की होया, तो
ਪੁਰਾਣੇ ਵੀ ਤਾਂ ਬਜ਼ੁਰਗ ਫਲੇ ਵਾਹੁੰਦੇ ਹੀ ਰਹੇ ਨੇ, ਹੱਥਾਂ ਨਾਲ ਵੱਢਦੇ ਰਹੇ, ਉਦੋਂ ਕਿਹੜੀਆਂ ਮਸ਼ੀਨਾਂ ਹੁੰਦੀਆਂ ਸੀ, ਐਂ ਬੈਠੇ ਰਹਿਣਗੇ। ਉਹ ਫਿਰ ਉਹ ਵਿੱਚੋਂ ਹੀ ਸਦ ਵੰਡਣਾ ਹੀ ਹੈ ਭਾਈ, ਜਿੰਨਾ ਮਿਹਨਤ ਕਰਨੀ ਹੈ ਤਾਂ ਕੁਛ ਵਿਹਲੇ ਰਹੇ। ਇਸ ਕਰਕੇ ਸਾਡੇ ਗੁਰੂਆਂ ਨੇ ਸਾਨੂੰ ਇਹ ਸ਼ਿਕਸ਼ਾ ਦਿੱਤੀ ਹੈ, ਗੁਰੂ ਨਾਨਕ ਜੀ ਨੇ ਹਲ ਵੀ ਵਾਹਿਆ, ਖੂਹ ਵੀ ਚਲਾਏ, ਗਾਈਆਂ ਮੱਝਾਂ ਵੀ ਰੱਖੀਆਂ, ਝੋਨਾ ਵੀ ਲਾਇਆ, ਕਣਕ ਵੀ ਬੀਜੀ, ਪੱਠੇ ਵੀ ਬੀਜੇ। ਰੱਬ ਨੂੰ ਤਾਂ ਕੋਈ ਲੋੜ ਨਹੀਂ ਸੀ ਕਿ ਇਹ ਦਾਤੇ ਬਣ ਜਾਣ, ਮੰਗ ਮੰਗ ਕੇ ਨਾ ਖਾਣ। ਵੀ ਦਹੀਂ 10 ਰੁਪਈਏ, ਦਹੀਂ ਕਣਕ ਦੀ ਬੋਰੀ, ਦਹੀਂ 2 ਕਿਲੋ ਛੋਲੇ, ਮੇਰੇ ਕੋਲ ਤਾਂ ਹੈ ਕੱਖ ਨਹੀਂ, ਵੀ ਤੇਰੇ ਟੁੱਟੇ ਨੇ, ਤੂੰ ਨਹੀਂ ਕਰ ਸਕਦਾ। ਇਹ ਮੰਗ ਕੇ ਨਾ ਖਾਣ, ਇਹ ਦਾਤੇ ਬਣ ਜਾਣ, ਜਿਹੜਾ ਆਵੇ ਉਹਨੂੰ ਦੇਣ ਲੈ। ਇਸ ਕਰਕੇ ਸਰਦਾਰੀਆਂ ਬਖਸ਼ੀਆਂ, ਦਾਤੇ ਬਣਾਏ, ਦਾਨੀ ਬਣਾਏ, ਬਈ ਮਿਹਨਤ ਕਰੋ। ਕਾਲ ਖਾਏ ਕਿ ਛੱਤੋਂ ਦੇ, ਮਿਹਨਤ ਕਰਨੀ, ਲੈਣਾ ਨਹੀਂ ਹੈ ਦੇਣਾ ਹੈ। ਸਿੱਖ ਦਾ ਜਨਮ ਹੀ ਦੇਣ ਵਾਸਤੇ ਹੋਇਆ। ਕੋਈ ਮਿੱਠੇ ਬਚਨ ਹੀ ਦੇ ਦੇਵੇ ਕਿਸੇ, ਕੋਈ ਗੁਰਮੁਖੀ ਪੜ੍ਹਾ ਦੇਵੇ, ਦੇਵੇ ਕੋਈ ਸੰਸਾਰ ਨੂੰ ਜੇ ਦੁਨੀਆਂ 'ਤੇ ਆਇਆ। ਕੋਈ ਦਾਨ ਕਰਦਾ, ਕੋਈ ਪੈਸੇ ਕਰਦਾ, ਕੋਈ ਜ਼ਮੀਨ ਦਾਨ ਕਰਦਾ, ਕੋਈ ਕਥਾ ਕਰਦਾ, ਕੋਈ ਕੀਰਤਨ ਕਰਦਾ, ਕੋਈ ਗੁਰਮੁਖੀ ਪੜ੍ਹਾਉਂਦਾ, ਕੋਈ ਪਾਠ ਸਿਖਾਉਂਦਾ, ਦੇ ਰਿਹਾ ਕੁਛ। ਕਿੰਨੀਆਂ ਕਿੰਨੀਆਂ ਦੇਣਾਂ ਨੇ ਸੰਸਾਰ ਵਿੱਚ, ਵੱਡੇ ਵੱਡੇ ਮਹਾਂਪੁਰਸ਼ਾਂ ਦੇ ਜੀਵਨ ਪੜ੍ਹ ਕੇ ਦੇਖੋ, ਜ਼ਿੰਦਗੀ ਉਹ ਹੀ ਦੇ ਦਿੱਤੀ ਸੰਗਤ ਨੂੰ, ਆਪਣਾ ਤਾਂ ਕੁਛ ਨਹੀਂ ਰੱਖਿਆ। ਜੀ ਦਾਨ ਦੇ ਭਗਤੀ ਲਾਏ, ਅਤੇ ਜ਼ਿੰਦਗੀ ਦੇ ਕੇ ਕੀਤਾ ਕੀ? ਲੋਕਾਂ ਨੂੰ ਇਹ ਕਿਹਾ ਬੰਦਗੀ ਕਰੋ, ਬੰਦਗੀ ਕਰੋ, ਬੰਦਗੀ ਕਰੋ, ਬੰਦਗੀ ਕਰੋ, ਹਰਸੋ ਲੈਣ ਮਿਲਾਏ। ਜੀਵਨ ਦਾਨ, ਜ਼ਿੰਦਗੀ ਦਾਨ, ਇਹਦੇ ਬਰਾਬਰ ਹੋਰ ਕੋਈ ਦਾਨ ਨਹੀਂ ਹੈ ਸੰਸਾਰ ਵਿੱਚ। ਜਿਉਂ ਹੋਸ਼ ਸੰਭਾਲੇ ਬੰਦਾ ਆਖਰੀ ਸਵਾਸਾਂ ਤੱਕ ਸੇਵਾ ਵਿੱਚ ਲਾ ਦੇ, ਪਰਪਕਾਰ ਵਿੱਚ ਲਾ ਦੇ, ਭਲੇ ਵਿੱਚ ਲਾ ਦੇ। ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਜੇ ਕਿਸੇ ਦਾ ਭਲਾ ਨਹੀਂ ਨਾ ਕਰ ਸਕਦਾ ਤਾਂ ਜ਼ਿੰਦਗੀ 'ਚ ਬੁਰਾ ਵੀ ਨਾ ਕਰੀ, ਬਹਿ ਜਾ ਚੁੱਪ ਕਰਕੇ, ਇਹ ਸੋਚ ਕੇ ਚੱਲ। ਜੇ ਕਿਸੇ ਨੂੰ ਕੁਛ ਦੇ ਨਹੀਂ ਸਕਦਾ ਨਾ ਤਾਂ ਚੋਰੀ ਵੀ ਨਾ ਕਰੀ, ਖੋ ਖਿੰਝ ਕੇ ਵੀ ਨਾ ਖਾਈ। ਜੇ ਕਿਸੇ ਨੂੰ ਸ਼ਾਂਤੀ ਨਹੀਂ ਨਾ ਦੇ ਸਕਦਾ ਤਾਂ ਦੁੱਖ ਵੀ ਨਾ ਦੇਈ, ਦੁੱਖ ਨਾ ਦੇ, ਜੀ ਸੇਤੀ ਪਤ ਸੇਤੀ ਕਰ ਜਾ। ਦਰਗਾਹ ਵਿੱਚ ਇੱਜ਼ਤ ਪਤ ਨਾਲ ਜਾਣ ਅਤੇ ਕਿਸੇ ਦੀ ਆਤਮਾ ਦੁਖੀ ਵੀ ਨਾ ਕਰੀ। ਦੁੱਖ ਬੀਜੇਗਾ, ਦੁੱਖ ਵੱਡੇਗਾ, ਕਈ ਗੁਣਾ ਹੋ ਕੇ ਮਿਲੇਗਾ। ਕਈ ਵਾਰੀ ਬੰਦਾ ਕਹਿੰਦਾ ਗਲਤੀ ਤਾਂ ਮੈਂ ਛੋਟੀ ਜਿਹੀ ਕੀਤੀ, ਸਜ਼ਾ ਬੜੀ ਮਿਲੀ, ਪਾਪ ਵੀ ਵੱਧਦਾ, ਪੁੰਨ ਵੀ ਵੱਧਦਾ, ਚੀਜ਼ਾਂ ਵੱਧਦੀਆਂ ਨੇ। ਮਨਮੁੱਖ ਦੁੱਖ ਕਾ ਖੇਤ ਹੈ, ਜਿਵੇਂ ਆਪਾਂ ਕਹਿੰਦੇ ਹਾਂ ਇੰਨੀ ਪੈਲੀ, ਦੁੱਖ ਬੀਜੇ ਦੁੱਖ ਖਾਏ। ਹੁਣ ਆਪਾਂ ਕਣਕ ਬੀਜੀ, ਕਣਕ ਵੀ ਵੱਡੀ ਹੈ, ਜਿੰਨਾ ਪੈਲੀ ਅੱਜ ਕਣਕ ਸੀ ਉੱਥੇ ਛੋਲੇ ਨਹੀਂ ਸੀ, ਕਣਕ ਹੀ ਸੀ। ਜਦੋਂ ਬੀਜਿਆ ਹੀ ਦੁੱਖ ਹੈ, ਸੁੱਖ ਮਿਲੇਗਾ ਹੀ, ਕਦੇ ਉਹਨੂੰ ਦੁਖੀ ਕੀਤਾ, ਕਦੇ ਉਹਨੂੰ ਦੁਖੀ ਕੀਤਾ, ਕਦੇ ਉਹਨੂੰ ਦੁਖੀ ਕੀਤਾ। ਕੁਛ ਲੋਕ ਇਹੋ ਜਿਹੇ ਨੇ ਸੰਸਾਰ ਵਿੱਚ ਕਿ ਜਿਹੜਾ ਕੋਈ ਬੰਦਗੀ ਕਰਦਾ ਉਹਨੂੰ ਵੀ ਦੁਖੀ ਕਰ ਦਿੰਦੇ। ਫਿਰ ਵਾਹਿਗੁਰੂ ਜੀ ਫੈਸਲਾ ਕਰਦੇ ਨੇ, ਸੰਤਨ ਦੁੱਖ ਪਾਏ ਤੇ ਦੁਖੀ। ਕੋਈ ਬੱਚਾ ਦੁਖੀ, ਉਹਦੀ ਮਾਂ ਦੁਖੀ, ਉਹਦਾ ਪਿਓ ਦੁਖੀ, ਕੋਈ ਸਾਧੂ ਦੁਖੀ ਅਤੇ ਰੱਬ ਦੁਖੀ। ਉਹ ਕਹਿੰਦਾ ਫਿਰ ਤੁਹਾਡੇ ਨਾਲ ਮੈਂ ਨਿਬੜ ਲੈਣਾ। ਸੁੱਖ ਪਾਏ ਸਾਧਨ ਕੇ ਸੁਖੀ, ਜੇ ਉਹਨੂੰ ਕੋਈ ਸੁੱਖ ਦਿੰਦਾ ਵਾਹਿਗੁਰੂ ਜੀ ਸੁੱਖ ਦੇ ਦਿੰਦੇ ਨੇ। ਬੜੇ ਬੜੇ ਫੈਸਲੇ ਬਾਣੀ ਦੇ ਸਾਡੇ ਗੁਰੂਆਂ ਨੇ ਪਹਿਲਾਂ ਹੀ ਕਰਕੇ ਰੱਖੇ, ਸਾਨੂੰ ਕੁਛ ਸੋਚਣ ਦੀ ਲੋੜ ਨਹੀਂ, ਐਵੇਂ ਦਿਮਾਗ ਖਰਚੀ ਜਾਈਏ। ਸਾਡਾ ਦੇਣਾ ਵੀ ਪੜ੍ਹੀਏ ਅਤੇ ਵਿਚਾਰੀਏ। ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ। ਤੋ ਜਿਨ੍ਹਾਂ ਨੇ ਸਤਿਗੁਰ ਅਰਥ ਸਰੀਰ ਲਗਾਇਆ, ਕਬੀਰ ਜੀ ਹੋਸ਼ ਆਈ ਜਨਮ ਲਿਆ, ਕਬੀਰ ਜੀ ਕਹਿੰਦੇ ਜਾ ਤੂੰ ਜਨਮਿਆ ਜਗਤ ਮੇ ਜਾਗਾ ਸੇ ਦੂਰੋਏ। ਕਹਿੰਦੇ ਮੇਰਾ ਜਨਮ ਹੋ ਰਿਹਾ, ਮੈਂ ਰੋ ਰਿਹਾ ਸੀ, ਅਤੇ ਬੜੀ ਖੁਸ਼ੀ ਮਨਾਉਣ, ਚਾਚੇ ਤਾਏ ਮਾਂ ਪਿਓ, ਕੋਈ ਕਾਕਾ ਆ ਗਿਆ, ਕਾਕਾ ਆ ਗਿਆ, ਲੱਡੂ ਪੇ ਵੰਡਦੇ ਨੇ। ਕਹਿੰਦੇ ਹੁਣ ਨਾ ਉਲਟਾ ਕਰਨਾ, ਐਸੀ ਕਰਨੀ ਕਰ ਚਲੋ ਪਿਆਰੇ ਤੂੰ ਹੱਸੇ ਜਾਗਰ। ਜਦੋਂ ਤੂੰ ਪ੍ਰਲੋਕ ਵਿੱਚ ਜਾਏ, ਲੋਕ ਨੂੰ ਛੱਡੇ ਹੱਸਦਾ ਹੋਇਆ, ਗੁਰਮੁਖ ਗੁਣ ਗਾਵਤ ਹੱਸਿਆ। ਸਾਡੇ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਜ਼ਿੰਦਗੀਆਂ ਲਾਈਆਂ, ਉਹ ਜਦੋਂ ਪ੍ਰਲੋਕ ਵਿੱਚ ਜਾਂਦੇ ਨੇ ਖੁਸ਼ੀ ਖੁਸ਼ੀ ਹੱਸਦੇ ਹੱਸਦੇ ਜਾਂਦੇ। ਜੰਮ ਤਾਂ ਕਿਤੇ ਸੁਪਨੇ 'ਚ ਨੇੜੇ ਨਹੀਂ ਆਉਂਦੇ, ਜੰਮਾਂ ਦਾ ਕੰਮ ਹੀ ਕੀ ਆ ਉੱਥੇ? ਅਤੇ ਲੋਕ ਰੋਂਦੇ ਵੀ ਇਹ ਇਨਸਾਨ, ਇਹ ਬੰਦਾ, ਇਹ ਭਗਤ ਜੀ, ਇਹ ਕਬੀਰ ਜੀ, ਇਹ ਮਹਾਂਪੁਰਸ਼ ਹੋਰ ਰਹਿਣਾ ਚਾਹੀਦਾ ਸੀ।
अजय नहीं सी जाना चाहिए। ऐसी करनी कर, चलो करनी कर, तू हसे जग रोए अगे, तू रोंदा सा तो लोग हसते उल्टा कर दे। सर सतगुर अस्त शरीर लगाया, जदों होश संभाली तो हड़म्बा धरती गोरखपुर विच है। एक एक जिंदगी एक नहीं, बड़े बड़े भगतों ने महापुरशा ने लाइया, उन्होंने कहें जी दान दे, जीवन दान, अपना सारा ही स्वास स्वास कादे वास्ते, भगती चलाने वास्ते, बंदगी चलाने वास्ते। तो जिन्हें बंदगी कर ली वो जमा दे राह ही नहीं जाता, किन्नियां छड़ा देंगे ने, कोई गिनती नहीं है, सारे बोलिया करो। जीवन दान दे के भगती चलाउंदे ने, जीवन दान दे के भगती चलाउंदे ने, जीवन दान दे के भगती चलाउंदे ने, जीवन दान दे के भगती। जीवन दान दे के भगती चलाउंदे ने, विछड़े मिलाउंदे रब नूं। जीवन दान दे के भगती चलाउंदे ने, विछड़े मिलाउंदे रब नूं। जीवन दान दे के भगती चलाउंदे ने, विछड़े मिलाउंदे रब नूं। जीवन दान दे के भगती चलाउंदे ने, विछड़े मिलाउंदे रब नूं। ਚੜੇ ਮਲਾਉਂਦੇ ਰੱਬ ਨੂੰ ਪਿਆਰੇ ਜੀ, ਚੜੇ ਮਲਾਉਂਦੇ ਰੱਬ ਨੂੰ। ਜੀਵਨ ਦਾਨ ਦੇ ਕੇ ਭਗਤੀ ਚਲਾਉਂਦੇ ਨੇ, जीवन दान दे के भगती विछड़े मिलाउंदे रब नूं। जीवन दान दे के भगती विछड़े मिलाउंदे रब नूं। ਆਪਣੇ ਆਪਣੇ ਵੱਲ ਵਿਚਾਰ ਕਰਕੇ ਦੇਖੀਏ ਵੀ ਜ਼ਿੰਦਗੀ ਕਾਹਦੇ ਪਾਸੇ ਲਾਈ, ਕਾਹਦੇ 'ਚ ਲਾਈ। ਗ੍ਰਿਸ਼ਤੀ ਇਹ ਕਹਿੰਦਾ ਹੈ ਮੈਂ ਬਾਲ ਬੱਚਾ ਪਾਲਣ ਵਿੱਚ ਲਾਈ, ਬੜਾ ਧਨ ਕਮਾਇਆ। ਠੀਕ, ਹੁਣ ਸਿਆਣੇ ਹੋ ਗਏ, ਵਿਆਹ ਦਿੱਤੇ, ਹੁਣ ਛੱਡ ਖੇੜਾ ਇਹਨਾਂ ਦਾ, ਮਾਲਾ ਫੜ ਲੈ, ਭਜਨ ਕਰ, ਬੰਦਗੀ ਕਰ। ਕਹਿੰਦੇ ਇਹਨਾਂ ਦੇ ਜਿਹੜੇ ਅੱਗੇ ਨਾ, ਵੀ ਮੈਂ ਹੀ ਵਿਆਹੁਣੇ ਨੇ, ਸਾਰਾ ਠੇਕਾ ਮੇਰਾ ਹੀ ਹੈ। ਕੁਛ ਲਾਭ ਜ਼ਿੰਦਗੀ 'ਚ ਮਿਲਿਆ, ਪੁੱਤਰ ਕਲੱਤਰ ਲਛਮੀ ਮਾਇਆ, ਇਸ 'ਤੇ ਕਾਉ ਕੌਨੇ ਸੁੱਖ ਪਾਇਆ। ਦੂਸਰਾ ਇਨਸਾਨ ਕਹਿ ਰਿਹਾ ਹੈ ਕਿ ਮੈਂ ਵਿਆਹ ਨਹੀਂ ਕਰਾਇਆ, ਸ਼ਰਾਬਾਂ ਪੀ ਛੜੀਆਂ, ਨਿੰਦਿਆ ਕਰ ਛੜੀਆਂ, ਜ਼ਿੰਦਗੀ ਲਾ ਦਿੱਤੀ ਪਾਪਾਂ 'ਚ। ਪਾਪਾਂ ਦਾ ਰੰਗ ਕਾਲਾ ਅਤੇ ਫਲ ਹੈ ਕੁੰਭੀ ਨਰਕ।
ਕੋਈ ਫਾਇਦਾ ਹੋਇਆ ਦੁਨੀਆਂ 'ਤੇ ਆਉਣ ਦਾ? ਕੁਛ ਵੀ ਨਹੀਂ। ਮਦਰਾ ਦਹਿਤਾ ਸਪਤ ਕੁੱਲ ਪਾਂਗ ਦੇ ਤਨ ਏਕ, ਸੱਤ ਕੁੜਾ ਨਰਕ 'ਚ ਜਾਂਦੀਆਂ ਇੱਕ ਪੀਂਦਾ। ਮਦਰਾ ਦਹਿਤਾ ਸਪਤ ਕੁੱਲ ਪਾਂਗ ਦੇ ਤਨ ਏਕ, ਜਗਤ ਜੂੜ ਸਤਕੁਲ ਨੇ ਨਿੰਦਾ ਦਏ। ਜਿਹੜੀ ਜਗਤ ਜੂਠ ਹੈ ਤੰਬਾਕੂ, ਸਤਿਆਨਾਸ ਕਰਕੇ ਰੱਖ ਦਿੰਦਾ ਕਿੰਨੇ ਕਿੰਨੇ ਪਰਿਵਾਰਾਂ ਦਾ, ਅਤੇ ਨਿੰਦਿਆ ਵਾਲਾ ਤਾਂ ਵਾਹਿਗੁਰੂ ਜਾਣੇ। ਇੱਕ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ, ਪਿੱਛੇ ਤਾਂ ਹਰਿਆਣੇ ਵਿੱਚ ਹੈ ਗੁਰਦੁਆਰਾ, ਉੱਥੇ ਮਹਾਰਾਜ ਨੇ ਨਾ ਇੱਕ ਕੋਈ ਸੀ ਭਾਈ, ਅਤੇ ਉਹਨੂੰ ਪੈਸੇ ਵੀ ਦਿੱਤੇ ਵੀ ਲੈ ਖੂਹ ਲਵਾ ਲੈ, ਤੰਬਾਕੂ ਛੱਡ ਦੇ, ਚੰਗੇ ਕੰਮ ਕਰਿਆ ਕਰ, ਪੈਸੇ ਤੂੰ ਨਹੀਂ ਇੱਧਰ ਉੱਧਰ ਲਾ ਲਏ ਅਤੇ ਉਹ ਖੂਹ ਵੀ ਗੱਲ ਸਿਰੇ ਨਾ ਬਣੀ, ਸਗੋਂ ਸੱਚੇ ਪਾਤਸ਼ਾਹ ਨੂੰ ਵੱਧ ਘੱਟ ਬੋਲਿਆ। ਗੁਰੂ ਮਹਾਰਾਜ ਅਨੰਦਪੁਰ ਸਾਹਿਬ ਹੁੰਦੇ ਹੋਏ ਇੱਧਰ ਅਸਾਮ ਵੱਲ ਚਲੇ ਗਏ। ਇਤਿਹਾਸ ਵਿੱਚ ਜਿਵੇਂ ਲਿਖਿਆ ਮੈਂ ਉਵੇਂ ਹੀ ਅਰਜ਼ ਕਰਦਾ, ਤੁਸੀਂ ਪੜ੍ਹ ਲਿਓ। ਕਹਿੰਦੇ ਮਹਾਰਾਜ ਤੁਹਾਨੂੰ ਵੱਧ ਘੱਟ ਬੋਲਿਆ ਨੂੰ ਹੋਇਆ ਕੁਛ ਨਹੀਂ? ਕਹਿੰਦੇ ਅੱਛਾ ਕੋਈ ਗੱਲ ਨਹੀਂ। ਗੁਰੂ ਮਹਾਰਾਜ ਨੇ ਉੱਤਰ ਦਿੱਤਾ, ਕਰੇਂਗੇ ਸੋ ਭਰੇਂਗੇ। ਕਹਿੰਦੇ ਤੁਸੀਂ ਨਾ ਮਾੜਾ ਕਹੋ ਨੂੰ, ਉਹਨੇ ਕੀਤਾ ਆਪੇ ਪਾ ਲੈਣਾ। 20 ਸਾਲ ਬਾਅਦ ਸਿੱਖ ਮਿਲਿਆ, ਨਾਮੋ ਨਿਸ਼ਾਨ ਮਿਟੀ ਗਿਆ, ਖਤਮ ਹੀ ਹੋ ਗਿਆ। ਉੱਥੇ ਕੁਛ ਵੀ ਨਹੀਂ ਹੈ, ਘਰ ਢੱਠੇ ਸੱਚੇ ਪਾਤਸ਼ਾਹ, ਉੱਥੇ ਤਾਂ ਹੈ ਹੀ ਕੁਛ ਨਹੀਂ। ਆਹੋ ਕਹਿੰਦੇ ਭਾਈ ਨਿੰਦਿਆ ਦਾ ਫਲ ਐਸਾ ਹੀ ਹੁੰਦਾ ਹੈ। ਹੁਣ ਸ਼ਰਾਬ ਜੇ ਤਾਂ ਕਿਸੇ ਨੂੰ ਆਖੋ ਨਾ ਪੀ ਤਾਂ ਚੋਰੀ ਪੀਂਦੇ, ਰੱਬ ਤੋਂ ਚੋਰੀ ਨਹੀਂ ਹੋ ਸਕਦੀ। ਕਈ ਵਾਰੀ ਵਿਚਾਰ ਕਰੀ ਦੀਏ, ਅਜੂਬੀ 90-92 ਜ਼ਿਲ੍ਹੇ ਹੈ, ਲੱਖਾਂ ਲੋਕਾਂ ਸ਼ਰਾਬ ਛੱਡ ਦਿੱਤੀ, ਲੱਖਾਂ ਹਜ਼ਾਰਾਂ ਦੀ ਗਿਣਤੀ ਨਹੀਂ, ਲੱਖਾਂ 50 ਸਾਲ ਬਾਅਦ। ਤੁਸੀਂ ਐਂ ਸਮਝੋ ਵੀ ਇੱਕ ਬੰਦਾ 50 ਦੀ ਰੋਜ਼ ਪੀਂਦਾ, ਮੋਟਾ ਜਿਹਾ ਅੰਕੜੇ ਲਾਈਏ ਆਪਾਂ ਵੀ 50 ਦੀ ਤਾਂ ਪੀ ਲੈਂਦਾ ਇੱਕ ਬੰਦਾ, ਅਤੇ 100 ਵਾਰੀ 50 ਇਹ 5000 ਹੋ ਗਿਆ। ਇਸੀ ਤਰ੍ਹਾਂ ਇੱਕ ਸਾਲ ਵਿੱਚ ਇੱਕ ਬੰਦੇ ਨੇ 18,000 ਦੀ ਪੀ ਲਈ, ਅਤੇ 100 ਸ਼ਰਾਬੀ ਸੁਧਰ ਗਿਆ, ਅਤੇ 18 ਲੱਖ ਰੁਪਈਆ ਸਾਡੀ ਸਿੱਖ ਕੌਮ ਦਾ ਬਚ ਗਿਆ, ਅੱਗੇ 18 ਅਰਬ ਅਰਬਾਂ ਰੁਪਈਆ ਬਚਿਆ ਸਾਡੀ ਸਿੱਖ ਕੌਮ ਦਾ, ਇੱਕ ਸ਼ਰਾਬ ਤੋਂ ਨਾਲੇ ਪਾਪਾਂ ਤੋਂ ਬਚੇ, ਬਾਕੀ ਹੋਰ ਹੀ ਬਹੁਤ ਕੁਛ ਹੈ। ਇਸ ਤਰੀਕੇ ਸਿਰਾਤਕਾਂ ਪਹਿਲੀ 'ਤੇ ਨਾ ਹਰ ਪਹਿਲੀ 'ਤੇ ਸੰਗਤ ਬਹੁਤ ਜ਼ਿਆਦਾ ਹੁੰਦੀ, ਤੁਸੀਂ ਜਿਹੜੇ ਜਾਂਦੇ ਟਰੱਕਾਂ 'ਤੇ ਬੱਸਾਂ 'ਤੇ, 35 ਕਿਲੋ ਦੀ ਤਾਂ ਦੇਗੀ ਬਣਦੀ ਹੈ, ਬਹੁਤ ਸਾਰੇ ਜਾਂਦੇ ਨੇ ਦੇਖਣ, ਕਈ ਗਏ ਵੀ। ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਯੂਪੀ ਦੀ ਸੰਗਤ ਨੂੰ ਬੇਨਤੀ ਹੈ, ਫਿਲਮਾਂ ਬਣੀਆਂ ਹੋਈਆਂ ਨੇ ਕਿ ਤੁਹਾਡੀ ਚਰਚਾ ਵਰਲਡ ਵਿੱਚ ਹੋ ਰਹੀ ਹੈ ਵੀ ਯੂਪੀ ਸਿੱਖੀ 'ਚ ਪਹਿਲੇ ਨੰਬਰਾਂ 'ਤੇ ਹੈ। ਜ਼ਿੰਦਗੀਆਂ ਲੱਗੀਆਂ ਨੇ, ਵੱਡੇ ਮਹਾਂਪੁਰਸ਼ਾਂ ਨੇ ਵੀ 12 ਸਾਲ ਲਾਏ। ਤੁਸੀਂ ਇਹ ਕੋਸ਼ਿਸ਼ ਕਰੋ ਵੀ ਕਿਸੇ ਨੂੰ ਸ਼ਰਾਬੀ ਨਹੀਂ ਬਣ ਦੇਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਦਰਗਾਹ 'ਚ ਥਾਂ ਨਹੀਂ ਮਿਲਦਾ, ਨਰਕਾਂ 'ਚ ਤਾਂ ਮਿਲ ਜਾਂਦਾ। ਬਾਣੀ ਪੜ੍ਹ ਕੇ ਦੇਖ ਲਓ, ਜਿੱਤ ਪੀਤਾ ਮਤ ਵਿਸਰੈ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ। ਜੇ ਗੁਰੂ ਵੱਲੋਂ ਧੱਕਿਆ ਹੀ ਗਿਆ ਤਾਂ ਫਿਰ ਨਰਕ ਹੀ ਹੋਰ ਕਿੱਥੇ ਹੈ? ਚੋਰੀ ਵੀ ਪਾਪ ਨਾ ਕਰੋ ਵੀ ਉਹ ਕਿਸੇ ਨੂੰ ਨਹੀਂ ਪਤਾ, ਅੰਦਰ ਵੜ ਕੇ ਪੀ ਲੈਂਦੇ ਹਾਂ ਜੀ। ਰੱਬ ਅੰਤਰਜਾਮੀ ਹੈ, ਅੰਤਰਜਾਮੀ ਕਹਿੰਦੇ ਉਹ ਸਾਰਿਆਂ ਦੀਆਂ ਜਾਣਦਾ। ਨਹੀਂ ਤਾਂ ਇੱਡੀਆਂ ਭੈੜੀਆਂ ਚੀਜ਼ਾਂ ਨੇ ਨਸ਼ੇ, ਸ਼ਰਾਬਾਂ, ਕਬਾਬਾਂ, ਨਿੰਦਿਆ, ਚੁਗਲੀ, ਝੂਠ, ਵੀ ਘਰ ਦੇ ਨਿਆਣੇ ਫੀਸ ਤੋਂ ਰੋਣ ਡਏ ਨੇ ਅਤੇ ਪੁੱਤਰ ਖਰੀਦ ਕੇ ਬੈਠਾ। ਅਜੇ ਇਹਨਾਂ ਦਾ ਆਪਾਂ ਪੀਣਾ, ਉਹ ਸ਼ਰਾਬ ਨਹੀਂ ਸੀ ਪੀਂਦੇ ਹੁੰਦੇ, ਤੁਹਾਨੂੰ ਸਾਰਿਆਂ ਨੂੰ ਪਤਾ। ਸੰਨ 1967 'ਚ ਆਏ ਸੀ ਅਸ਼ੋਕ ਨਗਰ, ਕਿੱਡੀ ਸੋਹਣੀ ਜ਼ਿੰਦਗੀ ਨੇ ਆ ਕੇ ਗਏ। ਸਗੋਂ ਕਹਿੰਦੇ ਨਾ ਪੀਆ ਕਰੋ, ਭਾਵੇਂ ਉਹਨਾਂ ਦੇ ਆਖੇ ਕੋਈ ਲੱਗੇ ਨਾ ਲੱਗੇ ਵੀ ਕਹਿ ਦਿੰਦੇ ਸੀ, ਗੁਰਮੁਖ ਬੀਤੀ ਸੀ ਵੀ ਸ਼ਰਾਬ ਨਾ ਪੀਆ ਕਰੋ, ਤੁਸੀਂ ਵੀ ਕਿਤੇ ਅੰਮ੍ਰਿਤ ਛਕ ਲਓ, ਤੁਸੀਂ ਵੀ ਭਲਾ ਕੰਮ ਕਰਿਆ ਕਰੋ। ਦਾਨ ਵੀ ਕਰਦੇ ਸਨ, ਮੈਂ ਮਿਲਣ ਗਿਆ ਉੱਥੇ ਨਾ ਲੰਗਰ ਛਕਣ, ਕਹਿੰਦੇ ਮੇਰੀ ਪਿਲਸਣ ਆਉਂਦੀ ਹੈ ਅਤੇ ਮੈਂ ਸੇਵਾ 'ਚ ਪਾਉਣੀ, ਮੈਂ ਪਾ ਦਿਆ ਕਰੋ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ।
ਇਹ ਜੋ ਧਨ ਹੈ ਸੱਚੇ ਪਾਸੇ ਜਿਹੜਾ ਲੱਗਦਾ ਹੈ ਇਹ ਵੱਧਦਾ ਧਨ ਕੇ ਭਾਗੇ ਚਾਰ ਹੈ ਨਿਰਪਚੋਰ ਧਨ ਆਗ ਇੱਕ ਤਾਂ ਅੱਗ ਲੱਗ ਜਾਂਦੀ ਹੈ ਇੱਕ ਕੋਈ ਮੁਕੱਦਮਾ ਇਹੋ ਜਿਹਾ ਪੈ ਜਾਂਦਾ ਦੋ ਤੀਜਾ ਚੋਰੀ ਹੋ ਜਾਂਦੀ ਤਿੰਨਾਂ ਤੋਂ ਬੱਚੇ 'ਤੇ ਬਿਮਾਰੀ ਲੱਗ ਗਈ ਫਿਰ ਡਾਕਟਰਾਂ ਨੂੰ ਦਿੰਦੇ ਨੇ ਲੱਖਾਂ ਦੇ ਹਿਸਾਬ ਨਾਲ ਆਹ ਵੀ ਲੈ ਲੈ ਆਹ ਵੀ ਲੈ ਲੈ ਹੋਰ ਲੈ ਲੈ ਧਨ ਕੇ ਭਾਗੀ ਚਾਰ ਹੈ ਨਿਰਪਚੋਰ ਧਨ ਆਗ ਜੇ ਗੁਰੂ ਨਿਮਿਤ ਕੱਢੇ ਧਰਮ ਨਿਮਿਤ ਕੱਢੇ ਕਿਸੇ ਗਰੀਬ ਨੂੰ ਕਕਾਰ ਹੀ ਲੈ ਕੇ ਦੇ ਦਿਉ ਕਈਆਂ ਕੋਲ ਪੈਸੇ ਨਹੀਂ ਹੁੰਦੇ ਕਈ ਦੇਖੇ ਨੇਪਾਲ ਅੰਮ੍ਰਿਤ ਛਕਾਇਆ ਸੀ ਉੱਥੇ ਕਿਸੇ ਕੋਲ ਵੀ ਨਹੀਂ ਸੀ ਪੈਸੇ ਮੈਂ ਕਿਹਾ ਕਿਸੇ ਨੂੰ ਨਾ ਕਹੋ ਬੜੀ ਗੁਰੂ ਦੀ ਕਿਰਪਾ ਲਓ ਜਿੰਨੇ ਮਰਜ਼ੀ ਬਿਹਾਰ ਇੱਕ ਵਾਰੀ 1700 ਹੋ ਗਿਆ ਅੰਮ੍ਰਿਤ ਛਕਣ ਵਾਲਾ ਕਹਿੰਦੇ ਜੀ ਕਕਾਰ ਫਰੀ ਮੈਂ ਕਿਹਾ ਲਓ ਜੀ ਜਿੰਨੇ ਮਰਜ਼ੀ ਗਿਣ ਲਓ ਕਿੰਨੇ ਕਿੰਨੇ ਦਾ ਕਿੰਨਾ ਬਿੱਲ ਬਣ ਗਿਆ ਹੋਏਗਾ ਉਹ ਜਿਹੜਾ ਪੈਸਾ ਨਾ ਧਰਮ ਨਿਮਿਤ ਲੱਗੇ ਕਿਸੇ ਨੂੰ ਕਕਾਰ ਮਿਲ ਗਏ ਕਿਸੇ ਦੀ ਦਵਾਈ ਆ ਗਈ ਕਿਸੇ ਗਰੀਬ ਦੀ ਕੰਨਿਆ ਵਿਆਹੀ ਗਈ ਧਰਮ ਨਿਮਿਤ ਲੱਗ ਗਿਆ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਉਹਦੇ ਕੋਲ ਹੈ ਹੀ ਕੁਛ ਨਹੀਂ ਹੁਣ ਇਹ ਨਹੀਂ ਮੈਂ ਬਹੁਤ ਕੁਛ ਹੈ ਤੂੰ ਸਵੇਰੇ ਵੀ ਪੀਂਦਾ ਅਤੇ ਸ਼ਾਮ ਨੂੰ ਵੀ ਪੀਂਦਾ ਉਹ ਗਰੀਬ ਥੋੜ੍ਹੀ ਆ ਅਤੇ ਇੰਨਾ ਪੈਸਾ ਉਹਦੇ ਕੋਲ ਪੀਣ ਵਾਲੇ ਦੀ ਕਾਹਦੀ ਮਦਦ ਕਰਨੀ ਪਾਈ ਜਿਹਦੇ ਕੋਲ ਖਾਣ ਲਈ ਰੋਟੀ ਵੀ ਨਹੀਂ ਟਾਈਮ ਨਾਲ ਗਰੀਬ ਤਾਂ ਉਹ ਹੈ ਗਰੀਬੀ ਕਈ ਕਿਸਮ ਦੀ ਹੁੰਦੀ ਇੱਕ ਤਾਂ ਇਹ ਹੈ ਇੱਕ ਉਹ ਗਰੀਬ ਨੇ ਜਿਹੜੇ ਨਾਮ ਤੋਂ ਹੀਣੇ ਕਹੇ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੇ ਰਾਮ ਨਾ ਹੋਏ ਉਹ ਨਾਮ ਤੋਂ ਹੀਣੇ ਉਹ ਵੀ ਗਰੀਬ ਕੰਗਲੇ ਤੀਸਰੇ ਗਰੀਬ ਨੇ ਗੁਰਮੁਖ ਤਿੰਨ ਕਿਸਮ ਦੀ ਗਰੀਬੀ ਹੈ ਮਾਤ ਲੋਕ ਵਿੱਚ ਹਾਂ ਤਿਸ ਘੋਲ ਕਮਾਇਆ ਗੁਰਮੁਖ ਹਿਰਦੈ ਗਰੀਬੀ ਆਵੈ ਅਤਿਅੰਤ ਨਿਮਰਤਾ ਰਾਜ ਜਨਕ ਵਾਂਗੂ ਹਾਥੀ ਜੋੜੀ ਜਾਂਦੇ ਨੇ ਭਲਾ ਹੀ ਆਵੇ ਚੱਲ ਕੋਈ ਗੱਲ ਨਹੀਂ ਛੱਡੋ ਪਰ ਅਤਿਅੰਤ ਨਿਮਰਤਾ ਇਹ ਗੁਰਮੁਖਾਂ ਦੀ ਗਰੀਬੀ ਹੈ ਹਾਂ ਤਿਸ ਘੋਲ ਕਮਾਇਆ ਗੁਰਮੁਖ ਹਿਰਦੈ ਗਰੀਬੀ ਆਵੈ ਤੋ ਵਿਚਾਰ ਹੋ ਰਹੀ ਸੀ ਵਾਹਿਗੁਰੂ ਕਿਤੇ ਮਿਹਰ ਕਰੇ ਸਾਨੂੰ ਸਮਤ ਬਖਸ਼ੇ ਕਿਉਂਕਿ ਅਜੇ ਵੀ ਤੁਹਾਡੇ ਵਿੱਚ ਨਾ ਕਿਤੇ ਕਿਤੇ ਸ਼ਰਾਬੀ ਹੈਗੇ ਮੈਂ ਤਾਂ ਸ਼ਰਾਬ ਦੀ ਗੱਲ ਕਰਨ ਲੱਗੇ ਸ਼ਰਮ ਆਉਂਦੀ ਵੀ ਕੀ ਸਿੱਖਾਂ ਨੂੰ ਸਮਝਾਉਣਾ ਪਰ ਹੈਗੇ ਵਿੱਚ ਵਿੱਚ ਸੁਧਰ ਜਾਣ ਤਾਂ ਚੰਗਾ ਹੀ ਨਹੀਂ ਅਤੇ ਤੁਹਾਡਾ ਆਪਣਾ ਹੀ ਨੁਕਸਾਨ ਮੇਰਾ ਥੋੜ੍ਹੀ ਹੈ ਤੁਹਾਡਾ ਆਪਣਾ ਇਹ ਜੇ ਕੰਮ ਨਹੀਂ ਕਰੀਦੇ ਤੰਬਾਕੂ ਖਾਣਾ ਤਾਂ ਬੇੜਾ ਗਰਕਣ ਵਾਲੀ ਗੱਲ ਹੈ ਕਿਤੇ ਨੇੜੇ ਨਾ ਜਾਓ ਇਹਦਾ ਨਾਂ ਲੈ ਲਈਏ ਪੰਜ ਵਾਰੀ ਵਾਹਿਗੁਰੂ ਵਾਹਿਗੁਰੂ ਕਰਨਾ ਪੈਂਦਾ ਐਡੀ ਭੈੜੀ ਚੀਜ਼ ਇਹ ਛੱਡੇ ਹੀ ਜਾਣ ਤਾਂ ਭਲਾ ਬੁਰੇ ਕੰਮ ਬੰਦਾ ਜਿੰਨੀ ਛੇਤੀ ਛੱਡ ਸਕਦਾ ਇਹਦੀ ਸਲਾਹ ਕਰਾਂਗੇ ਫਿਰ ਕੱਲ੍ਹ ਪਰਸੋਂ ਅਗਲੇ ਮਹੀਨੇ ਕਈ ਕਹਿੰਦੇ ਚਲੋ ਸਾਲ 6 ਮਹੀਨੇ ਫਿਰ ਬੰਦੇ ਦਾ ਤਾਂ ਘੜੀ ਦਾ ਨਹੀਂ ਪਤਾ ਮਾੜੇ ਕੰਮ ਜਿੰਨੀ ਛੇਤੀ ਛੱਡੇ ਜਾਣ ਓਦਾਂ ਹੀ ਚੰਗਾ ਚੰਗੇ ਕੰਮ ਜਿੰਨੀ ਛੇਤੀ ਕਰੇ ਜਾਣ ਕੱਲ੍ਹ ਕਰੇ ਸੋ ਆਜ ਕਰ ਆਜ ਕਰੇ ਸੋ ਅਬ ਸਿਮਰਨ ਕਰਨਾ ਆਹ ਅਗਲੇ ਹਫ਼ਤੇ ਸ਼ੁਰੂ ਕਰਾਂਗੇ ਚਲੋ ਕੱਲ੍ਹ ਸਵੇਰੇ ਸੀ ਹੁਣੇ ਹੀ ਲੱਗ ਜਾਓ ਕੁਛ ਲੈ ਜਾਣਾ ਜ਼ਬਾਨ ਹੀ ਲਾਉਣੀ ਵਾਹਿਗੁਰੂ ਹੁਣੇ ਹੀ ਲੱਗ ਜਾਓ ਚੰਗਾ ਕੰਮ ਜਿੰਨੀ ਛੇਤੀ ਸ਼ੁਰੂ ਕਰੀਏ ਅਤੇ ਮਾੜੇ ਕੰਮ ਜਿੰਨੀ ਛੇਤੀ ਛੱਡੇ ਜਾਣ ਓਨੀ ਜੀਵਨ ਵਿੱਚ ਤਰੱਕੀ ਅਤੇ ਜੋ ਢਿੱਲੇ ਆਹੋ ਫਿਰ ਦੇਖਾਂਗੇ ਉਹ ਪਾਪ ਹੋਰ ਵੱਧ ਜਾਣਾ ਇੱਕ ਦਿਨ ਐਸਾ ਆਉਂਦਾ ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ ਉਹ ਬੋਝ ਬਣ ਜਾਂਦਾ ਸਤਿਆਨਾਸ਼ ਜੀਵਨ ਦਾ ਅੱਗੇ ਕੀ ਹੈ ਧੱਕੇ ਪ੍ਰਲੋਕ ਵਿੱਚ ਕੁਛ ਵੀ ਨਹੀਂ ਸੋ ਇਸ ਕਰਕੇ ਆਪਾਂ ਸੋਚੀਏ ਕਿ ਆਪਾਂ ਜ਼ਿੰਦਗੀ ਕਿੱਧਰ ਲਾਈ ਜਾਂ ਅੱਗੋਂ ਆਪਾਂ ਜ਼ਿੰਦਗੀ ਆਪਣੇ ਸਵਾਸ ਕਿੱਧਰ ਲਾਉਣਾ ਚਾਹੁੰਦੇ ਹਾਂ ਚੋਣ ਕਰੀਏ ਗੁਰੂ ਮਹਾਰਾਜ ਨੂੰ ਪੁੱਛਦੀ ਵੀ ਸੱਚੇ ਪਾਤਸ਼ਾਹ ਕੀ ਕਰੀਏ ਅਸੀਂ ਸਾਡੀ ਮੱਤ 'ਤੇ ਕੰਮ ਨਹੀਂ ਕਰਦੀ ਗੁਰਬਾਣੀ ਪੜ੍ਹ ਕੇ ਵਿਚਾਰੀਏ ਵੀ ਅਸੀਂ ਅਗਲੀ ਜ਼ਿੰਦਗੀ ਆਉਣ ਵਾਲੀ ਕਿਹਦੇ ਪਾਸ ਕਿਸ ਲੇਖੇ 'ਚ ਲਾਈਏ ਫਿਰ ਗੁਰੂ ਮਹਾਰਾਜ ਦੱਸਦੇ ਨੇ ਉਵੇਂ ਕਰੋ ਸਾਹ ਸਾਹ ਸਿਮਰੋ ਕੋ ਬਿੰਦ ਮਨ ਅੰਤਰ ਕੀ ਉਤਰੈ ਚਿੰਦ ਸਾਹ ਖਾਲੀ ਨਾ ਜਾਣ ਦਿਉ ਸਿਮਰਨ ਕਰੋ ਨਾਮ ਦਾ ਤਨ ਇਕੱਠਾ ਕਰੋ ਜਦੋਂ ਜਾਣਾ ਹੀ ਹੈ ਰਹਿਣਾ ਹੀ ਨਹੀਂ ਤੋ ਜੇ ਕੋਈ ਯਤਨ ਕਰੇ ਵੀ ਚਲੋ ਆਪਾਂ ਮੌਤ ਨੂੰ ਡੱਕ ਲੈਂਦੇ ਇਸ ਤਰ੍ਹਾਂ ਹੋ ਨਹੀਂ ਸਕਦਾ ਅੱਜ ਤੱਕ ਨਹੀਂ ਹੋਇਆ ਕੁਛ ਈਸ਼ਵਰੀ ਕਾਨੂੰਨ ਸਾਧ ਸੰਗਤ ਜੀ ਇਹੋ ਜਿਹੇ ਨੇ ਉਹ ਬਦਲੇ ਨਹੀਂ ਜਾ ਸਕਦੇ ਉਹ ਅੰਮ੍ਰਿਤ ਅਟਲ ਕਿ ਸਰੀਰ ਛੱਡਣਾ ਹੀ ਹੈ
जे खुशी खुशी छड़ा जाए चंगा नहीं, रो पिट के जो छड़ना है, कलप के जो छड़ना है, औखे सह लैने ने भी ओहो की कीता मैं दुनिया ते भला ही नहीं किसी का किया। बुराइया बंदे जान लगे चेते आ मर लगिया भी किड्डा दुखी हंदा। ये चंगा नहीं जी खुशी खुशी छड़ा जाए, लो वाहेगुरू तुसी दिता सी चंगे पासे लाया है, ले लो जिसकी तिसकी कर जान आपन लाए गुमान। गुरु ग्रंथ साहब जी कहते ने ऐ इंसान जिदा शरीर है ना उहदे लेखे ला, किसी बंदे ने नहीं दिता, वाहिगुरु जी ने दिता है। तो जिन्हें दिता है ना उहदे ध्यान विच, उहदे सिमरन विच, उहदी सेवा विच, उहदे ज्ञान विच, उहदे ख्याल विच, उधर ला किते फिर भी शरीर लैण जोगा रह जाए दुनिया ते कि महाराज फेर दे दो चंगे पासे लाया। कोई बंदा है उन्हों माता पिता पैसे देंदा भी आ लै माड़े पासे ला, दोबारा नहीं मिलेंगे, तो बहुत माड़े पासे ला के आए। से भी शरीर दोबारा उन्हां लोकां नूं नहीं मिलता जिन्होंने बुराइयां चलाया। पक्का सोच लैण कि दुनिया ते कदे भी नहीं आउणगे। जिन्हां चंगे पासे लाया इतिहास पढ़ के देखो, हुक्म दी खेड है ना। भाई साहब भाई दया सिंह जी ने पिछले जन्म में लव कुश का अवतार लव जी सन, पंजे पैरे चोण में खोल खोल के लिखे। शायद कोई विरला ही देश रह गया हो, बड़ी विदेशों में भी चली गई, बड़े अमरसक रहे। दूसरे सन धन्ना जी का अवतार, किन्नी बंदगी है पिछे, फिर पंजे प्यारे च कोई ईड़े तीड़े तो नहीं आ गया। हिम्मत सिंह जी बदक का अवतार, मोहकम सिंह जी, भगत नामदेव जी वोटे वोटे ब्रह्म ज्ञानी, साहब सिंह जी भगत सैन जी का अवतार। पढ़ के देख लो, नहीं पढ़ी तो बहुत कुछ है उहदे विच, छे दीवान ने। कईयां ने पढ़ पढ़ के पंजाब भी होर थावां ते फिर दीवान भी लैंदे ने, बड़िया ने अमर सके कहिंदे आह तां बहुत वधिया किताब मिल गई। साहिब सिंह जी पंजवें भैन भगत सैन का अवतार, उदो बंदगी करते सन, इहा नाम सो जपे जो जा पाया, इत्थे भी बंदगी करते ने। गुरु घर में पंजा प्यारियां में इतने प्रवान ने, अमर पदवियां ले लईयां। जिन्हां विच गलतियां हैं कोई दसो, किसी ने मनुख जन्म मिलिया कोई दोबारा दुनिया ते आया। इस करके इंसान नूं चाहीदा जे मनुख नकुरे नूं ते दोबारा जन्म भी नहीं मिलता। गुरु वाला बने फिर जाके कोई ये भी चलो कि फिर भी दुनिया के शहर चक्कर ला जाएगा, नहीं तो नरक च पिया ही रहिंदा। बाणी पढ़ के देखी, वो जिहड़े राजे जनक ने छड़ाए सी ना, वह लम्मी गल है। सिद्धा ने पुछिया सी गुरु नानक जी नूं, महाराज ये हुक्म विच नरक च पए ने? महाराज कहिंदे हाँ, हुक्मे अंदर सब को बाहर हुक्म ना कोई, जो होया जो हो रहा जो होगा हुक्म विच ही है। ये राजे जनक ने फिर रब दे हुक्मां दूली की ना, नरक खाली कर दते। वो बड़ी कमा के गल करते, गुरु महाराज कहते नहीं जोगी जी, नाथ जी इस तरह नहीं है। ये भी राजे जनक नूं हुक्म होया कि उस राय आओ, ये भी राजे जनक नूं हुक्म होया कि नरक खाली करो, उन्हें मर्जी नहीं की, रब का भाणा मनिया रजा विच सी। जो उन्हें किया राजे जनक ने हुक्म अदूली नहीं की, रब दे हुक्म विच ही नरक खाली होए ने। आप जब इसे पढ़ते ही आम सिख तो रोज़ पढ़ते हैं, बंद खलासी भाणा है। जी उन्हें जीवन की बंद खलासी हुई तो रब की रजा विच हुई, रब दे भाणे विच हुई, रब दे हुक्म विच हुई। राजे जनक ने कोई मर्जी नहीं की, बंद खलासी जी पाने हुए पाने हुए, बंद खलासी जी पाने हुए पाने हुए, बंद खलासी जी पाने हुए पाने हुए, बंद खलासी जी पाने हुए पाने हुए। Yeah.
चलो तुसी आत्म ज्ञानी नहीं हो, ठीक है शक्तियां ने एक गल होर है, मन एकाग्र हो गया शक्तियां आई जांदियां, वो हुक्म जिहड़ा परमेश्वर दा आत्मा दा परमात्मा दा हुक्म आत्मा विच बोलदा है, उत्थे चले जो सुनो आत्मा की आखदी। आत्मा विच सच हुंदा, कई बार चोर चोरी करदा अंदरों आवाज आती है भी है तो कम माड़ा पर करी जाता। हर एक दी आत्मा विच सच है, किसी प्रगट है, किसी उत्ते तैवां लगियां पापां दियां, उन्हूं पता ही नहीं माती मारी पई है। सिद्धा ने बड़े सवाल किए, हुण इन्हां सोचिया, कहन लगे सच्चे पातशाह महाराज एक सवाल तुसी करो। गुरु जी कहिंदे छड्डो भरा, कई दिन हो गए तुसी लगे ही है, तुहाडे सवालां दे जवाब तुहानूं दित्ते ही नहीं। नहीं महाराज एक तुसी करो, असीं वी जवाब दिंदे हां। वो कट्ठे हो गए जोगी, गुरु जी कहिंदे चलो लोड़ ते नहीं सी, एक सवाल रख दिंदे हां, दिओ उत्तर। ऐं दसो गुरु दा कर्म की है, गुरु दा धर्म की है, ते गुरु दा बिरद की है। दंद जोड़ के 84 सिद्धांते भी हुण की करिए, आ ते सानूं पता ही नहीं सी। गोरख जी कहिंदे मैं तुहानूं अगे कहा सी भी इह नारायण दा अवतार ने, ना मत्था लाओ इहनां नाल। हुण दिओ उत्तर। एक जोगी कहिंदा गरीब नवाज सच्चे पातशाह चार घड़ियां टाइम, गुरु जी कहिंदे भावें चार दिन लै लो उत्तर दिओ। नहीं जवाब आया, महाराज आप ही कृपा करो, गुरु दा कर्म की है, गुरु दा धर्म की है, ते गुरु दा बिरद की है। गुरु जी कहिंदे जोगी राज नाथ जी गुरु दा कर्म है, उन्हें ब्रह्मंड बना दिते। वाहेगुरु गुरु नानक साहिब शब्द गुरु, सारियां धरतियां शब्द गुरु ने बनाईया, ऐ समझो भी गुरु ग्रंथ साहिब नहीं रचना की सारे ब्रह्मंडा की, सौखा समझना कि है दे। वाहेगुरु तेरी सब रचना, वाहेगुरु गुरु नानक साहिब, गुरु नानक साहिब गुरु ग्रंथ साहिब। कई ना लोग कह देंगे ने गुरु ग्रंथ साहिब मनते घट, कह देंगे समझ नहीं है, पता नहीं है। गुरु का कर्म है कि उन्हें ब्रह्मांड बना दते, पता ही नहीं किनिया कि बना दते। तो गुरु का धर्म की है कि उन्होंने पाल रहा है, यही भी इन्ने ब्रह्मांड ब्रह्मा छड़े तो दुनिया भुखी मर चली, कीड़िया ने कुछ न कुछ मिलता खाने लिए, निकी निकी कीड़िया, पता ही नहीं कितनी क रचना है। वाहेगुरु जाने जी की रचना है, बंदा तो किसी रोटी नहीं दे सकता। एक महात्मा जी होंगे तो उत्थे एक 60 साल की उम्र का बदमाश आ गया, तो महात्मा जी के नाल दे बड़े पढ़े लिखे, वो कहते बाबा जी ये बंदा बड़ा गंदा,
ਚੋਰੀਆਂ ਕਰਦਾ ਐਂ ਕਰਦਾ ਐਂ ਕਰਦਾ, ਇਹਨੂੰ ਰੋਟੀ ਨਹੀਂ ਆਪਣੇ ਆਸ਼ਰਮ 'ਚੋਂ ਦੇਣੀ। ਕਹਿੰਦੇ ਅੱਛਾ ਭਾਈ ਐਂ ਕਰ ਲੈਂਦੇ, ਉਹ ਜਿਹਦੀ ਇਹ ਦਿੰਦੇ ਹੀ ਨਹੀਂ ਜਿਵੇਂ ਤੁਸੀਂ ਕਹੋ। ਉਹਨੂੰ ਮੰਜੀ ਬਿਸਤਰਾ ਦਿੱਤਾ, ਰਾਤ ਰਿਹਾ, ਸਵੇਰੇ ਚਲਾ ਗਿਆ। ਕਹਿੰਦੇ ਇੱਥੇ ਲੰਗਰ ਚੱਲਦਾ ਪਰ ਮੈਨੂੰ ਰੋਟੀ ਨਹੀਂ ਮਿਲੀ। ਕਹਿੰਦੇ ਤੂੰ ਪਾਪੀ ਬਣਿਆ। ਹੁਣ ਅਗਲੇ ਦਿਨ ਉਹ ਸੰਤ ਜੀ ਸਮਾਧੀ ਵਿੱਚ ਬੈਠੇ, ਧਿਆਨ ਨਹੀਂ ਜੁੜਿਆ। ਕਹਿੰਦੇ ਹੇ ਭਗਵਾਨ, ਆਹ ਪਤਾ ਨਹੀਂ ਕੀ ਗੱਲ ਹੋਈ, ਹੁਣ ਜਿਨ੍ਹਾਂ ਦੀ ਕਦੇ ਸਮਾਧੀ ਲੱਗੀ ਨਹੀਂ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਕੀ ਵਿਸਿਮਰਨ ਕੀ ਹੁੰਦਾ। ਰਤਨ ਮਣੀ ਗੱਲ ਬਾਂਦਰ ਹੈ ਕਿ ਹਕੀਮ ਨਾ ਜਾਣ, ਬਾਂਦਰ ਦੇ ਗੱਲ 'ਚ ਰਤਨਾਂ ਦੀ ਮਣ ਪਾ ਦਿਓ ਮਾਲਾ, ਉਹਨੇ ਤੋੜ ਤੋੜ ਕੇ ਉਹ ਮਾਰ ਜਾ, ਉਹਨੂੰ ਪਤਾ ਕੀ ਹੁੰਦਾ। ਤੂੰ ਕਹਿੰਦੇ ਹੇ ਪ੍ਰਭੂ ਵੀ ਮੇਰੇ 'ਤੇ ਨਾਰਾਜ਼ਗੀ ਕਾਹਦੀ ਹੋ ਗਈ। ਆਕਾਸ਼ਬਾਣੀ ਹੋਈ, ਸੰਤ ਜੀ ਮੈਂ ਇਸ ਬੰਦੇ ਨੂੰ 60 ਸਾਲ ਦਾ ਕੀਤਾ ਪਾਲਿਆ ਨਾ, ਰੋਟੀ ਦਿੱਤੀ ਨਾ, ਅਤੇ ਤੁਸੀਂ ਇੱਕ ਡੰਗ ਵੀ ਨਹੀਂ ਦੇ ਸਕੇ। ਅਕਿਰਤ ਕਣਾ ਹਰ ਪਾਲਦਾ ਰੱਬ ਜੀ ਰੋਜੀ ਪਾਪੀਆਂ ਨੂੰ ਵੀ ਦੇ ਰਹੇ ਨੇ, ਅਕਿਰਤ ਕੜਾ ਨੂੰ ਵੀ ਦੇ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਇਹ ਨਹੀਂ, ਰੋਟੀ ਤਾਂ ਜੇਲ੍ਹਾਂ 'ਚ ਵੀ ਮਿਲਦੀ। ਕਹਿੰਦੇ ਲੈ ਇਹਨੂੰ ਬਰਖਾ, ਉੱਥੇ ਭੁੱਖਾ ਤਾਂ ਨਹੀਂ ਮਾਰਦੇ, ਰੋਟੀ ਮਿਲਦੀ ਉੱਥੇ ਵੀ। ਕਹਿੰਦੇ ਲੈ ਲੈ ਜਿੰਨੀਆਂ ਖਾਣੀਆਂ ਚੁੱਕ। ਅਕਿਰਤ ਕਣਾ ਹਰ ਪਾਲਦਾ, ਇਹ ਗੁਰੂ ਦਾ ਜੋਗੀ ਜੀ ਨਾਥ ਜੀ ਧਰਮ ਹੈ ਕਿ ਪਾਪੀਆਂ ਨੂੰ ਵੀ ਰੋਜੀ ਦਿੰਦਾ, ਰੋਟੀ ਜੇਲ੍ਹਾਂ 'ਚ ਵੀ ਮਿਲਦੀ ਜੇ ਬੰਦੇ ਦੇ ਹੱਥ 'ਚ ਹੋਵੇ ਨਾ। ਲੈ ਫਿਰ ਅੱਜ ਨਾਥਾਂ ਦੀ ਇਹਨੂੰ ਰੋਟੀ ਨਹੀਂ ਦੇਣੀ, ਘੱਟੋ ਇਹਨੂੰ ਇੱਥੋਂ, ਆ ਇਹ ਤਾਂ ਚੰਗੇ ਕੰਮ ਨਹੀਂ ਕਰਦਾ, ਇਹ ਕੋਈ ਖੋਲੋ। ਰੱਬ ਹੀ ਹੈ ਜਿਹੜਾ ਸਾਰਿਆਂ ਨੂੰ ਰੋਜੀ ਦੇ ਦਿੰਦਾ, ਕੀੜਿਆਂ ਮਕੌੜਿਆਂ ਸੱਪਾਂ ਸਲੂੰਗੜਾਂ ਨੂੰ। 84 ਲੱਖ ਜੂਨ ਪਈ ਪਲਦੀ ਹੈ, ਬੰਦਾ ਤਾਂ ਖੋਲ ਵੇ ਦੂਜੇ ਦੀ ਥਾਲੀ 'ਚੋਂ ਵੀ ਨਾ, ਮੇਰੇ ਕੋਲ ਹੀ ਚਾਹੀਦੀ, ਇਹਨੂੰ ਭੁੱਖਾ ਹੀ ਮਰਦਾ ਦੇਖ। ਗੁਰੂ ਨਾਨਕ ਜੀ ਕਹਿੰਦੇ ਨਾਥ ਜੀ ਗੁਰੂ ਦਾ ਕਰਮ ਹੈ, ਬ੍ਰਹਮੰਡ ਬਣਾਏ ਨੇ ਸ਼ਬਦ ਗੁਰੂ ਨੇ, ਅਤੇ ਰੋਜੀ ਵੀ ਦੇ ਰਿਹਾ, ਭੁੱਖੇ ਨਹੀਂ ਮਾਰਦਾ ਕਿਸੇ। ਪਰ ਬੰਦੇ ਦੀ ਚਿੰਤਾ ਬੜੀ, ਅੱਗੋਂ ਕੀ ਕਰਾਂਗੇ, ਅੱਗੋਂ ਕੀ ਕਰਾਂਗੇ, ਪਿਛਲੇ ਯੁੱਗਾਂ ਤੋਂ ਕੀ ਕਰਦੇ ਆਏ ਨੇ, ਅੱਗੋਂ ਐਂ ਹੋ ਜੇ ਵੀ ਹੀਲਾ ਵਸੀਲਾ ਕਰੀ ਜਾਓ। ਦੇਣੇ ਵਾਲਾ ਪਰਮੇਸ਼ੁਰ ਹੈ, ਸੋਚੀ ਜਾਣਾ ਸੋਚੀ ਜਾਣਾ, ਹੋਰ ਕੁਛ ਨਹੀਂ ਪੱਲੇ। ਤੀਸਰਾ ਹੈ ਕਿ ਉਹਦਾ ਬਿਰਦ ਕੀ ਹੈ। ਕਹਿੰਦੇ ਨਾਥ ਜੀ ਜਦੋਂ ਇਨਸਾਨ ਗਲਤੀ ਕਰਕੇ ਰੋਂਦਾ ਪਛਤਾਉਂਦਾ ਕਿ ਮੇਰੇ ਕੋਲ ਬੜੀ ਭੁੱਲ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਖਸ਼ੋ, ਮੈਨੂੰ ਨਹੀਂ ਸੀ ਪਤਾ। ਮਹਾਰਾਜ ਕਹਿੰਦੇ ਠੀਕ ਹੈ, ਚਲੋ ਮਾਫ਼ ਕਰ ਦਿੰਦੇ। ਇਹ ਉਹਦਾ ਹੀ ਕੰਮ ਹੈ, ਬੰਦਾ ਨਹੀਂ ਬੰਦੇ ਨੂੰ ਮਾਫ਼ ਕਰਦਾ, ਬੰਦਾ ਤਾਂ ਚਾਹੁੰਦਾ ਸਜ਼ਾ ਉਹ ਮਿਲੇ, ਲੋਕ ਵੇਖਣ ਵੀ ਕੀੜੇ ਪੈ ਪੈ ਮਰ। ਰੱਬ ਜਿਹੜਾ ਹੈ ਉਹਦਾ ਇਹ ਬਿਰਦ ਹੈ, ਸ਼ਬਦ ਗੁਰੂ ਉਹਦਾ ਇਹ ਕਰਮ ਹੈ, ਉਹਨੇ ਬ੍ਰਹਮੰਡ ਬਣਾ ਦਿੱਤੇ, ਉਹਦਾ ਇਹ ਧਰਮ ਹੈ ਜੋਗੀ ਜੀ ਉਹ ਪਾਲ ਰਿਹਾ, ਉਹਦਾ ਇਹ ਬਿਰਦ ਹੈ ਕਿ ਉਹ ਪਾਪੀਆਂ ਨੂੰ ਮਾਫ਼ ਕਰ ਰਿਹਾ, ਗੁਨਾਹ ਮਾਫ਼ ਕਰ ਰਿਹਾ ਵੱਡੇ ਵੱਡੇ। ਅਤੇ ਜੇ ਫਿਰ ਵੀ ਨਹੀਂ ਕੋਈ ਸੁਧਰਦਾ, ਜਿਵੇਂ ਸਰਕਾਰ ਨੇ ਜੇਲ੍ਹਾਂ ਬਣਾਈਆਂ, ਪਰਮੇਸ਼ਰ ਨੇ ਨਰਕ ਬਣਾਇਆ, ਜਾਮੀ ਬਣਾਏ, ਹੁਕਮ ਹੋ ਜਾਂਦਾ ਨਿਰੰਕਾਰ ਦਾ, ਲਿਆ ਉਹਨੂੰ ਸੁੱਟੋ ਨਰਕ 'ਚ। ਇੰਨਾ ਸਮਾਂ ਦਿੱਤਾ ਇਹਨੂੰ, ਇੰਨੀ ਢਿੱਲ ਦਿੱਤੀ, ਇਹ ਜੀਵ ਸੁਧਰ ਹੀ ਨਹੀਂ ਰਿਹਾ, ਨਰਕ 'ਚ ਹੀ ਪਸੰਦ ਕਰ ਲਿਆ ਰਹਿਣਾ। ਜੰਮ ਕੇ ਪਟੇ ਲਿਖਾਏ, ਇਹਨੇ ਸੌਦਾ ਹੀ ਪੱਕਾ ਕਰ ਲਿਆ ਵੀ ਮੈਂ ਜਾਣਾ ਹੀ ਉਹਨਾਂ ਵਾਲਾ, ਚੰਗਾ ਜਾ। ਤਦੇ ਹੀ ਬਾਣੀ ਵਿੱਚ ਇਉਂ ਦੱਸਿਆ, ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਪਾਰ ਸਦਾਇਆ, ਹੋਆ ਦੁਨੀਦਾਰ ਗਲ ਸੰਗਲ ਹੱਥ ਚਲਾਇਆ, ਅਸੀਂ ਕਰਨੀ ਤੀਰਤ ਵਾਰੀ ਹੈ ਬਲੇਖਾ ਕਰ ਸਮਝਾਇਆ, ਆਉਂਦੀ ਹੁਣ ਸੁਣਿਆ ਕਾਵਾਇਆ, ਜਨਮ ਗਵਾਇਆ ਮਨ ਅੰਦੇ, ਜਨਮ ਗਵਾਇਆ ਮਨ ਅੰਦੇ, ਜਨਮ ਗਵਾਇਆ ਹੋਏ ਬਸਮਰ ਪਹੁੰਚਾਇਆ।
ਕਿਆ ਅੰਦਰ ਜਾਵਣਾ ਮਨ ਭਾਵ ਤੇਰਾ ਪੀੜਾ ਨੰਗਾ ਤੂੰ ਜਗ ਜਾ ਲਿਆ ਤਾਂ ਕਾਮਣਾ ਕਰ ਉਗਣ ਪਕੜੀਏ ਕਿਸੇ ਥਾਏ ਜਿਹੜਾ ਕਰੇ ਉਹ ਹੀ ਭਰੇ। ਕਲਯੁੱਗ ਦਾ ਨਿਆਂ ਵੱਡਾ ਹੈ, ਪਿਛਲੇ ਯੁੱਗਾਂ ਨਾਲੋਂ ਕਲਯੁੱਗ ਵਿੱਚ ਇਨਸਾਫ ਹੈ, ਵੱਡੀ ਵਡਿਆਈ ਹੈ। ਇਸ ਯੁੱਗ ਬਹੁਤ ਸਤਯੁਗ ਤ੍ਰੇਤਾ ਦੁਆਪਰ ਬਣੀਏ। ਕਲਯੁੱਗ ਉੱਤਮ ਯੁੱਗਾਂ ਮਾਏ ਬਹੁਤ ਚੰਗਾ ਯੁੱਗ ਹੈ ਸਿਮਰਨ ਵਾਲਿਆਂ ਵਾਸਤੇ, ਨਿਆਂ ਵਾਲਿਆਂ ਵਾਸਤੇ। ਇਸ ਕਰਕੇ ਜਿਹੀ ਜੀ ਕਰਨੀ ਕਰਦਾ ਉਹ ਹੀ ਪਾਉਂਦਾ। ਇਹ ਵੀ ਕਰੇ ਕੋਈ ਤਾਂ ਜਮ ਕਿਸੇ ਨੂੰ ਫੜ ਕੇ ਲੈ ਜਾਣਗੇ ਨਾ, ਉਹ ਨਹੀਂ ਫੜਨਗੇ ਜਿਹਨੇ ਪਾਪ ਕੀਤਾ ਦੂਜੇ ਨੂੰ ਨਹੀਂ। ਹੁਕਮੇ ਹੀ ਜਮ ਲੱਗਦਾ, ਹੁਕਮੇ ਕੱਢਦਾ ਸਾਹਾ ਹੀ। ਜਦੋਂ ਇਨਸਾਨ ਨੇ ਜਾਣਾ ਹੁੰਦਾ, ਜਿਹੜੇ ਤਿੰਨੇ ਅੰਮ੍ਰਿਤਧਾਰੀ ਸ਼ਬਦ ਦਾ ਜਾਪ ਕਰਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਜਿਸ ਸ਼ਬਦ ਦਾ ਇਹ ਜਾਪ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਕਰੀ ਜਾਣ, ਮੂਲ ਮੰਤਰ ਕਰੀ ਜਾਣ, ਸਤਨਾਮ ਵਾਹਿਗੁਰੂ ਜੋ ਵੀ ਕਰਦਾ, ਉਹ ਸ਼ਬਦ ਵਕਤ ਅਖੀਰ ਅੰਦਰ ਬੋਲਦਾ, ਸੁਰਤੀ ਨੂੰ ਆਪਣੇ ਵੱਲ ਖਿੱਚਦਾ, ਫਿਰ ਉਹ ਲੋਕ ਜਾਂਦੇ ਨੇ ਸੱਚਖੰਡ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕਾ ਦਰਬਾਰ ਸਜਿਆ ਤਾਂ ਇੱਕ ਕੋਈ ਇਉਂ ਲੱਗਦਾ ਕੋਈ ਜੋਗੀ ਹੈ, ਕੋਈ ਮਹਾਤਮਾ ਹੈ, ਉਹਨੇ ਮਹਾਰਾਜ ਨੂੰ ਮੱਥਾ ਟੇਕਿਆ, ਹੱਥ ਵਿੱਚ ਖੰਭ ਲਏ, ਭੇਟਾ ਕੀਤੇ, ਕੁਝ ਬਚਨ ਬਲਾਸ ਹੋਏ, ਉੱਠੀ ਪੈਰੀ ਵਾਪਸ ਗਿਆ, ਜੋੜਿਆਂ ਵਿੱਚ ਗਿਆ, ਨਜ਼ਰ ਹੀ ਨਹੀਂ ਆਇਆ। ਸਿੰਘ ਕਹਿੰਦੇ ਸੱਚੇ ਪਾਤਸ਼ਾਹ ਇਹ ਜੋ ਬੰਦਾ ਆਇਆ ਸੀ ਨਜ਼ਰ ਨਹੀਂ ਆਇਆ, ਜੋੜਿਆਂ ਵਿੱਚ ਅਲੋਪ। ਗੁਰੂ ਜੀ ਕਹਿੰਦੇ ਨਾਰਦ ਮੁਨੀ ਸੀ, ਬਰਮ ਲੋਕ ਵਿੱਚੋਂ ਆਇਆ, ਬਰਮਾ ਦਾ ਪੁੱਤਰ ਸੀ। ਇਹ ਖੰਭ ਲੈ ਕੇ ਆਇਆ ਅਨਲ ਹਮਾਂ ਜੋ ਪੰਛੀ ਦੇ ਉਹ ਆਕਾਸ਼ ਮੰਡਲਾਂ ਵਿੱਚ ਰਹਿੰਦਾ ਹੈ, ਉਹ ਸੀ। ਹੁਣ ਇਹਨੂੰ ਤੀਰਾਂ ਨਾਲ ਚੜੋ, ਇੱਕ ਇੱਕ ਖੰਭ ਇੱਕ ਇੱਕ ਤੀਰਾਂ ਨਾਲ ਲਾ ਦਿੱਤਾ। ਤੀਰ ਹੁੰਦੇ ਲੋਹੇ ਦੇ, ਸਵਾ ਤੋਲਾ ਸੋਨਾ ਹਰ ਇੱਕ ਤੀਰ ਨੂੰ ਲੱਗਿਆ ਹੁੰਦਾ, ਉਹਦਾ ਵੀ ਕੋਈ ਅਰਥ ਸੀ। ਕੋਈ ਜ਼ਖਮੀ ਹੈ ਤਾਂ ਪੱਟੀ ਕਰਾ ਲਈ, ਮਲਮ ਪੱਟੀ ਮਾਰੀ ਗਿਆ ਤਾਂ ਖੱਪਣ ਪਾ ਲਈ, ਇੰਨੇ ਕਦਾ ਬਥੇਰਾ ਆ ਜਾਊ, ਸਵਾ ਤੋਲਾ ਸੋਨਾ ਇਸ ਕਰਕੇ ਤੀਰ ਨੂੰ ਲੱਗਿਆ ਹੀ ਹੋਇਆ। ਹੁਣ ਉਹ ਤੀਰ ਜੜੇ ਗਏ, ਗੁਰੂ ਜੀ ਨੇ 350 ਸਿੱਖ ਦੂਰ ਦੂਰ ਖੜ੍ਹੇ ਕੀਤੇ, 350
कि देखो असीं तीर चलावांगे ते जिथे कोई डिगे तुसीं लैके आउणा। सब दी निगाह तां गुरु जी चलाउणगे, एक एक करके सारे चलाते आकाश वल दिसते नहीं जाते, गुण दिस उठ जाते, पैर पक्का देखते रहे भी तीर तो बहुत छेती आ जाता थले, पला च आए नहीं, दिन थोड़ा रह गया। हौली हौली गुरु जी ने कहा आ जाओ भाई सारे इकट्ठे हो। महाराज पुछते ने भाई तीर नहीं लियांदे, गरीब नवाज तीर ऐ लगता थले आए डिगे ही नहीं। अच्छा देख लिया तुसी? हाँ जी। एक सिख कहिंदा है सच्चे पातशाह इहदे विच सानू की उपदेश देना चाहुंदे हो? गुरु जी कहिंदे जो तुहानू दस्सिया सी भी वह नारद खंभ लैके आया है ब्रह्मा का पुत्र, तीरां नाल आ के छड़े ने, इन्हां खंभां विच ये शक्ति है, ये तसीर है, ये गुण है कि जिहड़ी चीज़ इन्हां नाल बन्न के आकाश विच सुट दईए, जिथों दे खंभ रहण वाले उत्ते उन तीर नूं लै गया। ये तुहानू समझाउणा सी। महाराज साढ़े तां अजे वी नहीं समझ आई। कहते देखो ये गुरबाणी निरंकार है, जो तुहानू नाम देंदे ने पंज प्यारे बाणी चों ही देंदे ने, मूल मंत्र वाहिगुरु बाणी चों ही देंदे ने ना, इहदे नाल जुड़ो। जिवें खंभ दे नाल तीर लाया ते तीर खंभ तीर नूं लै गए, उस मंडल तुसीं सुरती शब्द नाल जुड़ो। ये शब्द सचखंड विचों आ रहा जिसने अनेक ब्रह्मांड बनाए। रूह बड़ी सूक्ष्म होंगी, बहुत छोटी, ऐ समझो भी सिर का वाल है, इन पाड़ दिता दो हिस्से, अद्धा उन्होंने फिर दो हिस्से, अद्धा वो फिर दो हिस्से कर ले, अद्धा रह गया वो फिर दो हिस्से कर ले। इस तरह 20 लाख बारी किया जाए इन्नी सूक्ष्म रूह है, तो पत्थर चो भी लंघ जाती, बहुत ही सूक्ष्म है। ई जदों शब्द नाल जुड़ती है इन फिर उत्थे दरगाह च जांदे चिर नहीं लगता जे श्री छड्डिया पहुँच गया। इस नाल जुड़ो, जुड़े तां जे आ संसारी शब्द छड्डे जाण, कहीं तो सिरमे वेख वेख के मर चले। अजकल एक होर बीमारी चली, समझ नहीं है छोटे छोटे बच्चों को, मोबाइल ले लेंदे ने सारा दिन रात, उंगलां मारी जांदे ने, पुछो भी तेरा मम्मी पापा निकलिया इहदे चों, जिहड़ा तेरी रोटी देगा, कख भी नहीं। अज यूपी च 2 पागल होए, 2 हूँ मसा दवाइया दुनिया खा के ना दिल्लियों तो ठीक होए, ऊने माँ प्यो ने मोबाइल ही लै लेते, पढ़ो राम, बड़ी भैड़ी बीमारी। इसी चलो कित गलबात हो जाएगी, पर फाई बन गई लोगों वास्ते, उल्टा ही हो गया, छटते ही नहीं खेड़ा, फिर आखे नहीं लगते, जल लग जाता वह भला। तो इस करके ये जिहड़े आप शब्द संसार सुन रहे हैं, ये सारे बंद किए जाने, कोई लोड़ ही नहीं है नाच गाण सुन दी, गंदे गीत सुन दी, ये जी फिल्मां देखण दी। वो एक मुंडा मिलिया भाई 24 साल का, अद्धा पागल, वो गल ही उतर नहीं करे। मैं कहा तेन की हो गया? चंगा भला हुंदा सी। उन्होंने पूछा, मैं क्या मोबाइल? कहता जी मैं खेडा वे ना। मैं तेन नाम मिलना उंजी मर चले ने, वेख वेख पागल हो जाते, किसी ने जितना है किसी ने हारना, तो सौ आराम ना रब का ना लो। ये सारे शब्द बंद करिए, ना निंदिया सुनो, ना चुगली सुनो, ना झूठ सुनो, ना वैर वरा सुनो, मूंदलिए दरवाजे। ये आप प्रैक्टिकल सहज अवस्था में चल के तो दरवाजे करिए बंद, तो फिर अंदर शब्द सुन लग जाएगा, तो बाजे अनहद बाजे। ये तो नहीं क्या वो सुनता ही नहीं, वो शब्द सुनता है, पर जो उधर ध्यान दई है थोड़ी मेहनत तो करनी ही पेगी ना। बच्चे स्कूलों में पढ़ते हैं 15-15 साल पढ़ते रहते, पुछो की मिलिया? कहते जी पढ़ के ही हटे, फिर नौकरी करके किहड़ा तुसीं ब्रह्मांड खरीद लेना, गुजारा वजारा ही चलाना जी। इधर तो चाहता अज बस मैं नाम लै लिया पंजा प्यार, कल मैं बस सीधा ही सचखंड पहुँचा, इस तरह नहीं हुंदा। जिनी नाम ते आया गए मुसक्कत काल,
कुछ मेहनत करनी पैंदी है, कुछ बंदगी करनी पैंदी है। नानक लब जब लग दुनिया रही है, कुछ सुनिए कुछ कहिए। सुनो गुरबाणी, सुनो सच, सुनो सिमरन, सुनो भजन, सुनो पाठ, सुनो कुछ कहो। सिद्धा ने पूछा गुरु नानक जी ने, महाराज की बोलना चाहिए? हजूर कहते, मोह के बोलन बोलिए जित सुन तरे प्यार। तुरी इहो जी गल करो दूजा सुन के तुहाडे नाल प्रेम करे भी। अच्छी गल कीती है, चंगी गल कीती है। जे हुण अंदर जहर है तो जहर ही बाहर आना। जिस भांडे विच मरचा ने तो गुड़ कित्थों लभ जाए? जिहो जिहा अंदर है ना उहो जिहा ही बाहर आना, उहो जिहा दूजे नूं वंडना। जो कोई वंडेगा वधदा जाएगा, कोई नेकियां वंड लए, बदियां वंड लए, जो भी किसी ने करना है संसार विच, चार दिन जिंदगी मिली है कर ले। जो करेगा उहदे अगे आना है, उहनूं फल उहदा मिलना है। बाणी विच कोई वचन झूठा नहीं, हाँ थोड़ा समा हुंदा। जिहा जिहा सतगुरु नूं जिहा जिहा कोई इशदा गुरु घर जिहे जी कोई निजत लै के आ ते आ फल पाए, उहनूं उहो जिहा फल मिल जांदा जिहो जी इच्छा लै के आ। सिद्धा ने कहा सी गुरु नानक जी नूं, महाराज इन्नियां लम्मियां उमरां पर साडे समझ कुछ गल्लां नहीं आ रही। ये नहीं भी किसी लम्मी उम्र होगी 500 साल की तो बड़ा ज्ञानी हो सकता, कि पता बेड़ा करके आई हो। छोटा जा बच्चा ही प्रहलाद ध्रुव पता नहीं कितना ज्ञानवान हो, जरूरी है। उन लम्मी लम्मी उम्र ने कह रहे महाराज ये जो वर्मा जी ने, विष्णु जी ने, ते ए हन शिवजी, देवराज इंद्र, इन्होंने एक शब्द का जाप किया कि वखरा वखरा? गुरु जी कहते इको दा ही किया। फिर इन्हों की उम्र वखरिया, इन्होंने गुणा च फर्क, हर गल च फर्क। गुरु जी कहते जोगी जी इस तरह है, जिहो जी भावना करके ना आराध्या उहो जिहा फल मिल गया। इस तरह गुरु घर जिहो जी कोई भावना लैके आउंदा है घरों चलन लग्या, सतगुरु नूं जिहा कोई इच्छदा तिहा फल पाए, उहो जिहा नूं फल मिलदा। जिहा जिहा भी गुरु घर आउंदा उहनूं मिल जांदा, पलट के मिलदा। मैं समझो वी आपां हुण लंगर वरता दित्ता ते पुन्न कीता, आपां नूं तां फल मिलेगा। एक तिल नहीं भन्ने गल, इसी तरह ये कर्म ने अगे दे अगे अगे दे अगे। बड़ी लंबी चौड़ी गल है, मुक्कण वाली नहीं है। आउंदा ना किरत कर्म के विछड़े, कीते हुए कर्म बंदे नूं विछोड़ देंदे ने सिमर नालों, नाम नालों, रब नालों, गुरु नालों। कर किरपा मिलो रहो। ठीक है साडे सिखां विच कर्म कुर्म दीआं गल्लां घट मनदे ने, आहो ये इन्हां दा गीता दा ज्ञान है जी, बाणी विच वी ते है, आपां कित्थे जावांगे। फल कारण फूली बनराए, फल लागे तां फूल बुलाए, ज्ञाने कारण कर्म अभ्यास, ज्ञान पिया तो कर्म ही नास। ज्ञान ये नहीं है भी कोई किताबां पढ़ लईआं, कोई माड़ी मोटी गल सुन ली तो सानूं ज्ञान हो गया। ज्ञान का मतलब है अठे पैर लिव लग जानी, रोम रोम करके सिमरन होण लग जाना गुरमुख का, अंदरों उन्हू सोझी हो जानी, ज्ञान ज्यूंदे मुक्त हो जाना। उन्हू कहिंदे ने ज्ञानवान तत् ज्ञानी, उन्हू कहिंदे ज्ञानी ताहे बखान, वह है ज्ञानवान। उस ज्ञान नू वंडिया जाए, फिर जिनी जिनी किसी को समर्था उन्हों लै लवे वह भी उच्चा उठ जाएगा। कबीर जी कहते मेरे गुरु ने मैनू एक तत् ज्ञान की वस्तु दे दी, मैं कहते फिर खुला छटा दिता। जिस मस्तक तिने लै ली, जिन्होंने भागों से लिखा सी उस गल समझ के अपना भला उन्हें करा लिया, लाह खट लिया, फायदा हो गया जिन्होंने नहीं कर्मा। कबीर साचा सतगुर क्या कर, उन्होंने नहीं मिले। इस करके जो आप विचार कर्मां दी करते हाँ तो फिर बाणी विच ऐसा भी है, फल दित्तिआं बाद नहीं जाना, फल दित्तिआं बाद नहीं जाना, तेरा कर्मां नहीं बंदिआ।
तेरा कर्मा ने फल दित्या जो मथे का लेख है वह हर इंसान को मिलता है जिह जिह जह रुचि है कपड़ा है रिश्तेदार है जमीन है अपनी सेहत है जिह जिह जे मथे का लेख है कर्म सो इस करके कित कर्म के विछड़े किते हुए माड़े कर्म बहुत बंदे नूं दूर ले जाए पता नहीं किन्ने जुगां दी जुग गल दूर जावे कर कृपा मेलो राम चार कुंट दै दिस पर में पता नहीं कितने कितने रूह धक्के खाँदी फिरती थकाए प्रभ की साम कितने समा मिल गया मनुख जन्म तें दुद्धे ते बाहर ही जिवें कोई पशु है ना हल चलता तो ना दुध दिंदा एवें जी है कितने ना आवे काम ना हल तो ना दुध उन्हूं कहिंदे ने टोर बिन बुझे पास्टोर जूनी परमते एक पशु होंगे ने वो होंगे जो हाल चाल देते दुध देंदे टोर ना हाल चाल देते ना दुध देंदे पशु तो टोर विच इन्ना की फर्क है पशु मिले चंगियाईया हाल भी चलते ने दुध भी देंदे गाइया मजा दुध देंदे पशु मिले चंगियाईया खड़खावे अमृत दे नानक नाम भी होने आदमी त्रिग जीवन असने कहते जो बंदगी नहीं करते फिटे भी इन्हों जमण का त्रिग का मतलब यह है कि सौ फिट किसी ने पाइए ना सौ तो एक लांत तो सौ लांत कट्ठी हो जाए तो एक त्रिग किनिया फिटक हो गई दुनिया त आके करना ही की सी मनमुख दुख का खेत है दुख बीजे दुख खाए कोई चज का कम ही नहीं जिंदगी लून हरामी गुनागार बगाना अल्प मत समुद्र कि गुरु नानक जी का लून भी ओद ही है जिंदी जमीन में रुख भी ओद ही है धरती ओदी है समुद्र भी ओद सब महाराज का ही है वाहेगुरु गुरु नानक साहब सब कुछ गुरु ग्रंथ साहब का है ऐ समझ लीए लून हरामी गुनागार बगाना अल्प मत जियो पिंड जिन सुख दिया ताहे ना जाने तत् गुरु ग्रंथ साहब जी कहते जिन्हें शरीर दिता जिदा लून खाना बाबे नानक दा किते भजन कीता किते चार कड़ियां रब दा नां लिया लाहा माया कारण भज्जा ही फिरदा हल्के कुत्ते वांगू पैसे मिल जुड़ पैसे मिल जुड़ पैसे मिल जुड़ पैसे मिल जुड़ लाहा माया कारने डैड न दत्तू ढूंढण जाए
ਤੇਵਣ ਹਾਰ ਤਾਰ ਪ੍ਰਭ ਨਿਮਖ ਨਾ ਮਨੇ ਵਸਾਏ। ਤੈਨੂੰ ਇੱਕ ਘੜੀ ਵੀ ਗੁਰੂ ਨਾਨਕ ਜੀ ਚੇਤੇ ਨਹੀਂ ਆਉਂਦੇ। ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਲੂਣ ਹਰਾਮੀ ਗੁਨਾਹਗਾਰ। ਉਹ ਲੂਣ ਹਰਾਮੀ ਲੋਕ ਨੇ ਜਿਹੜੇ ਗੁਰੂ ਨਾਨਕ ਨੂੰ ਭੁੱਲ ਗਏ, ਵਾਹਿਗੁਰੂ ਨੂੰ ਭੁੱਲ ਗਏ, ਅਤੇ ਦਿਨ ਰਾਤ ਪਾਪਾਂ 'ਚ ਲੱਗੇ ਪਏ ਨੇ। ਲੂਣ ਗੁਰੂ ਨਾਨਕ ਦਾ ਖਾਂਦੇ ਨੇ ਅਤੇ ਜਸ ਕਿਸੇ ਹੋਰ ਦਾ। ਕਹਿੰਦੇ ਜਿਹਦਾ ਅੰਨ ਖਾਈਏ ਉਹਦਾ ਜਸ ਗਾਈਏ। ਖਾਣਾ ਗੁਰੂ ਨਾਨਕ ਦਾ, ਤੂੰ ਦਾਤਾ ਦਿੱਤਾਰ ਤੇਰਾ ਦਿੱਤਾ ਖਾਵਾਂ। ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ, ਕੀੜੇ ਤੋਂ ਲੈ ਕੇ ਸਭ ਗੁਰੂ ਨਾਨਕ ਦਾ ਹੀ ਖਾਂਦੇ ਨੇ। ਅਤੇ ਕੀ ਆਪਾਂ ਗੁਰੂ ਦਾ ਜਸ ਕਦੇ ਕੀਤਾ? ਕਿਤੇ ਵਾਹਿਗੁਰੂ ਕੀਤਾ, ਕਿਤੇ ਲਿਵ ਲਾਈ, ਕਿਤੇ ਚਾਰ ਕੜੀਆਂ ਸਵੇਰੇ ਉੱਠ ਕੇ ਨਹਾ ਧੋ ਕੇ ਰੱਬ ਨੂੰ ਯਾਦ ਕੀਤਾ ਵੀ ਮਹਾਰਾਜ ਤੇਰਾ ਦਿੱਤਾ ਵਰਤਣ ਡਹੇ ਮੇਰਾ ਜੀ, ਮੈਂ ਮਿਹਨਤ ਕੀਤੀ ਜੀ, ਮੈਂ ਹੈ ਜੀ, ਮੈਂ ਬੜੀ ਦੁਨੀਆ ਧੱਕੇ ਖਾਂਦੀ ਫਿਰਦੀ ਸੀ, ਕਈ ਕੋਟ ਘਾਲੇ ਥੱਕ ਪਾਏ, ਕੱਖ ਨਹੀਂ ਜੇ ਮਿਲਦਾ, ਮਰ ਗਏ ਮਿਹਨਤਾਂ ਕਰ ਕਰਕੇ, ਕਈ ਕੋਟ ਬੈਠਤ ਹੀ ਖਾਏ। ਬੜੇ ਆਰਾਮ ਨਾਲ ਥੋੜ੍ਹੀ ਜਿਹੀ ਮਿਹਨਤ ਕਰਦੇ ਨੇ, ਪਤਾ ਨਹੀਂ ਰੱਬ ਕਿੱਥੋਂ ਦੇਈ ਜਾਂਦਾ। ਪਰ ਬੰਦਗੀ ਹੈ ਨਾਲ, ਸਿਮਰ ਹੈ ਨਾਲ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਨਸਾਨ ਜਿਹਦਾ ਦਿੱਤਾ ਖਾਣਾ ਉਹਦਾ ਧਿਆਨ ਧਰਿਆ ਕਰ, ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ, ਉਹਨੂੰ ਯਾਦ ਕਰਿਆ ਕਰ। ਅਕਿਰ ਤੱਕਣਾ ਹਰ ਵਿਸਰਿਆ, ਕਹਿੰਦੇ ਰੱਬ ਦਾ ਨਾਮ ਲੈਣਾ ਹੀ ਨਹੀਂ। ਜੂਨੀ ਪਰਮੇਤ ਅੱਗੇ ਫਿਰ 84 ਹੈ। ਇਸ ਕਰਕੇ ਗੁਰਬਾਣੀ ਜਿਹੜੀ ਹੈ ਨਾ, ਇਹ ਮਾਂ ਹੈ ਸਾਰੇ ਸੰਸਾਰ ਦੀ, ਜਿੰਨੇ ਵੀ ਖੰਡ ਬ੍ਰਹਮੰਡ। ਕੋਈ ਬੱਚਾ ਵਿਗੜ ਜਾਏ ਨਾ ਤਾਂ ਮਾਂ ਗੁੱਸੇ ਵੀ ਹੁੰਦੀ, ਝਿੜਕਦੀ, ਕਈ ਵਾਰੀ ਦੋ ਲਾ ਵੀ ਦਿੰਦੀ। ਗੁਰਬਾਣੀ ਮਾਤਾ ਵਤ ਹੈ। ਕਿੰਨੇ ਤਾੜਦਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ, ਲੂਣ ਹਰਾਮੀ ਗੁਨਾਹਗਾਰ ਬਗਾਨਾ ਅਲਪ ਮਤ, ਜੀਉ ਪਿੰਡ ਜਿਨ ਸੁਖ ਦੀਆ ਤਾਹ ਨਾ ਜਾਣੇ ਤੱਤ, ਲਾਹਾ ਮਾਇਆ ਕਾਰਨੇ ਡੈਣ ਧੁੰਦਣ ਜਾਏ, ਦੇਵਣ ਹਾਰ ਦਿੱਤਾ ਪਵ ਨਿਮਖ ਨਾ ਮਰੋ। ਕਿਤੇ ਰੱਬ ਦਾ ਨਾਮ ਹੀ ਘੜੀ ਲੈ ਲਿਆ ਕਰ, ਮਰੀ ਚੱਲੇ ਇੱਧਰ ਉੱਧਰ ਦੀਆਂ ਗੱਲਾਂ ਵਿੱਚ। ਇਹ ਸਾਨੂੰ ਗੁਰੂ ਮਹਾਰਾਜ ਜੀ ਥੋੜ੍ਹਾ ਜਿਹਾ ਗੁੱਸੇ ਹੋ ਰਹੇ। ਮਾਂ ਨਾ ਬੱਚੇ ਦਾ ਅੰਦਰੋਂ ਭਲਾ ਚਾਹੁੰਦੀ, ਉੱਤੋਂ ਬੜਾ ਗੁੱਸੇ ਹੁੰਦੀ ਹੈ, ਵਾਲਾਂ ਵੀ ਕੱਢਦੀ ਹੈ। ਇੱਥੋਂ ਤੱਕ ਮਾਵਾਂ ਦੇਖੀਆਂ, ਕਹਿੰਦੇ ਤੂੰ ਮਰ ਜਾਇਆ, ਇਹ ਕਹਿ ਦਿੰਦੀਆਂ ਜ਼ਿਆਦਾ ਵਿਗੜਿਆ ਹੋਇਆ। ਪਰ ਮਾੜਾ ਜਿਹਾ ਕੰਡਾ ਵੱਜੇ ਅਤੇ ਕਹਿੰਦੀ ਓਹੋ ਇਹ ਕਿਉਂ ਹੋਇਆ। ਉਹ ਤਾੜਨਾ ਦੇ ਸ਼ਬਦ ਸਾਨੂੰ ਗੁਰੂ ਨਾਨਕ ਜੀ ਤਾਂ ਕਹਿ ਰਹੇ ਨੇ ਵੀ ਇਹ ਸੁਧਰ ਜਾਣ, ਇਹਨਾਂ ਦਾ ਭਲਾ ਹੋ ਜਾਏ, ਇਹ ਸਿੱਧੇ ਪਾਸੇ ਲੱਗ ਜਾਣ, ਇਹ ਕਿਤੇ ਸਿਮਰਨ ਕਰਨ ਲੱਗ ਜਾਣ, ਇਹ ਕਿਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਣ। ਇਹਨਾਂ ਨੂੰ ਪਤਾ ਨਹੀਂ ਹੈ ਕਿ ਕਾਲ ਨੇ ਕਦੋਂ ਝਪਟਾ ਮਾਰਨਾ, ਦੇਣਾ ਲੰਮੇ ਰਾਹ ਪਾ ਦੇਣਾ, ਹੱਥ ਪੱਲੇ ਕੁਛ ਵੀ ਨਹੀਂ। ਜਦੋਂ ਦੇ ਦੁਨੀਆਂ 'ਤੇ ਆਏ ਆਪਾਂ ਸੋਚ ਕੇ ਦੇਖੀਏ ਵੀ ਕਿੰਨੀ ਕੁ ਬੰਦਗੀ ਕਰ ਲਈ, ਕਿੰਨੇ ਕੁ ਘੰਟੇ ਸਿਮਰਨ ਕਰ ਲਿਆ, ਕਿੰਨੀ ਕੁ ਬਾਣੀ ਪੜ੍ਹ ਲਈ, ਕਿੰਨਾ ਕੁ ਪੁੰਨਦਾਨ ਕਰ ਲਿਆ, ਕਿੰਨੀਆਂ ਕੁ ਨੇਕੀਆਂ ਕਰ ਲਈਆਂ ਸੰਸਾਰ 'ਤੇ ਆ ਕੇ। ਜੇ ਹੁਣੇ ਜਾਣਾ ਪਏ ਤਾਂ ਪੱਲੇ ਕੁਛ ਹੈ ਕਿ ਨਹੀਂ ਹੈ, ਅਤੇ ਜਿਹਦੇ ਹੈ ਉਹਨੂੰ ਤਾਂ ਪਰਵਾਹ ਹੀ ਕੋਈ ਨਹੀਂ, ਮਨ ਤੋਂ ਡਰਦੇ ਹੀ ਨਹੀਂ। ਉਹ ਪਤਾ ਬਥੇਰਾ ਕੁਛ ਕਰ ਲਿਆ, ਬੜੀ ਬੰਦਗੀ ਕਰ ਲਈ, ਬੜਾ ਸਿਮਰਨ ਕਰ ਲਿਆ, ਕੋਈ ਗੱਲ ਨਹੀਂ, ਬਹੁਤ ਬਹੁਤ। ਜਿਹਦੇ ਪੱਲੇ ਹੈ ਹੀ ਕੱਖ ਨਹੀਂ ਅਤੇ ਮੌਤ ਦਾ ਨਾਂ ਸੁਣ ਕੇ ਥਰ ਥਰ ਕੰਬਦੇ ਵੀ ਉਹ ਕੀ ਕਰਾਂਗੇ, ਅੱਗੇ ਦਿਸਦਾ ਨਰਕ। ਤੋਂ ਗੁਰਮੁਖਾਂ ਨੂੰ ਚਾਅ ਹੁੰਦਾ, ਕਬੀਰ ਮੋਹੇ ਮਰਨੇ ਕਾ ਚਾਅ ਹੈ, ਮਰੋ ਤਾਂ ਹਰ ਕੇ ਦੁਆਰ। ਹਰੀ ਦਾ ਸਿਮਰਨ ਕਰਦੇ ਕਰਦੇ ਸਰੀਰ ਛੱਡ, ਇਹਦਾ ਮਤਲਬ ਇਹ ਹੈ। ਇਹ ਨਹੀਂ ਵੀ ਕਿਸੇ ਦਰਵਾਜ਼ੇ ਦੇ, ਕਿਸੇ ਮੰਦਰ ਦੇ, ਧਰਮ ਸਥਾਨ ਦੇ, ਗੁਰਦੁਆਰੇ ਦੇ ਉੱਥੇ ਦਲੀਚਿਆਂ 'ਚ ਮਰ, ਇਹਦਾ ਮਤਲਬ ਇਹ ਨਹੀਂ ਹੈ। ਹਰ ਕੇ ਦੁਆਰ, ਤੂੰ ਹਰੀ ਦਾ ਸਿਮਰਨ ਕਰਦਾ ਕਰਦਾ ਸਰੀਰ ਛੱਡੇ, ਮਾਤਰ ਪੁੱਛਿਆ ਕੌਣ ਹੈ ਪਰੇ ਹਮਾਰੇ, ਭਾਰਤੀਓ ਇਉਂ ਦੱਸਿਆ ਹੈ। ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਭਗਤਾਂ ਨੇ ਮੰਗ ਲਈ। ਸਾਰਾ ਜੀ
ਭਗਤਾਂ ਨੇ ਮੂੰਹੋ ਮੰਗ ਜਿਹੜੀ ਮਾਤ ਤੋੜੇ ਜੰਗ ਸਾਰਾ ਭਗਤਾਂ ਨੇ ਮੂੰਹੋ ਮੰਗ ਪ੍ਰਵਾਸ਼ਨਾ ਤੋਂ ਰਹਿਤ ਹੋ ਕੇ, ਫੁਰਨਿਆਂ ਤੋਂ ਰਹਿਤ ਹੋ ਕੇ, ਕੋਈ ਬਿਰਲਾ ਸ਼ਬਦ ਦੀ ਕਮਾਈ ਵਾਲਾ, ਐਸੀ ਮਰਨੀ ਜੋ ਮਰੇ ਬਾਰ ਨਾ ਮਰਨਾ, ਕੋਈ ਇੱਛਾ ਹੀ ਨਹੀਂ, ਕੋਈ ਫੁਰਨਾ ਹੀ ਨਹੀਂ, ਕੋਈ ਖਿਆਲ ਹੀ ਨਹੀਂ, ਖਿਆਲ ਅੱਗੇ ਅੱਗੇ ਜਨਮ ਹੈ ਨਾ, ਹੈ ਹੀ ਨਹੀਂ ਕੁਛ ਵੀ, ਕੋਈ ਬਿਰਲਾ, ਉਹਨੂੰ ਨਿਰਵਾਣ ਪਦ ਕਹਿੰਦੇ ਜਿੱਥੇ ਸਭ ਇੱਛਾ ਖਤਮ, ਕੋਈ ਵੀ ਨਹੀਂ, ਨਾ ਆਉਣ ਦੀ, ਨਾ ਜਾਣ ਦੀ, ਨਾ ਜੰਮਣ ਦੀ, ਨਾ ਮਰਨ ਦੀ, ਨਾ ਪਾਉਣ ਦੀ, ਨਾ ਖਾਣ ਦੀ, ਨਾ ਰਹਿਣ ਦੀ, ਕੁਛ ਹੈ ਹੀ ਨਹੀਂ। ਫਿਰ ਜਦੋਂ ਕੋਈ ਫੁਰਨਾ ਹੀ ਨਹੀਂ ਤਾਂ ਚੱਲਦੇ ਕਿਵੇਂ ਨੇ? ਹੁਕਮ ਵਿੱਚ ਚੱਲਦੇ ਨੇ, ਹੁਕਮ ਰਜਾਈ ਚੱਲਣਾ, ਆਪਣਾ ਖਿਆਲ ਹੀ ਕੋਈ ਨਹੀਂ, ਆਪਣਾ ਫੁਰਨਾ ਹੀ ਕੋਈ ਨਹੀਂ, ਇਹੋ ਜਿਹੀ ਮਰਨੀ ਕਬੀਰ ਜੀ ਕਹਿੰਦੇ। ਕੋਈ ਬਿਰਲਾ ਲੱਖਾਂ 'ਚੋਂ ਇੱਕ ਬਾਹਰ ਨਾ ਮਰਨਾ ਹੋਏ, ਵਾਸ਼ਨਾ ਹੀ ਕੋਈ ਨਹੀਂ, ਜਨਮ ਬੰਦ, ਵਾਸ਼ਨਾ ਬੰਦਾ ਆਵੇ ਜਾਏ, ਜੇ ਵਾਸ਼ਨਾ ਰਹਿ ਗਈ ਫਿਰ ਜਨਮ, ਜਨਮ ਫਿਰ ਰਹਿ ਗਈ ਫਿਰ ਜਨਮ, ਵਾਸ਼ਨਾ ਹੈ ਹੀ ਕੋਈ ਨਹੀਂ। ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵਾਸ਼ਨਾ ਬੰਦਾ ਆਵੇ ਜਾਏ ਤਾਂ ਵਾਸ਼ਨਾ ਹੈ ਹੀ ਕੋਈ ਨਹੀਂ। ਉੱਥੇ ਆ ਕੇ ਕੋਈ ਲੱਖਾਂ ਕਰੋੜਾਂ 'ਚ ਇੱਕ, ਕੋਟ ਮਧੇ ਕੋਈ ਵਿਰਲਾ ਸੇਵਕ ਔਰ ਸਗਲੇ ਵਿਵਹਾਰੀ, ਕੋਟਨ ਮੇ ਕਹੋ ਨਾਰਾਇਣ ਜੇ ਜੀਤ, ਇਉਂ ਜਿਵੇਂ ਪਾਣੀ ਨਾਲ ਪਾਣੀ ਉਹ ਰੱਬ ਨਾਲ ਮਿਲਿਆ ਹੋਇਆ ਅੰਦਰੋਂ, ਜਿਵੇਂ ਪਾਣੀ ਨਾਲ ਪਾਣੀ, ਬਾਕੀ ਤਾਂ ਦੁਨੀਆ ਸੁੱਤੀ ਪਈ ਬਰੜਾਈ ਜਾਂਦੀ। ਕਿਸੇ ਨੂੰ ਕਿਹਾ ਜੇ ਸੁਪਨਾ ਸੁੱਤੜੇ ਕਈ ਅਸੰਗ, ਝੂਠੀ ਮਾਇਆ ਕਾਰਨੇ, ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ, ਕੋਈ ਵਿਰਲਾ ਹੀ ਹੈ ਜਾਗਦਾ। ਇੱਕ ਜਾਗਦਾ ਲੱਖਾਂ ਸੁੱਤਿਆਂ ਨੂੰ ਉਠਾ ਦੇਵੇਗਾ, ਲੱਖਾਂ ਸੁੱਤੇ ਇੱਕ ਨੂੰ ਨਹੀਂ ਉਠਾ ਸਕਦੇ, ਸੁੱਤਾ ਹੀ ਉਹ ਵੀ ਸੁੱਤਾ ਹੀ ਹੈ। ਕੋਈ ਵਿਰਲੀਆਂ ਵਿਰਲੀਆਂ ਰੂਹਾਂ 'ਚ ਜਾਗਦੀਆਂ ਨੇ ਸੰਸਾਰ ਦੇ, ਕੋਈ ਵਿਰਲੀਆਂ ਵਿਰਲੀਆਂ, ਉਹ ਪਤਾ ਨਹੀਂ ਕਿੰਨਿਆਂ ਨੂੰ ਜਗਾ ਦਿੰਦੇ ਨੇ, ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ, ਹੋਸ਼ ਕਰੋ, ਜਾਗ ਲੈ ਰੇ ਮਨ ਜਾਗ ਲੈ, ਕਾਹੇ ਗਾਫਲ ਸੋਇਆ, ਜਗਾਉਣਾ ਕੀ ਹੈ ਮਨ, ਜੋ ਪੀ ਉਪਜਿਆ ਸੰਗ ਸੋ ਪੀ ਸੰਗ ਨਾ ਹੋਇਆ, ਅਸਰੀਰ ਲੈ ਕੇ ਆ ਜਾਣ ਲੱਗਿਆ ਵੀ ਨਹੀਂ ਨਾਲ ਜਾਣਾ, ਮਾਤ ਪਿਤਾ ਸੁੱਤ ਬੰਦ ਜਨ ਹਿੱਤ ਜਾ ਸੁਕੀਨਾ, ਜੇ ਉਹ ਛੁੱਟੋ ਜਬ ਦੇਹ ਤੇ ਡਰ ਅਗਨ ਮਦੀਨਾ, ਇਹਨੂੰ ਸੰਭਾਲ ਸੰਭਾਲ ਰੱਖਣਾ, ਇਹਨੂੰ ਆਹ ਲਾ ਲਈਏ, ਇਹਨੂੰ ਖਾਲ ਸਵਾਹ ਲਾ ਲਈਏ, ਇਹਨੂੰ ਖੇਹ ਲਾ ਲਈਏ, ਇਹ ਚੰਗਾ ਲੱਗੇ ਸੋਹਣਾ ਲੱਗੇ, ਸਾੜ ਸੁੜ ਕੇ ਪਾਸੇ ਕਰਨਾ ਸਹੀਆਂ ਨੇ। ਦਾਨ ਡਰ ਅਗਨ ਮਦੀਨਾ ਕੀ ਹੱਥ ਆਏਗਾ, ਤੂੰ ਜਾਗ ਗੁਰਮਤ ਅਨੁਸਾਰ ਜਾਗ, ਮਨ ਜਾਗ, ਮਨ ਜਾਗ ਕੇ ਤਾਂ ਸਿਮਰਨ ਕਰੇ, ਫਿਰ ਜਾਗਿਆ ਹੋਇਆ ਦੂਜੇ ਨੂੰ ਜਗਾ ਸਕਦਾ, ਦੁਨੀਆ ਹੀ ਜਗਾ ਕੇ ਰੱਖ ਦੇਗਾ, ਦੁਨੀਆ ਹੀ ਇੱਕ ਹੋਵੇ ਜਾਗਿਆ। ਸੁੱਤੜੇ ਕਈ ਅਸੰਖ, ਸੁੱਤਿਆਂ ਦਾ ਕਿਤੇ ਘੱਟ ਹੈ,
ਕਈ ਦੁਨੀਆਂ ਜਿਵੇਂ ਸਟੇਸ਼ਨਾਂ 'ਤੇ ਪਈ ਹੁੰਦੀ ਹੈ, ਕਈ ਅਸੰਖ ਝੂਠੀ ਮਾਇਆ ਘਰ ਨੇ, ਹਾਏ ਪੈਸੇ ਹਾਏ ਪੈਸੇ ਹਾਏ ਪੈਸੇ ਹਾਏ ਪੈਸੇ, ਹੋਰ ਗੱਲ ਹੀ ਕੋਈ ਨਹੀਂ, ਤਾਂ ਵਾਹਿਗੁਰੂ ਦਾ ਨਾਂ ਹੀ ਨਹੀਂ। ਝੂਠੀ ਮਾਇਆ ਘਰ ਨੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰ ਨੇ, ਇਹੋ ਸਾਰੇ ਬੋਲਿਆ ਕਰੋ। ਜਿਹੜਾ ਵਾਹਿਗੁਰੂ ਕਰਦਾ ਧਨ ਹੈ ਮੁਖੜਾ, ਧਨ ਹੈ ਗੁਰੂ ਕਰਦਾ ਤਨ ਹੈ ਮੁਖੜਾ, ਤਨ ਹੈ ਮੁਖੜਾ, ਵਾਹਿਗੁਰੂ ਕਰਦਾ ਤਨ ਹੈ ਮੁਖੜਾ, ਤਨ ਹੈ ਮੁਖੜਾ, ਤਨ ਹੈ ਮੁਖੜਾ, ਤਨ ਹੈ ਪਰੀ ਪਿੱਤਰ ਹੋਏ ਗੋ ਗ੍ਰਾਮ। ਅਰੰਤ ਨਾਮ ਨੇ ਪਰਮੇਸ਼ਰ ਦੇ। ਸੰਤ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਬਨਾਰਸ ਗਏ, ਬਨਾਰਸ ਉੱਥੇ ਸ਼ਿਵ ਵਿਦਿਆਲੇ ਨੀਂਹ ਰੱਖਣੀ ਸੀ, ਬੇਨਤੀ ਕੀਤੀ ਹਿੰਦੂ ਭਾਈਆਂ ਨੇ, ਕੁਛ ਸਿੱਖਾਂ ਦੇ ਵੀ ਘਰ ਨੇ ਥੋੜ੍ਹੇ ਜਿਹੇ, ਹੁਣ ਤਾਂ 125 ਘਰ ਹੋ ਗਏ, ਉਦੋਂ ਘੱਟ ਸੀ, ਵੀ ਦੀਵਾਨ ਹੋ ਜਾਏ। ਕਹਿੰਦੇ ਬਹੁਤ ਅੱਛਾ, ਹਜ਼ਾਰਾਂ ਪ੍ਰੇਮੀ ਜੁੜ ਗਏ, ਮੁਸਲਮਾਨ ਭਾਈ ਵੀ ਬਹੁਤ ਆ। ਕਹਿੰਦੇ ਇੰਨੇ ਇੱਥੇ ਇਹੋ ਜਿਹੇ ਲੋਕ ਨੇ, ਸੁਧਾਰ ਕਿਵੇਂ ਦੇਣਗੇ, ਪੜ੍ਹੇ ਬਹੁਤ ਨੇ, ਬਨਾਰਸ ਦੀ ਵਿੱਦਿਆ ਤੁਸੀਂ ਜਾਣਦੇ ਹੀ ਹੋ, ਬੜੀਆਂ ਤਰਕਾਂ ਬਤਰਕਾਂ, ਬੜੀਆਂ ਹੋਰ ਤਰ੍ਹਾਂ ਦੀਆਂ ਗੱਲਾਂ। ਮਹਾਂਪੁਰਸ਼ਾਂ ਨੇ ਕਿਹਾ ਵੀ ਟਾਈਮ ਵੀ ਥੋੜ੍ਹਾ ਹੀ ਲਾਉਣਾ ਹੈ, ਜ਼ਿਆਦਾ ਨਹੀਂ ਅੱਜ ਲਾਉਣਾ, ਥੋੜ੍ਹਾ ਹੀ ਲਾਉਣਾ, ਪਰ ਦੇਖੋ ਕਿੰਨੇ ਅੰਬਰ ਸਕਦੇ ਨੇ। ਇੱਕ ਤੀਰ ਹੁੰਦਾ, ਇੱਕ ਬਾਣ ਹੁੰਦਾ, ਬਾਣ ਅੱਧੇ ਚੰਦਰਮਾ ਵਰਗਾ ਹੁੰਦਾ, ਤੀਰ ਪਰਸੇ ਵਰਗਾ ਸਿੱਧਾ ਹੁੰਦਾ। ਹੁਣ ਉਹਨਾਂ ਨੇ ਭਰਮਗੜ ਤੋੜਦੇ, ਸੰਤਾਂ ਨੇ ਭਰਮਗੜ, ਵਿੱਦਿਆ ਦਾ ਭਰਮ, ਅਗਿਆਨਤਾ, ਹਨੇਰਾ ਹੀ ਹਨੇਰਾ, ਅਤੇ ਹਰ ਕਿਸਮ ਦਾ ਬੰਦਾ। ਕਹਿੰਦੀ ਸਾਰੇ ਗੜ ਵਾਸਤੇ ਇੱਕੋ ਹੀ ਧਾਰਨਾ ਬਹੁਤ ਹੈ। ਮਹਾਂਪੁਰਸ਼ਾਂ ਨੇ ਇੱਕ ਧਾਰਨਾ ਪੜ੍ਹੀ, ਸੰਤ ਅਤਰ ਸਿੰਘ ਜੀ ਨੇ, ਚੀਮੇ ਹੁੰਦੇ ਸੀ ਮਸਤੂ ਆਲੇ ਵਾਲੇ ਮਹਾਂਪੁਰਸ਼, ਹਜ਼ਾਰਾਂ ਹੀ ਤਿਆਰ ਹੋ ਗਏ, ਜਿੱਥੇ ਨੀਂਹ ਰੱਖੀ ਅੰਮ੍ਰਿਤ ਵੀ ਬੜਿਆ ਹੀ ਸੈਂਕੜਿਆ ਸਕ ਲਿਆ, ਬੜੇ ਬੜੇ ਉੱਥੇ ਵਿੱਦਿਆ ਪੜ੍ਹੇ ਸੀ, ਬੜੇ ਬੜੇ ਗਿਆਨ ਘੋਟੇ ਲਾਉਣ ਵਾਲੇ ਸੀ, ਐਂ ਫਿਰਦੇ ਸੀ ਜਿਵੇਂ ਗੁਆਚੇ ਹੁੰਦੇ ਨੇ ਘਰ ਤੋਂ, ਘਰ ਦਾ ਪਤਾ ਨਹੀਂ ਵੀ ਜਾਣਾ ਕਿੱਧਰ ਨੂੰ, ਲੈਣਾ ਹੀ ਲੱਗ ਗਈਆਂ ਅੰਮ੍ਰਿਤ ਛਕਣ ਵਾਲਿਆਂ ਦੀਆਂ। ਇੱਕੋ ਹੀ ਬਾਣ ਮਾਰਿਆ, ਭਰਮਗੜ ਤੋੜ ਕੇ ਸਵਾਹ ਕਰ ਦਿੱਤਾ, ਸਾਰੇ ਬੋਲੋ, ਫਿਰ ਸਮਾਂ ਵੀ ਹੋ ਗਿਆ। ਅੱਲਾ ਵਾਹਿਗੁਰੂ ਰਾਮ ਦਾ ਨਾਮ ਵਾਹਿਗੁਰੂ ਰਾਮ ਦਾ ਨਾਮ ਇੱਕੋ ਹੈ, ਪਰਮਾਤਮਾ ਵਿੱਚ ਪੈ
गई दुनिया। भेजे आए ने आपे नहीं आए, भेजे आए ने राम जी नूं कल्या, कृष्ण जी नूं कल्या, वासदेव कल्या, जिन्ने भी आए ने, नरसिंह जी आए ने, ये रब दे कल्ले हुए आए ने। पर कलयुग विच नानक नाम रखा के जिन्ने अनेक कल्ले वाहिगुरु आप आ गया है। लगो महाराज के चरणे जिन्हें ने इन्ने अवतार कल्ले, हुण आप आ गए बाबा नानक जी। ਹਜ਼ਾਰਾਂ ਅੰਬਰ ਛੱਕ ਕੇ ਗੁਰੂ ਵਾਲੇ ਬਣ ਗਏ। ਜਿਹੜੀ ਗੱਲ ਹੀ ਨਹੀਂ ਸੀ ਸੁਣਦੇ ਕਿਸੇ ਦੀ, ਉਹਦੇ ਨਾਲ ਲੜੀਏ, ਉਹਦੇ ਨਾਲ ਬੈਸਾ ਕਰੀਏ, ਮੈਂ ਆਹ ਪੜਿਆ, ਮੈਂ ਉਹਦੇ ਨਾਲ ਕਰੀਏ, ਇਹ ਸਮਾਂ ਬਰਬਾਦ ਕਰੀ ਜਾਂਦੇ ਸੀ। ਸਮਾਂ ਲੰਘਦਾ ਜਾ ਰਿਹਾ ਸੀ। ਬੜਾ ਸੁਧਾਰ ਹੋਇਆ। ਆਪ ਜੀ ਰੇਲ 'ਤੇ ਗਏ ਸੀ, ਉਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ, ਰੇਲਾਂ ਹੀ ਚੱਲਦੀਆਂ, ਬੜੇ ਇਤਿਹਾਸ ਸਨ। ਤਾਂ ਹੁਣ ਸਮਾਂ ਹੀ ਭਾਈ ਭਾਈ ਸ਼ਿਵਨੰਦ ਸਾਹਿਬ ਦਾ ਪਾਠ ਕਰ ਲੈਣ, ਤੁਸੀਂ ਗੁਰੂ ਸਤੋਤਰ ਵਿੱਚ ਬੋਲੋ। ਇਹ ਮਾਸਟਰ ਜੀ ਦੇ ਪਿਤਾ ਜੀ ਨੇ ਸਾਧੂ ਸਿੰਘ ਜੀ, ਉਹਨਾਂ ਦੇ ਵਿਰੇਣੇ ਦਾ ਦੀਵਾਨ ਸੀ। ਅਗਲੀ ਆ ਰਹੀ ਹੈ 5 ਜੂਨ, ਪਹਿਲੀ ਤਰੀਕ ਤੋਂ ਲੈ ਕੇ 5 ਤੱਕ ਅਨਿਤਿਆ ਮਲਕੀਤ ਸਿੰਘ ਜੀ ਨੇ ਸਾਡੇ MLA, ਇਹਨਾਂ ਦੇ ਘਰ ਦੇ ਸਾਹਮਣੇ ਉਹ ਲੱਗਦਾ ਹੈ ਛਬੀਲ, ਛੋਲੇ ਵਾਲ ਲਿਆ ਕਰੋ, ਵਿੱਚ ਲੂਣ ਪਾ ਲਿਆ, ਰਲ ਮਿਲ ਕੇ ਸੇਵਾ ਕਰੋ, ਗੁਰੂ ਘਰ ਲਾਉਂਦੇ ਹੁੰਦੇ 5 ਦਿਨ ਦਾ ਬੁਲਾਓ। ਅਤੇ ਕੱਲ੍ਹ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਸੀ ਇਹ ਨਾ ਕਹੋ ਵੀ ਦਇਆ ਸਿੰਘ ਲੈ ਲੈ 50 ਕਿਲੋ ਛੋਲੇ, ਵੀ ਦਇਆ ਸਿੰਘ ਫਿਰ ਸਾਨ ਕਰਨਾ, ਜੇ ਸੇਵਾ ਤਾਂ ਕਰਨੀ ਗੁਰੂ ਦੀ, ਸਾਨ ਨਾ ਕਿਸੇ ਕਰ ਕਰੋ, ਆਪੇ ਸੇਵਾ ਕਰੋ, ਸਗੋਂ ਵਾਰੀ ਨਾ ਆਵੇ ਵੀ ਆਹ ਸੇਵਾ ਮੈਨੂੰ ਮਿਲ ਜਾ, ਮੈਨੂੰ ਮਿਲ ਜਾ, ਮੈਨੂੰ ਮਿਲ ਜਾ। ਯੂਪੀ 'ਚ ਵੀ ਥਾਵਾਂ ਥਾਵਾਂ 'ਤੇ ਛਬੀਲਾਂ ਲੱਗਦੀਆਂ, ਕੋਈ 2 ਦਿਨ ਕੋਈ 4 ਦਿਨ ਤਕੜੇ ਹੋ ਕੇ ਲੱਗਦੇ ਖਾਲਸੇ। ਅੰਮ੍ਰਿਤਾ ਸਾਹਿਬ ਦਾ ਮੇਲਾ ਹੈ ਐਸੇ ਹੀ 8 ਮਈ ਨੂੰ ਹੈ। ਪਿਛਲੇ ਸਾਲ ਮੈਂ ਗਿਆ ਸੀ, ਐਤਕਾਂ ਤਾਂ ਨਹੀਂ ਜਾਇਆ ਜਾਣਾ। ਤੋ ਗੁਰਮੁਖ ਪਿਆਰੇ ਜਿਹੜੇ ਅੰਮ੍ਰਿਤਧਾਰੀ ਨੇ 4-5 ਥਾਂ 'ਤੇ, ਥਾਵਾਂ ਥਾਵਾਂ 'ਤੇ 150 ਕਿਲੋਮੀਟਰ ਪਹਾੜਾਂ ਵਿੱਚ ਇੱਡਾ ਵਧੀਆ ਲੰਗਰ ਚਲਾਉਂਦੇ, ਜਿੱਥੇ ਪਾਣੀ ਵੀ ਘੱਟ ਮਿਲਦਾ, ਪਤਾ ਨਹੀਂ ਕਿੱਥੋਂ ਇੰਤਜ਼ਾਮ ਕਰਦੇ ਨੇ ਸਿੱਖ। ਆਹ ਤਾਂ ਕੋਈ ਗੱਲ ਹੀ ਨਹੀਂ ਹੈ, ਨਿਦਰੇ ਹੀ ਹੈ। ਉੱਥੇ ਬੜੀਆਂ ਉੱਚੀਆਂ ਪਹਾੜੀਆਂ, ਫਿਰ ਉਹ ਲਿਖ ਦਿੰਦੇ ਨੇ ਪਿੰਡਾਂ ਦੇ ਨਾਂ, ਆਇਆ ਪਿੰਡ ਦਾ ਲੰਗਰ ਹੈ ਜੀ, ਆਇਆ ਪਿੰਡ ਦਾ ਲੰਗਰ ਹੈ ਜੀ, ਬੜੀ ਸੇਵਾ ਕਰਦੇ ਨੇ, ਬੜੀ ਸੰਗਤ ਜਾਂਦੀ। ਇਸ ਕਰਕੇ ਫਿਰ 1 ਤਰੀਕ ਤੋਂ ਲੈ ਕੇ 5 ਤੱਕ 'ਤੇ ਚੱਲੇਗੀ ਛਬੀਲ। 5 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਪ੍ਰਥਾਏ ਕਥਾ ਹੋਈ। ਉਸ ਤੋਂ ਬਾਅਦ ਫਿਰ 6 ਜੂਨ ਦਾ ਹੈ ਸ਼ਾਇਦ ਖਰਾਈ ਪਿੰਡ ਹੈ, ਮੈਂ ਪਿੰਡਾਂ ਦੇ ਨਾਂ ਥੋੜ੍ਹੇ ਭੁੱਲ ਜਾਂਦਾ, ਉਹ ਵੀ ਬਜ਼ੁਰਗਾਂ ਦੇ ਵਰੀਣੇ ਦਾ ਹੀ ਹੈ। ਫਿਰ ਅੱਗੇ 7 ਜੂਨ ਦਾ ਹੈ, ਉਹਨੇ ਜੋ ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸੀ ਇਹਨਾਂ ਦੇ ਉੱਥੇ ਹੈ 7 ਜੂਨ ਦਾ, ਫਿਰ ਉਦਣੀ ਅਸੀਂ ਵਾਪਸ ਚਲੇ ਜਾਣਾ। ਇਹ 3 ਦੀਵਾਰ ਨੇ। ਉਸ ਤੋਂ ਬਾਅਦ ਫਿਰ ਅਗਲਾ ਜਿਹੜਾ ਹੈ ਉਹ ਹੈ 5 ਅਗਸਤ,
ਬਰਸਾਤਾਂ ਤੋਂ ਬਾਅਦ ਹੀ ਆਉਂਦਾ ਅੰਗਰੇਜ਼ੀ ਮਹੀਨੇ, ਕਈ ਵਾਰੀ ਯਾਦ ਆਉਂਦੇ ਕਈ ਵਾਰੀ ਭੁੱਲ ਜਾਂਦੇ ਨੇ। ਉਹ ਰਾੜਾ ਸਾਹਿਬ ਵਾਲਿਆਂ ਦਾ ਜਨਮ ਦਿਨ ਹੈ, ਉਹ ਘਰ ਵੱਲੋਂ ਹੁੰਦਾ ਵੀ ਚਲੋ ਸਾਲ ਬਾਅਦ। ਉਸ ਤੋਂ ਬਾਅਦ ਹੈ 5 ਸਤੰਬਰ, ਉਹ ਜਿਹੜੇ ਪੰਜਾਂ ਪਿਆਰੇ ਦੇ ਮੁਖੀ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਇੱਥੇ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 5 ਸਤੰਬਰ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਏ। ਤਰੀਕ ਅਜੇ ਫਾਈਨਲ ਨਹੀਂ ਹੈ, ਕੋਸ਼ਿਸ਼ ਹੈ ਕਿ ਕਾਫੀ ਕੰਮ ਹੈ, ਦਰਵਾਜ਼ਿਆਂ ਦਾ, ਬਿਜਲੀ ਦਾ, ਹੋਰ ਰੰਗ ਦਾ, ਹੋਰ ਬੜੇ ਕੰਮ ਨੇ, ਸੱਚਖੰਡ ਦਾ ਹੈ, ਮਹਾਰਾਜ ਸਰੂਪ ਉੱਤੇ ਰਹਿਣਗੇ, ਹੋਰ ਬੜੇ ਛੋਟੇ ਮੋਟੇ ਬਹੁਤ ਕੰਮ ਹੁੰਦੇ ਨੇ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਹੈ। ਅੰਦਾਜ਼ਾ ਲਾਇਆ ਸੀ ਕਿ ਅਜੇ 18-20 ਲੱਖ ਹੋਰ ਲੱਗੇਗਾ ਅਤੇ ਫਿਰ ਮਹਾਰਾਜ ਦਾ ਪ੍ਰਕਾਸ਼ ਹੋਣ ਦੇ ਲਾਇਕ ਹੋ ਜਾਏਗਾ। ਲਗਭਗ ਅੰਦਾਜ਼ਾ ਲਾਇਆ ਸੀ ਕੱਲ੍ਹ ਕਿ 18-20 ਦੇ ਵਿੱਚ ਵਿੱਚ। ਫਿਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 5 ਸਤੰਬਰ ਨੂੰ ਹੋ ਜਾਏ। ਅੱਗੋਂ ਗੁਰੂ ਨਾਨਕ ਦੇ ਹੱਥ, ਉਸ ਦਿਨ ਤਾਂ ਦੀਵਾਨ ਇੱਥੇ ਹੋਏ ਗਏ ਸੀ। ਹੁਣ ਉੱਧਰ ਲੰਗਰ ਵੱਲ ਨਾ ਕੁਛ ਰੌਲਾ ਜਿਹਾ ਪੈ ਜਾਂਦਾ, ਲੰਗਰ ਤਿਆਰ ਕਰਦੇ, ਕੋਈ ਜਗ੍ਹਾ ਵੀ ਹੈ, ਆਹ ਵਧੀਆ ਸ਼ੈਡ ਉੱਚ ਆ ਇੱਥੇ ਹੀ 5 ਤਰੀਕ ਦਾ ਕਰ ਲਿਆ, ਰਲ ਮਿਲ ਕੇ ਸ਼ਬਦ ਪੜ੍ਹ ਲਿਆ। ਆਪਣਾ ਜਿਹੜਾ ਟਾਈਮ ਹੈ 5 ਜੂਨ ਦਾ, ਜਿਹੜੇ ਜੂਨ ਦੇ 3 ਦੀਵਾਰ ਨੇ, ਫਿਰ 5 ਅਗਸਤ ਦਾ, 5 ਸਤੰਬਰ ਦਾ, ਫਿਰ 5 ਫਰਵਰੀ UP ਦੇ ਦੀਵਾਰ, ਅਤੇ ਇੱਧਰ ਆਪਣਾ ਉੱਤਰਾਖੰਡ ਦੇ, ਪੰਜਾਬ ਦੇ ਹੋਰ ਵੱਧ ਗਏ, ਉਹ ਦਿੱਤੇ ਜਾ ਰਹੇ ਨੇ। ਅੰਦਾਜ਼ਾ ਲਾਇਆ ਸੀ 5 ਪਿਆਰਿਆਂ ਦੀ ਗੱਡੀ ਨਾ ਇੱਕ ਤਾਂ ਘੱਸ ਗਈ, ਹੁਣ ਨਵੀਂ ਲੈ ਲਈ, ਚੱਲ ਸੋ ਚੱਲੀਏ। ਕਈ ਵਾਰੀ ਨਾ 3-3 ਵਾਰੀ ਅੰਮ੍ਰਿਤ ਛਕਾਉਂਦੇ, ਦੋਵਾਂ ਲੱਗੀ ਜਾਂਦੇ, ਪਿੱਛੇ ਛਕਾਈ ਜਾਂਦੇ। ਕੁਝ ਸਾਲਾਂ ਤੋਂ ਲਿਖ ਰਹੇ ਨੇ ਸਾਲ ਵਿੱਚ 14-15 ਹਜ਼ਾਰ ਇੰਨੀ ਐਵਰੇਜ ਆ ਰਹੀ ਹੈ ਵਿੱਚ ਪਹਿਲੀਆਂ ਦੇ ਪਾ ਕੇ UP, ਉੱਤਰਾਖੰਡ, ਪੰਜਾਬ। ਅਗਲੀ ਜਿਹੜੀ ਆ ਰਹੀ ਹੈ 5 ਜੂਨ, ਇੱਥੇ ਵੀ ਅੰਮ੍ਰਿਤ ਛਕਾਇਆ ਜਾਏਗਾ। ਜਿਹੜੇ ਜਿਹੜੇ ਭਾਈ ਨਗੋਰੇ ਨੇ ਜਾਂ ਕਿਸੇ ਕੋਲੋਂ ਕੋਈ ਭੁੱਲ ਹੋ ਗਈ ਹੈ, ਆਪਣੀ ਤਿਆਰੀ ਕਰੋ, ਕਕਾਰ ਵੀ ਮਿਲ ਜਾਣਗੇ। ਕਕਾਰ ਉਹਨੂੰ ਫਰੀ ਦਿੰਦੇ ਹਾਂ ਜਿਹਦੀ ਜ਼ਮੀਨ ਨਹੀਂ ਅਤੇ ਨੌਕਰੀ ਨਹੀਂ। ਉਹ ਇੰਨਾ ਹੀ ਗੁਰਦੁਆਰੇ ਨੇ ਕਹਿਣਾ ਹੈ ਕਿ ਮੇਰੀ ਜ਼ਮੀਨ ਨਹੀਂ ਅਤੇ ਨੌਕਰੀ ਨਹੀਂ, ਕੰਘੇ ਕੜੇ ਕਛਹਿਰੇ ਸਭ ਫਰੀ। ਮੈਂ ਇੰਨਾ ਹੀ ਬੋਲਣਾ ਵੀ ਸਾਡੀ ਨੌਕਰੀ ਨਹੀਂ ਅਤੇ ਜ਼ਮੀਨ ਨਹੀਂ, ਉਹਨਾਂ ਕੋਲ ਪੈਸੇ ਨਹੀਂ ਲਏ ਜਾਂਦੇ, ਹਜ਼ਾਰਾਂ ਨੂੰ ਫਰੀ ਦਿੱਤੇ ਜਾਂਦੇ। ਜਿਹਦੇ ਕੋਲ ਜ਼ਮੀਨ ਹੈ, ਨੌਕਰੀ ਹੈ, ਭਾਈ ਉਹ ਭੇਟਾ ਦੇ ਕੇ ਲੈ ਲਓ, ਪਿੱਛੋਂ ਕਿਹੜੇ ਫਰੀ ਆਉਂਦੇ। ਅਤੇ ਇੱਥੇ 5 ਜੂਨ ਨੂੰ ਅੰਮ੍ਰਿਤ ਵੀ ਛਕਾਇਆ ਜਾਏਗਾ। ਪਿਆਰਿਆਂ ਨੂੰ ਦੱਸ ਦਿੱਤਾ ਜੀ, ਉਸ ਹਿਸਾਬ ਨਾਲ ਉਹਨਾਂ ਕਰ ਲੈਣ। ਇਹ ਆਉਣ ਵਾਲੇ ਪ੍ਰੋਗਰਾਮ ਨੇ, ਬਾਕੀ ਤੁਸੀਂ ਰਲ ਮਿਲ ਕੇ ਕਰ ਲਿਆ ਕਰੋ। ਵਧੀਆ ਛੱਡ ਉੱਚਾ ਹੈ, ਠੰਡ ਹੈ, ਉਹਨਾਂ ਕੇ ਇੰਤਜ਼ਾਮ ਕਰ ਲਿਆ, ਉਹਦਾ ਲੰਗਰ ਤਿਆਰ ਹੋਈ ਹੈ, ਜਾਂ ਸਲਾਹ ਕਰ ਲਿਓ 5 ਅੰਮ੍ਰਿਤਧਾਰੀ ਵੀ ਉੱਥੇ ਠੀਕ ਹੈ ਤਾਂ ਉੱਥੇ ਕਰੀ ਜੀ, ਜਿਵੇਂ ਤੁਹਾਨੂੰ ਠੀਕ ਲੱਗੇ। ਤਾਂ ਹੁਣ ਕੋਈ ਰਸਨਾ ਖਾਲੀ ਨਾ ਰਹੇ, ਜਿਹੜਾ ਗੁਰੂ ਨਾਨਕ ਨੂੰ ਧੰਨ ਵੀ ਨਾ ਆਖੇ। ਅਤੇ ਜੇ ਅਸੀਂ ਮਹਾਰਾਜ ਰੱਬ ਜੀ ਨੂੰ ਧੰਨ ਵੀ ਨਹੀਂ ਆਖਣਾ ਤਾਂ ਚੁੱਪ ਹੀ ਰਹੀਏ, ਦੁਨੀਆਂ ਤੋਂ ਚੁੱਪ ਕਰਕੇ ਤੁਰ ਜਾਈਏ, ਆਪਾਂ ਬੋਲ ਕੇ ਲੈਣਾ ਹੀ ਕੀ। ਜਿੰਨੀ ਤੁਧ ਧੰਨ ਕਿਹਾ 3 ਜਮ ਨੇੜ ਨਾ ਆਏ, ਸਾਰਿਆਂ ਨੇ ਗੁਰੂ ਮਹਾਰਾਜ ਨੂੰ ਧੰਨ ਧੰਨ ਆਖਣਾ, ਕੋਈ ਰਸਨਾ ਖਾਲੀ ਨਾ ਰਹੇ। ਫਿਰ ਅਰਦਾਸ ਵਿੱਚ ਜੁੜਨਾ ਹੈ, ਹੁਕਮਨਾਮਾ ਸੁਣਨਾ ਹੈ, ਪ੍ਰਸ਼ਾਦ ਵਰਤੇਗਾ, ਗੁਰੂ ਕਾ ਲੰਗਰ ਤਿਆਰ ਹੈ ਮਾਸਟਰ ਜੀ ਵੱਲੋਂ, ਘਰ ਵਾਲਿਆਂ ਵੱਲੋਂ, ਉਹ ਸਾਰਿਆਂ ਨੇ ਛਕਣਾ। ਅਤੇ ਹੁਣ ਇੱਕ ਆਵਾਜ਼ ਵਿੱਚ ਸਾਰੇ ਆਪਣੀ ਆਪਣੀ ਵਾਰੀ ਗੁਰੂ ਸਤੋਤਰ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਨਾਨਕ ਸਾਹਿਬ ਜੀ।
ਹਰ ਗੋਬਿੰਦ ਸਾਹਿਬ ਧੰਨ ਹੈ। ਵਾਹਿਗੁਰੂ 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 ਵਾਹਿਗੁਰੂ